ਤੂੰ ਪੀਰ ਮੇਰਾ ਤੇ ਮੈਂ ਤਾਲਵ ਤੇਰਾ। ਜੇ ਪੀਰਾਂ ਡਿਗਿਆ ਆਦਰ ਤੇਰੇ, ਪੀਰ ਮੇਰੇ ਨੂੰ ਲੱਖ ਸਲਾਮਾਂ। ਜਿਨੇ ਵਿੱਚ ਪਾਲੇ ਮੇਰੇ, ਲੈ ਜੀ ਸੁਣੀ ਫਰਿਆਦ, ਸੁਣੀ ਫਰਿਆਦ ਪੀਰਾਂ ਦੇ ਆ ਪੀਰ ਮੇਰੀ। ਜੇ ਮੇਰੀ ਅਰਜ ਸੁਣੀ ਕੰਨ ਕਰੇ, ਉਸ ਜੋੜੀ ਨੂੰ ਖਤਰਾ ਕਾਦਾ। ਜਿਹਦੀ ਆਪ ਖੜੇ ਵਾਂ ਫੜੇ ਕੇ, ਜੈਕਾਰਾਂ ਪੀਰ ਮਹਾਰਾਜ ਦਾ। ਸਾਰੇ ਬੋਲੋ ਸੱਚੇ ਦਰਬਾਰ ਕੀ ਜੈ। ਲੈ ਜੀ ਸਾਰੀ ਸੰਗਤਾਂ ਨੂੰ ਬੇਨਤੀ, ਜਹਾਂ ਬਾਤ ਸੁਣਾ ਜੋ ਇੱਧਰ ਉੱਧਰ ਬੈਠੇ ਰਿਸ਼ਤੇਦਾਰ ਮਿੱਤਰ ਪਿਆਰੇ ਜੋ ਵੀ ਆਏ ਇਸ ਮਹਾਰਾਜ ਕੇ ਨਾਂ ਪਾ। ਬਾਬਾ ਜੀ ਕੀ ਚੌਂਕੀ ਸ਼ੁਰੂ ਮਹਾਰਾਜ ਕੀ ਵਿਕਰਮ, ਜਿਸਨੇ ਆਜ ਬੜੀ ਖੁਸ਼ੀ ਤੇ ਭੰਡਾਰਾ ਦੀਆ, ਬੱਚੇ ਕੀ ਜਿੰਦਗੀ ਕੀ ਖੁਸ਼ੀ ਮਾਂ। ਸੰਗਤ ਸੇਵਾਦਾਰ ਭਗਤ ਸਮਈਏ ਬੁਲਾਏ, ਔਰ ਮਲੌਰ ਤੇ ਬਾਬਾ ਜੀ ਮੀਆਂ ਰਾਮ ਜੀ, ਬਾਬਾ ਜੀ ਕੇ ਸੇਵਕ ਜਿਨਕੀ ਸੁਣੀ ਸਪੀਰ ਨੇ ਇਸ ਬੱਚੇ ਨੂੰ ਜਨਮ ਲਿਆ, ਕਿਰਪਾ ਪੀਰ ਕੀ ਬੇਨਤੀ ਸੇਵਾਦਾਰਾਂ ਕੀ। ਔਰ ਇਸ ਖੁਸ਼ੀ ਮਾਂ ਅੱਜ ਮਹਾਰਾਜ ਕਾ ਭੰਡਾਰਾ ਦੀਆ ਚੌਂਕੀ ਲਵਾਈ ਜਾ ਰਹੀ ਹੈ। ਜੋ ਇਸ ਸ਼ੁਭ ਕਾਰਿਆਂ ਪਹੁੰਚੇ ਸ਼ੁਭ ਮੌਕੇ ਪਰ ਸਭ ਨੂੰ ਬੇਨਤੀ ਪਹੁੰਚਣੀ, ਕਿਰਪਾ ਕਰੋ ਭਾਈ। ਜੈਕਾਰਾ ਪੀਰ ਮਹਾਰਾਜ ਕਾ ਬੋਲੋ ਸੱਚੇ ਦਰਬਾਰ ਕੀ ਜੈ। ਸਾਰੀ ਸੰਗਤ ਮਹਾਰਾਜ ਕਾ ਨਾਮ ਖੜੇ ਹੋਣੇ, ਕਿਰਪਾ ਕਰਾ ਬਾਬਾ ਜੀ ਕੀ ਬੇਨਤੀ ਮਾਂ ਜੋੜ ਕਾ। ਆ ਬਹੁੜ ਬਹੁੜ ਮੇਰੇ ਔਲੀ ਪਿਆ ਜੀ ਰਾਣੀ, ਅਬ ਬਹੁੜ ਮੇਰਾ ਔਲੀ ਪਿਆ ਬਹੁੜ ਨੇ ਕੀ ਕਹੀਏ। ਲਵਾਰ ਸੰਗਤਾਂ ਤੇਰੀ ਹਾਲ ਝੁਕ ਰਹੀਆਂ, ਜਾਗ ਮੇਰੇ ਰਾਣੇ ਜੀ। ਪਹਿਲੇ ਕਿਸ ਰੁੱਤ ਲਾਇਆ ਤੇਰਾ, ਤੇਰਾ ਲਮਾਮ ਰਾ ਮੇਰੇ ਰਾਣੇ। ਕਿਸ ਰੁੱਤ ਲਾਇਆ ਤੇਰਾ ਮਾਮ ਦਾ, ਛਤਰ ਲਧਾਰੀ ਬਾਬੇ ਲੈ ਕਿਸ ਰੁੱਤ ਲੈਦੀ ਤੇਰੀ ਹਾਲ ਜਾਤ, ਸੰਗਤਾਂ ਬਾਬੇ ਹਾਲ ਝੁਕ ਰਹੀਆਂ, ਜਾਗ ਮੇਰੇ ਰਾਣੇ ਹਾਂ।
ਜੀ ਸਾਵਣ ਕਹੇ ਮਾਂ ਲਾਇਆ ਤੇਰਾ ਤੇਰਾ ਲੈ ਮਾਮ ਰਾ ਮੇਰੀ ਰਾਣੀ ਸਾਵਣ ਮਾ ਲਾਇਆ ਤੇਰਾ ਮਾਮ ਰਾ ਛਤਰ ਲੈ ਧਾਰੀ ਬਾਬੇ ਲੈ ਪਰ ਬਾਤ ਲੈਦੀ ਹਾਲ ਜਾਤ ਸੰਗਤਾਂ ਤੇਰੇ ਹਾਲ ਜੁਕ ਰਹੀਆਂ ਜਾਗ ਮੇਰੇ ਰਾਣੇ ਜੀ ਲੈ ਭਗਤਾਂ ਨੇ ਲਾਇਆ ਲੈ ਤੇਰਾ ਤੇਰਾ ਲੈ ਮਾਮ ਰਾ ਮੇਰੇ ਰਾਣੇ ਲੈ ਕੋਲੂ ਨੇ ਬੋਲਾਇਆ ਲੈ ਤੇਰਾ ਮਾਮ ਰਾ ਬਾਗੜ ਕੇ ਰਾਣੇ ਤੇਰੀ ਲੈ ਨਾਰ ਸਿੰਘ ਬੋਲਾਵਾ ਬਾਬੇ ਹਾਲ ਜਾਤ ਆ ਸੰਗਤਾਂ ਰਾਣੇ ਤੇਰੀ ਲੈ ਝੁਕ ਰਹੀਆਂ ਜਾਗ ਮੇਰੇ ਰਾਣੇ ਹਾਂ ਮਾਤਾ ਨੇ ਮੁੰਦਰਾਂ ਵਾਲਾ ਬੋਲ ਸਿਓ ਲਿਆ ਮੇਰੇ ਬਾਬਾ ਮੇਰੇ ਮਾਈ ਨੇ ਵਾ ਮੁੰਦਰਾਂ ਲੈ ਵਾਲਾ ਚੋਲੀ ਇਹ ਬਾਛਲੇ ਮਾਤਾ ਦੇਖੇ ਲੈ ਦੁਨੀਆ ਨੇ ਉਹ ਸੇਵਿਆ ਤੇਰਾ ਹਾਲ ਪੀਰ ਸੰਗਤਾਂ ਵਾਲੇ ਤੇਰੀ ਲੈ ਝੁਕ ਰਹੀਆਂ ਜਾਗ ਮੇਰੇ ਰਾਣੇ ਬਾਗੜ ਕੇ ਮਾਂ ਰੋਜਾ ਚੜ ਆਓ ਲੈ ਲਿਆ ਮੇਰੇ ਰਾਣੇ ਲੈ ਬਾਗੜ ਮਾਂ ਰੋਜਾ ਬਣੇ ਪੈਲੀ ਇਹ ਛਾਤਰ ਲੈ ਤਾਰੀ ਜਹਾਨ ਝੁੱਲਾ ਤੇਰੇ ਨਿਸਾਨ ਸੰਗਤਾਂ ਵਾਬੇ ਤੇਰੀ ਲੈ ਝੁਕ ਰਹੀਆਂ ਜਾਗ ਮੇਰੇ ਰਾਣੇ ਹਾਂ ਚੌਥੇ ਵਾ ਕੀ ਗ੍ਰਹਿ ਨੂੰ ਬਾਬਾ ਆਹੋ ਲੈ ਮਾਨ ਕਾ ਮੇਰੇ ਰਾਣੇ ਲੈ ਸੋਬਾ ਓ ਕਲਗੀ ਨੂੰ ਬਾਬੇ ਓ ਮਾਨ ਕਾ ਦਿੱਲੀ ਵਾ ਖੇੜੇ ਨੂੰ ਬਾਬਾ ਆਹੋ ਲੈ ਮਾਨ ਕਾ ਮੇਰੇ ਰਾਣੇ ਲੈ ਚਾਂਦਣੀ ਵਾ ਚੌਂਕਾ ਨੂੰ ਬਾਬੇ ਮਾਨ ਕਾ ਸਬਲ ਸਿੰਘ ਬਾਬੇ ਅੱਜ ਲੈ ਹੋ ਜਾਵਾ ਦਿਆਲ ਮੇਰੇ ਹਾਲਵਾਨ ਸੰਗਤਾਂ ਬਾਬੇ ਤੇਰੀ ਝੁਕ ਰਹੀਆਂ ਜਾਗ ਮੇਰੇ ਰਾਣੇ ਹਾਂ ਜੀ ਸ਼ਿਵ ਜੀ ਵਾ ਭੋਲੇ ਨੂੰ ਬਾਬਾ ਹੇਲੇ ਮਾਨ ਕਾ ਮੇਰੇ ਰਾਣੇ ਹੇਲੇ ਨਾਗੇ ਵਾ
ਪੁਰਾਣੋ ਲੈ ਆਪਣੇ ਓ ਮਾਨ ਤਾ ਸ਼ਾਮ ਕੌਰ ਸਿੱਧੋ ਆ ਮਾਈ ਤੇਰੇ ਤੇਰੇ ਲੈ ਸਾਥ ਮਾਂ ਮੇਰੇ ਬਾਬਾ ਲੈ ਬਾਵਨ ਸੋ ਸਿਰ ਕੀ ਤੇਰੇ ਸਾਥ ਆ ਸਬਲ ਸਿੰਘ ਲੈ ਬਾਬੇ ਜੀ ਮਹਾਰਾਜ ਸੰਗਤਾਂ ਵਾਪੇ ਤੇਰੀ ਜੁਗੇ ਰਹੀਆਂ ਜਾਗ ਮੇਰੇ ਰਾਣੇ ਆ ਜੀ ਸੋਨੇ ਕਾ ਬਾਦਲ ਵਾ ਤੇਰੇ ਤੇਰੇ ਲੈ ਹਾਥ ਮਾਂ ਮੇਰੇ ਰਾਣੇ ਤੇਰੇ ਸੋਨੇ ਕਾ ਉਹ ਬਾਦਲ ਤੇਰੇ ਤੇਰੀ ਲੈ ਚੁੱਕੇ ਰਹੀਆਂ ਜਾਗ ਮੇਰੇ ਰਾਣੇ ਆ ਜੀ ਬੋਲੋ ਪੀਰ ਮਹਾਰਾਜ ਕੀ ਜੈ ਦਰਬਾਰ ਪਹਿਲੇ ਗੁਰਾਂ ਜੀ ਕੋ ਪੂਜਣਾ ਔਰ ਫਿਰ ਕਰਨਾ ਦੂਜਾ ਕੰਮ ਇੱਕ ਬਗਾਨੀ ਸਭਾ ਮਿਆਣ ਖੜੇ ਇਹ ਜੀ ਮੇਰੀ ਲਾਜ ਰੱਖਣਾ ਭਗਵਾਨ ਲੈ ਜੀ ਧਨ ਖੇੜਾ ਧਨ ਖੇੜਾ ਧਨ ਭੂਮੀਆਂ ਜੇ ਧਨ ਧਨ ਹੈ ਵਸਾਵਣ ਹਾਰ ਹੋਈ ਕੇ ਸਭੀ ਮਹਿਫਲ ਕੋ ਮੇਰੀ ਬੰਦਗੀ ਔਰ ਸਭਿਓ ਕੋ ਪ੍ਰਣਾਮ ਸੁਰ ਬਿਨ ਮਿਲੇ ਨਾਮ ਸਰਸਵਤੀ ਔਰ ਬੰਦੇ ਗੁਰ ਬਿਨ ਮਿਲੇ ਨਾ ਗਿਆਨ ਇੱਕ ਗੁਰ ਬਿਨ ਗਾਣਾ ਹਰਾਮ ਹੈ ਕਿ ਬਾਈ ਜੇ ਦੇਖੋ ਤੋ ਬੇਦ ਕਰਾਨ ਹਾਂਜੀ ਮੈਨੇ ਸਿਮਰੀ ਮਾਤਾ ਸਾਰਦਾ ਔਰ ਸਿਮਰੇ ਸ੍ਰੀ ਭਗਵਾਨ ਹੋ ਇੱਕ ਛਜੋ ਰਾਮ ਜੀ ਸਤ ਕੇ ਗੁਰੂ ਮਿਲੇ ਬਈ ਜਿਨੇ ਵਾਰ ਵਾਰ ਪ੍ਰਣਾਮ ਤੋ ਲੈ ਜੀ ਸਾਰੀ ਸੰਗਤਾਂ ਨੂੰ ਬੇਨਤੀ ਸਿਆਣੇ ਬਜ਼ੁਰਗ ਕਹਿ ਗਏ ਜਿੰਨੇ ਸੱਚੇ ਮਨ ਚ ਬੈਠ ਕੇ ਮਹਾਰਾਜ ਕੀ ਕਥਾ ਸੁਣ ਲਈ ਚੌਂਕੀ ਭਰਤੀ ਪੀਰ ਕੀ ਅੱਧੇ ਕਸ਼ਟ ਤੋਂ ਬੰਦੇ ਕੇ ਕਥਾ ਕੇ ਸੁਣਨੇ ਹੋਏ ਦੂਰ ਹੋ ਜਾਣ ਐਸੀ ਪੀਰ ਕੀ ਕਰਾਂ ਮਾਤਾ ਇਸ ਮਹਾਰਾਜ ਕੀ ਬਿਨਾਂ ਭਾਗਾਂ ਤੇ ਬਿਨਾਂ ਕਰਮਾਂ ਤੇ ਪੀਰ ਕੀ ਸੰਗਤ ਨਹੀਂ ਜੋ ਆਜ ਵਿਕਰਮ ਨੇ
ਬੱਚੇ ਕੀ ਜਨਮ ਦੀ ਖੁਸ਼ੀ ਮਾਂ ਭੰਡਾਰਾ ਦੀਆ ਪੀਰ ਕਾ ਸੰਗਤ ਸੇਵਾਦਾਰ ਭਗਤ ਸਮਈਏ ਬੁਲਾਏ ਔਰ ਇਸ ਪੀਰ ਕੀ ਦੇਣ ਇਹ ਬੱਚਾ ਮਹਾਰਾਜ ਕੀ ਗੋਦੀ ਮਾ ਲਾਲ ਖਿਲਾਇਆ ਇਸ ਪਰਿਵਾਰ ਨੂੰ ਔਰ ਬਾਬਾ ਜੀ ਮਿਹਾ ਰਾਮ ਜੀ ਮਲੌਰ ਸੇ ਇਸ ਮੌਕੇ ਪਹੁੰਚੇ ਹੈ ਤੋ ਸਭ ਨੇ ਪ੍ਰੇਮ ਸੇ ਬੈਠ ਕਰ ਮਹਾਰਾਜ ਕੀ ਹਾਜ਼ਰੀ ਲਗਾਉਣੀ ਹੈ ਜੋ ਵੀ ਰਿਸ਼ਤੇਦਾਰ ਮਿੱਤਰ ਪਿਆਰੇ ਸਕੇ ਸੰਬੰਧੀ ਇਸ ਮੌਕੇ ਪਾਏ ਤੋ ਸਭ ਤੋਂ ਪਹਿਲੇ ਮਹਾਮਾਈ ਕੀ ਭੇਟ ਮਾਤਾ ਕੀ ਵੰਦਨਾ ਫਿਰ ਬਾਬੇ ਪੀਰੀ ਕਥਾ ਵਾਰਤਾ ਬੋਲੀ ਸੱਚੇ ਦਰਬਾਰ ਕੀ ਜੈ ਉੱਚੇ ਪਰਬਤ ਮਾ ਵਾਸ ਤੇਰਾ ਤੇਰਾ ਰੀ ਘਟ ਘਟ ਮੈਂ ਪ੍ਰਕਾਸ਼ ਸਿੱਧੇ ਸੱਚੇ ਸਤ ਕੇ ਗੁਰੂ ਮਿਲੇ ਜਿਨਕੇ ਰਹੋ ਸਦਾ ਚਰਣਾ ਕਾ ਦਾਸ ਇੱਕ ਬਹਿਲ ਚੜੇ ਸ਼ਿਵ ਜੀ ਮਿਲੇ ਔਰ ਗਰੜ ਚੜੇ ਭਗਵਾਨ ਹੋ ਇੱਕ ਸ਼ੇਰ ਚੜੀ ਮਾਂ ਦੁਰਗੇ ਮਿਲੀ ਮਈਆ ਜੀ ਮੇਰੇ ਅੜੇ ਸਵਾਰੇ ਕਾ ਜੈਕਾਰਾ ਮਹਾਮਾਈ ਦਾ ਭਾਈ ਸਾਰੇ ਬੋਲੋ ਸੱਚੇ ਦਰਬਾਰ ਕੀ ਜੈ ਜੈਕਾਰਾ ਬਾਗੜ ਵਾਲੇ ਪੀਰ ਮਹਾਰਾਜ ਦਾ ਬੋਲੀਏ ਸੱਚੇ ਦਰਬਾਰ ਕੀ ਜੈ ਲੈ ਜੀ ਮਹਾਮਾਈ ਕੀ ਭੇਟ ਫਿਰ ਕਥਾ ਪੀਰ ਕੀ ਅਹੇ ਜਵਾਲਾ ਮਾਤਾ ਪੁੱਛਦੀ ਫਿਰੇ ਜਵਾਲਾ ਮਾਈ ਪੁੱਛਦੀ ਫਿਰੇ ਓਹੇ ਮੇਰੇ ਲਾਲ ਨੇ ਬੜਾ ਚਿਰ ਲਾਇਆ ਸਾਰਿਆਂ ਦੇ ਸੰਗ ਆ ਗਏ ਸਾਰਿਆਂ ਦੇ ਸੰਗ ਆ ਗਏ ਸੰਗ ਭਗਤ ਤੇ ਅਨੋਦਾਨੀ ਆਇਆ ਜਵਾਲਾ ਮਾਈ ਪੁੱਛਦੀ ਫਿਰੇ ਜਵਾਲਾ ਮਾਈ ਪੁੱਛਦੀ ਫਿਰੇ ਮੇਰੇ ਲਾਲ ਨੇ ਬੜਾ ਚਿਰ ਲਾਇਆ ਸਾਰਿਆਂ ਦੇ ਸੰਗ ਆ ਗਏ ਸਾਰਿਆਂ ਦੇ ਸੰਗ ਆ ਗਏ ਸੰਗ ਭਗਤ ਤੇ ਅਨੋਦਾਨੀ ਆਇਆ ਜਵਾਲਾ ਮਾਈ ਪੁੱਛਦੀ ਫਿਰੇ ਰਾਤਿਆਂ ਦੇ ਪੈਨੇ ਚੰਨ ਤੇ ਮੇਰਾ ਲਾਲ ਸੀ ਮੇਰੇ ਦਰ ਆਉਂਦਾ ਰਾਤਿਆਂ ਦੇ ਪਹਿਲੇ ਚੱਲ ਤੇ ਮੇਰਾ ਲਾਲ ਸੀ ਮੇਰੇ ਦਰ ਆਉਂਦਾ ਸ਼ਹਿਣੇ ਵਰ ਦੰਗਾ ਢੋਲਕਾਂ ਲੈ ਕੇ ਆਉਂਦਾ ਨਾਲੇ ਨੱਚਦਾ ਤੇ ਗਾਉਂਦਾ ਸ਼ਹਿਣੇ ਮਰੇ ਦੰਗਾ ਢੋਲਕਾਂ ਲੈ ਕੇ ਆਉਂਦਾ ਨਾਲੇ ਨੱਚਦਾ ਤੇ ਗਾਉਂਦਾ ਸੰਤ ਬੁਲਾਵਾ ਆ ਗਿਆ ਓ ਸੰਤ ਬੁਲਾਵਾ ਆ ਗਿਆ ਯਾਦਾਂ ਮਿੱਠੀਆਂ ਨੇ ਮਨ ਪਰਚਾਇਆ ਜਵਾਲਾ ਮਾਈ ਪੁੱਛਦੀ ਫਿਰੇ ਜਵਾਲਾ ਮਾਈ ਪੁੱਛਦੀ ਫਿਰੇ ਮੇਰੇ ਲਾਲ ਨੇ ਬੜਾ ਚਿਰੇ ਲਾਇਆ ਸਾਰਿਆਂ
ਦੇ ਸੰਗ ਆ ਗਏ, ਸਾਰਿਆਂ ਦੇ ਸੰਗ ਆ ਗਏ, ਸੰਗ ਭਗਤ ਧਿਆਨੋ ਦਾ ਨਿਹਾਇਆ, ਜਵਾਲਾ ਮਾਈ ਪੁੱਛੇ ਦੀ ਫਿਰੇ। ਇਸ ਮੌਕੇ ਦੀ ਭੇਟ ਹੈ ਜਿਸ ਟਾਈਮ ਮਾਂ ਕਾ ਲਾਡਲਾ ਮਾਂ ਕਾ ਪਿਆਰਾ ਭਗਤ ਧਿਆਨੋ ਰਾਜਾ ਅਕਬਰ ਨੇ ਰਸਤੇ ਮਾ ਰੋਕ ਲਿਆ, ਕੈਦ ਕਰਦੀ, ਔਰ ਮਾਂ ਇਹ ਮਾਂ ਆਪਣੇ ਭਗਤ ਨੂੰ ਦੇਖ ਰਹੀ ਵੀ ਸਾਰਿਆਂ ਦੇ ਸੰਗ ਆ ਗਏ, ਭਗਤ ਧਿਆਨੋ ਦਾ ਸੰਗ ਨਾ ਆਇਆ। ਤੋ ਮਹਾਮਾਈ ਅੰਤਰ ਧਿਆਨ ਹੋਇਆ, ਫਿਰ ਧਿਆਨ ਲੈ ਕੇ ਦੇਖਿਆ ਮੇਰਾ ਭਗਤ ਹੈ ਕਹਾਂ, ਕਿਉਂ ਦੇਵੀ ਦੇਵਤਿਆਂ ਨੂੰ ਦੇਖੀਏ, ਜਿਸ ਤਰ੍ਹਾਂ ਆਪਾਂ ਪੀਰਾਂ ਨੂੰ ਪਖੀਰਾਂ ਨੂੰ ਦੇਵੀ ਦੇਵਤਿਆਂ ਨੂੰ ਟੋਲਦੇ ਫਿਰਾਂ, ਕੁਛ ਐਸੇ ਇਨਸਾਨ ਵੀ ਹੋਵਾਂ ਜਿਹਨੂੰ ਖੁਦ ਦੇਵੀ ਦੇਵਤੇ ਆਪਣੀ ਆਪ ਦੇਖਦੇ ਫਿਰਾਂ ਮੇਰਾ ਭਗਤ। ਤੋ ਮਾਂ ਜਵਾਲਾ ਧਿਆਨੋ ਭਗਤ ਨੂੰ ਅੰਤਰ ਧਿਆਨ ਹੋਗਾ, ਦੇਖਾ ਜੀ ਭਗਤ ਹੈ ਕਹਾਂ, ਤੋ ਕਿਆ ਕਹਿ ਭਾਈ। ਅੰਤਰ ਧਿਆਨ ਮਾਰਿਆ ਉਹ ਕਿੰਨੀ ਜੋੜ ਵਿੱਚ ਕਾਲ ਜਾ ਸੀ ਫਟਿਆ, ਅੰਤਰ ਧਿਆਨ ਮਾਰਿਆ ਦਿੱਲੀ ਜੇਲ ਵਿੱਚ ਕਾਲ ਜਾ ਸੀ ਫਟਿਆ, ਪੰਥ ਅਜਮਾਉਣ ਵਾਸਤੇ ਸੀਸ ਕੋੜੇ ਦਾ ਸੀ ਅਕਬਰ ਨੇ ਕੱਟਿਆ, ਪੰਥ ਅਜਮਾਉਣ ਵਾਸਤੇ ਸੀਸ ਕੋੜੇ ਦਾ ਸੀ ਅਕਬਰ ਨੇ ਕੱਟਿਆ, ਜਵਾਲਾ ਬਣੇ ਜੋਤ ਉੜ ਗਈ, 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 ਉਹ ਜੇਲੋ ਕੱਢਿਆ ਤੇ ਘੋੜੇ ਨੂੰ ਜਵਾਲਾ, ਜਵਾਲਾ ਮਾਈ ਪੁੱਛੇ ਦੀ ਫਿਰੇ, ਜਵਾਲਾ ਮਾਈ ਪੁੱਛੇ ਦੀ ਫਿਰੇ, ਮੇਰੇ ਲਾਲ ਨੇ ਉਹ ਲਾਲ ਨੇ ਬੜਾ ਚਿਰ ਲਾਇਆ, ਉਹ ਸਾਰਿਆਂ ਦੇ ਸੰਗ ਆ ਗਏ, ਸਾਰਿਆਂ ਦੇ ਸੰਗ ਆ ਗਏ, ਸੰਗ ਭਗਤ ਧਿਆਨੋ ਦਾ ਨਿਹਾਇਆ, ਜਵਾਲਾ ਮਾਈ ਪੁੱਛੇ ਦੀ ਫਿਰੇ, ਜਵਾਲਾ ਮਾਈ ਪੁੱਛੇ ਦੀ ਫਿਰੇ। ਪੀਰਾਂ ਬਖੀਰਾਂ ਦੇਵੀ ਦੇਵਤਾਂ ਨੂੰ ਆਪਣੇ ਭਗਤਾਂ ਕੀ ਸਾਰ ਹੋਇਆ, ਅਕਬਰ ਨੇ ਮਾਂ ਕੀ ਪ੍ਰੀਖਿਆ ਲਈ ਦੀ, ਦੇਖੋ ਮਾਂ ਮਾਂ ਸਕਤੀ ਹੈ ਕਿ ਨਹੀਂ ਹੈ, ਪਰ ਮਾਂ ਜਵਾਲਾ ਧਿਆਨੋ ਭਗਤ ਨੂੰ ਜੇਲ੍ਹ ਤੇ ਕਢਵਾਵਾ, ਔਰ ਮਰੇ ਵੇ ਘੋੜੇ ਕਾ ਸੀਸ ਮਿਲਾਵਾ, ਜਿਸ ਟਾਈਮ ਦਾਤਾ ਲੋਕੋ ਧਿਆਨੋ ਭਗਤ ਮਾਂ ਜਵਾਲਾ ਕਾ ਜੈ ਜੈਕਾਰ ਲਾਵਾ, ਸੱਚਾ ਭਗਤ ਹਾਂ ਸੱਚਾ ਨੂੰ ਪੀਰ ਬਖੀਰ ਆਪਣੇ ਆਪ ਮਿਲਾਂ। ਧਿਆਨ ਭਗਤ ਫਿਰ ਮਾਂ ਜਵਾਲਾ ਜੀ ਕੇ ਜੈ ਜੈ ਕਰ ਲੈਂਦਾ, ਖੁਸ਼ੀਆਂ ਮਨਾਉਂਦਾ, ਕਿਆ ਕਹਿ ਭਾਈ। ਦੇਖ ਚਮਤਕਾਰ ਜਵਾਲਾ ਦਾ ਧਿਆਨੋ ਆਇਆ ਸੀ ਸੁਕਰੇ ਮਾਦਾ ਕਰਦਾ, ਦੇਖ ਚਮਤਕਾਰ ਮਈਆ ਦਾ
ਤੈਨੂੰ ਆਇਆ ਸੀ ਸੁਖਰੇ ਮਾਂ ਦਾ ਕਰੇਲਾ ਜਵਾਲਾ ਮਾਂ ਨੇ ਸੀਨੇ ਲਾ ਲਿਆ ਉਹ ਬੇਟਾ ਸ਼ਰਦਾ ਦੀ ਮੇਰੀ ਚੁੰਮ ਥਰਦਾ ਜਵਾਲਾ ਮਾਂ ਨੇ ਸੀਨੇ ਲਾ ਲਿਆ ਬੇਟਾ ਸਰੇ ਦਾਦੀ ਤੇਰੀ ਚੁੰਮੇ ਤਰਦਾ ਕੋਮਲ ਜਲੰਧਰੀ ਸੱਚਾ ਕੋਮਲ ਜਲੰਧਰੀ ਕੋਮਲ ਜਲੰਧਰੀ ਸੱਚਾ ਕੋਮਲ ਜਲੰਧਰੀ ਸੱਚਾ ਹਰੇ ਸੰਗੇ ਰੰਗਿਲੇ ਨੇ ਸੁਣਾਇਆ ਜਵਾਲਾ ਮਾਈ ਪੁੱਛਦੀ ਫਿਰੇ ਜਵਾਲਾ ਮਾਈ ਪੁੱਛਦੀ ਫਿਰੇ ਮੇਰੇ ਲਾਲ ਨੇ ਬੜਾ ਚਿਰ ਲਾਇਆ ਉਹ ਸਾਰਿਆਂ ਦੇ ਸੰਗ ਆ ਗਏ ਸਾਰਿਆਂ ਦੇ ਸੰਗ ਆ ਗਏ ਸੰਗ ਤੇਰਾ ਨੋ ਜਾਣੀ ਆਇਆ ਜਵਾਲਾ ਮਾਈ ਪੁੱਛਦੀ ਫਿਰੇ ਜਵਾਲਾ ਮਾਈ ਪੁੱਛਦੀ ਫਿਰੇ ਜਵਾਲਾ ਮਾਈ ਪੁੱਛਦੀ ਫਿਰੇ ਜੈਕਾਰਾ ਮਹਾਮਾਈ ਦਾ ਬੋਲੀਏ ਸੱਚੇ ਦਰਬਾਰ ਕੀ ਜੈ ਮਾਤਾ ਏ ਤੇਰਾ ਏ ਭਾਗੇ ਸਵਾਇਆ ਸਵਾਇਆ ਧਨ ਸਤਿਆ ਏ ਵਾਰੀ ਤੇਰਾ ਆ ਕਰ ਮੈਂ ਸਵਾਇਆ ਏ ਮਾਈ ਏ ਲੈ ਸੀ ਵੀ ਤੇਰੇ ਬਾਬਾ ਏ ਗੋਰਖ ਆਹੋ ਏ ਮੁੰਦਰਾ ਵਾਲਾ ਏ ਨਾਥ ਏ ਦੁਨੀਆ ਏ ਦਾਰੀ ਕਰਤਾ ਮਾਈ ਨੇ ਆਹੋ ਲੈ ਚੰਗਾ ਫਲ ਆਇਆ ਜੀ ਪਾਇਆ ਸੇਵਾ ਏ ਕਰਤਾ ਮਾਈ ਨੇ ਆ ਲੈ ਚੰਗਾ ਫਲ ਆਇਆ ਮਾਤਾ ਨੇ ਲੈ ਜਨਮਿਆ ਤੇਰਾ ਆਨਾ ਗਾਵ ਆਹੋ ਏ ਪਾਗੜੀ ਪੀਰ ਏ ਪਾਗੜ ਕਰਾ ਕਲਾਧਾਰੀ ਤੇਰਾ ਤੇਰਾ ਏ ਪੀਰ ਪੈਦਾ ਹੋ ਗਿਆ ਏ ਮਾਈ ਐਸਾ ਨਿਜੇ ਮਾਰਾ ਤੇਰਾ ਏ ਪੀਰ ਪੈਦਾ ਹੋ ਗਿਆ ਏ ਮਾਤਾ ਉਸਨੇ ਖੁੰਟਾ ਏ ਨਵੈ ਦੀ ਏ ਮਾਤਾ ਹੋਏ ਜਗ ਮਾਂ ਚਾਰ ਏ ਦੁਆਰ ਏ ਪੀਰ ਮਾਂ ਪੀਰ ਕੇ ਸਿਮਰਿਆ ਸਿਮਰਿਆ ਆਹੋ ਲੈ ਦੁੱਖ ਦਰਦ ਕਟ ਜਾ ਜੀ ਕਟ ਜਾ ਪੀਰ ਕੇ ਸਿਮਰਿਆ ਸਿਮਰਿਆ ਆ ਲੈ ਦੁੱਖ ਦਰਦ
ਕਟ ਜਾਹਾਂ ਸੰਗਤਾਂ ਕੇ ਮੈਂ ਟਲ ਜਾਂਗੇ ਸਰੀਰਾਂ ਨੂੰ ਲਗੇ ਹੋਏ ਆਹੋ ਲੈ ਦੁੱਖ ਔਰੇ ਪਾਪ ਆ ਦੁਨੀਆ ਲੈ ਦਾਰੀ ਮਾਂ ਜੀ ਲੈ ਜਦ ਸੁੱਚਾ ਫਲਵਾ ਮਾਈ ਗੇ ਉਹ ਪੱਲੇ ਕੇ ਮਾਂ ਆਇਆ ਬਾਬੇ ਨੇ ਜਦ ਸੁੱਚਾ ਫਲਵਾ ਮਾਈ ਗੇ ਆਹੋ ਲੈ ਪੱਲੇ ਕੇ ਮਾਂ ਆਇਆ ਜੀ ਪਾਇਆ ਤੇਰਿਆ ਤਾਂ ਵਰਦਾਨ ਬਾਬਾ ਆਹੋ ਲੈ ਗੋਰ ਗਏ ਨਾਥ ਹਾਂ ਮੁੰਦਰਾ ਲੈ ਵਾਲਾ ਬਾਛਲ ਬੇਟੀਏ ਸੁੱਚਾ ਆਹੋ ਫਲ ਤਾਵੇਂ ਲੈ ਜਾਏ ਲੈ ਜਾ ਲੈ ਜਾ ਬੇਟੀ ਬਾਛਲੇ ਗੁੱਗਲ ਬੱਟੀ ਤਾਏ ਲੈ ਜਾ ਮਹਿਲ ਮਾਂ ਬਲੀਏ ਕਰਾਗਾ ਅੱਜ ਆਹੋ ਗੋਰਖ ਨਾਥ ਇਹ ਮੁੰਦਰਾਏ ਵਾਲਾ ਮਲਾਈਏ ਬੇਟੀ ਸੁਰਿਆਏ ਗਊਗੇ ਦੁੱਧ ਮਾਂ ਆਹੋ ਫਲ ਨੂੰ ਮਲਾਈਏ ਬੇਟੀ ਮੈਂ ਲਾਗੇ ਮਾਂ ਕਰੀਏ ਲੈ ਬਾਛਲ ਆਹੋ ਇਸ ਤੇ ਮਾਲ ਇਹ ਮੇਰੀ ਨਿਆਣੀ ਜੀ ਐਸਾ ਕਲਾਦਾਰੀਏ ਬੇਟੀ ਤੇਰਾ ਇਹ ਜਨਮ ਲੈ ਗਾਏ ਬੇਟੀ ਐਸਾ ਨਿਜੇ ਵਾਲਾ ਤੇਰਾ ਆ ਜਨਮ ਲੈ ਗਾਏ ਬਾਛਲ ਜਿਸਕੀ ਪੂਜਾਏ ਕਰਾਗਾ ਕਲ ਜੁਗਮਾ ਇਹ ਸਾਰਾ ਸੰਸਾਰ ਇਹ ਦੁਨੀਆ ਇਹ ਦਾਰੀ ਮਾਂ ਫਲਵਾ ਪੱਲੇ ਮਾਂ ਮਾਤਾ ਮਹਿਲਾਵਾ ਹੈਗੀ ਜੀ ਹੈਗੀ ਲੇਕਾ ਫਲਵਾ ਮਾਤਾ ਆ ਮਹਿਲਾਵਾ ਹੈਗੀ ਵਾਹਗੀ ਬਾਬੇ ਗੋਰਖ ਕੇ ਲਾਵਾ ਮਾਤਾ ਆਹੋ ਲੈ ਜੈ ਜੈਕਾਰ ਆ ਰੰਗ ਲੇ ਮਹਿਲਾਵਾ ਜਨਮ ਕੀ ਕਿ ਦੇਖੋ ਕਿਸ ਤਰ੍ਹਾਂ ਜਨਮ ਹੋਇਆ ਥਾ ਪੀਰ ਕਾ ਕਹਾਂ ਤੇ ਜੋਤਾਂ ਜਾਗੀ ਆ ਕਥਾ ਸੇ ਕਸ਼ਟ ਕਟਾ ਕਥਾ ਸੇ ਗਿਆਨ ਮਿਲਾ ਅੱਛੇ ਤੋ ਭਾਈ ਸਿਫਤਾਂ ਸਿਫਤ ਕਿਸ ਕੀ ਹੈ ਭਗਵਾਨ ਕੀ ਜਿਸਨੇ ਲੱਖ 83 ਜੈਜੇ ਨੂੰ ਪੈਦਾ ਕਰ ਦਿਆ
ਔਰ ਸਿਫਤਾਂ ਸਿਫਤ ਕਿਸਕੀ ਮਾਤ ਪਿਤਾ ਗੁਰੂ ਸਤਾਜਵਰ ਦੇਵੀ ਸ਼ਰਧਾ ਮਾਈ ਕੀ ਅਮਰ ਨਾਮ ਭਗਵਾਨ ਕਾ ਔਰ ਕਥਾ ਕਿਸਕੀ ਹੈ ਬਾਗੜ ਦੇ ਇਸ ਕੌਲੀਆ ਛੱਤਰੀ ਜਹਰਵੀਰ ਜਿਸਕੇ ਚਾਰ ਫੋਟੋਆਂ ਤੋਂ ਸਿੰਗਾਰੇ ਵੱਜ ਰਹੇ ਚਾਰ ਫੋਟੋਆਂ ਜੇ ਜੇਕਰ ਪੀਰ ਕੋ ਰਿਹਾ ਮੰਨਦਾ ਕਿ ਪੀਰ ਫਿਰੋਵਾਂ ਜੇ ਮੰਨਣਾ ਤਾਂ ਸਭ ਕੁਛ ਹੈ ਔਰ ਜਿਹਨੂੰ ਨਹੀਂ ਮੰਨਣਾ ਉਸ ਵਾਸਤੇ ਪਰਮਾਤਮਾ ਵੀ ਨਹੀਂ ਸਿਆਣੇ ਬਜ਼ੁਰਗ ਕਹਿ ਗਏ ਸੰਗਤ ਜੋ ਸੱਚੇ ਮੰਨਤੇ ਇਸ ਪੀਰ ਨੂੰ ਧਿਆਵਾ ਬਈ ਮੂੰਹ ਮੰਗਿਆ ਮਰਾਦਾ ਪਾਵਾ ਕੋੜੀਆਂ ਕੇ ਕਲੰਕ ਕਾਟਦੇ ਨਿਰਧਰ ਕੋ ਧਨਵਾਨ ਕਰਦੇ ਜਿਸਕੇ ਕਰਮਾ ਔਲਾਦ ਨਹੀਂ ਇਹ ਵਾਗੜ ਦੇਸ ਕੌਲੀ ਔਲਾਦਮਖ ਲੈ ਦੇ ਔਰ ਜਿਸਕੇ ਕਰਮਾ ਦੁੱਧ ਨਹੀਂ ਦਾਤਾ ਲੋਕੋ ਛੱਤਰੀ ਪੀਰ ਬਈ ਦੁੱਧ ਮਨ ਲੈ ਦੇ ਬੋਲੋ ਪੀਰ ਮਹਾਰਾਜ ਕੀ ਲੈ ਸੰਗਤਾਂ ਨੂੰ ਬੇਨਤੀ ਥੋੜ੍ਹਾ ਕਥਾ ਮੈਂ ਧਿਆਨ ਦਿਓ ਪੀਰ ਕੇ ਜਨਮ ਕੀ ਕਥਾ ਮਹਾਰਾਜ ਕੀ ਜਨਮ ਕੀ ਕਥਾ ਮਹਾਰਾਜ ਕੀ ਕਥਾ ਯਹਾਂ ਤੇ ਸ਼ੁਰੂ ਹੈ ਦੇਖੋ ਜਿਸ ਟਾਈਮ ਬਾਦਸ਼ਾਹ ਮਾਈ ਨੂੰ ਬਾਬੇ ਗੋਰਖਨਾਥ ਨੇ ਬੱਚੇ ਕੇ ਕਾਰਨ ਮਾਈ ਨੇ ਸੇਵਾ ਕਰੀ ਸੀ ਔਲਾਦ ਜਿਸ ਘਰ ਮਾਂ ਔਲਾਦ ਨਾ ਉਹਨੂੰ ਪੁੱਛ ਕੇ ਦੇਖੋ ਔਲਾਦ ਦਾ ਦੁੱਖ ਕਿਆ ਹੋਇਆ ਬਿਨਾਂ ਬੱਚਿਆਂ ਕੇ ਤੋਂ ਘਰ ਸੁਣਨੇ ਹੋਵਾਂ ਤੋ ਮਾਈ ਨੇ ਜਦ ਬਾਬੇ ਗੋਰਖਨਾਥ ਕੀ ਸੇਵਾ ਕਰੀ ਔਰ ਬਾਬੇ ਗੋਰਖਨਾਥ ਨੇ ਭਗਵਾਨ ਸੱਚੇ ਕੀ ਦਰਗਾਹ ਸੇ ਇਹ ਛੱਤਰੀ ਪੀਰ ਮਹਾਰਾਜ ਕਾ ਸੁੱਚਾ ਫਲ ਇਹ ਗੁੱਗੜ ਕੇ ਅੰਦਰ ਲਿਆਣ ਕਾ ਮਾਈ ਕੇ ਪੱਲੇ ਫਲ ਪਾਇਆ ਥਾ ਔਰ ਭਗਵਾਨ ਨੇ ਇਸ ਪੀਰ ਨੂੰ ਵਚਨ ਦੇ ਦਿਆ ਥਾ ਵਰਦਾਨ ਦਿਆ ਥਾ ਕਿ ਜਾ ਰਾਜਪੁੱਤ ਅਗਰ ਮਤਰਾ ਜਨਮ ਹੋਵੇਗਾ ਚਾਰ ਫੋਟੋਆਂ ਝੰਡੇ ਝੁਲਾਂਗੇ ਦਰਬਾਰ ਸਜਾਂਗੇ ਕਲਯੁਗ ਮਾਂ ਪੀਰੀ ਬਾਬਾ ਘਰ ਘਰ ਮਾਂ ਜੋਤਾਂ ਜਗਾਂਗੀ ਦੁੱਖਾਂ ਕੇ ਦੁੱਖ ਦੂਰ ਕਰਾਂਗਾ ਔਰ ਬਾਂਝਾਂ ਨੂੰ ਲਾਲ ਕਰਾਂਗਾ ਲੇਕਾ ਗੁੱਗੜ ਮਾਈ ਨੂੰ ਜਦ ਫਲ ਦਿਆ ਔਰ ਬਾਬੇ ਨੇ ਕਹਿ ਦੇ ਕੇ ਬੇਟੀ ਇਹ ਗੁੱਗੜ ਕੋਈ ਐਸੀ ਵੈਸੀ ਨਹੀਂ ਸਤਕੀ ਗੁੱਗੜਾ ਦਰਗਾਹੀ ਗੁੱਗੜਾ ਸੁਰਿਆ ਗੋ ਕੇ ਦੁੱਧ ਮਾਂ ਤੋ ਭਾਈ ਮਾਈ ਬਾਦਸ਼ਾਹ ਨੂੰ ਵਰਦਾਨ ਦੇ ਦਿਆ ਲੈ ਬੇਟੀ ਗੁੱਗੜ ਕੋਈ ਐਸੀ ਵੈਸੀ ਦਰਗਾਹੀ ਗੁੱਗੜਾ ਆਪਣੇ ਮਹਿਲ ਮਲੇ ਜਾ ਸੁਰਿਆ ਗੋ ਕੇ ਦੁੱਧ ਮਾਂ ਫਲ ਮਲੈਕਾ ਗੁੱਗੜ ਇਸਤੇਮਾਲ ਕਰੀਏ ਜਾ ਬੇਟੀ ਤੇਰੀ ਉਰਦ ਸੇ ਇੱਕ ਐਸਾ ਪੀਰ ਜਨਮ ਲਏਗਾ ਜਿਸਕੇ ਚਾਰ ਫੋਟੋਆਂ ਝੰਡੇ ਝੁਲਾਂਗੇ ਦਰਬਾਰ ਸਜਾਂਗੇ ਕਲਯੁਗ ਮਾਂ ਤੇਰਾ ਪੁੱਤਰ ਪੀਰੀ ਪਾਓਗਾ ਬੇਟੀ ਘਰ ਘਰ ਮੈਂ ਜੋਤਾਂ ਜਗਾਂਗੀ ਦੁੱਖਿਆਂ ਕੇ ਦੁੱਖ ਦੂਰ ਕਰਾ ਕਰ ਬਾਂਝਾਂ ਨੂੰ ਲਾਲ ਖਾ ਲੈ ਭਾਈ ਭਾਈ ਵਿਕਰਮ ਇਸ ਬਾਈ ਨੇ ਅੱਜ ਬਾਬਾ ਜੀ ਕਾ ਇਹ ਸਵੰਬਰ ਚ ਆਇਆ ਬੱਚੇ ਕੇ ਜਨਮ ਦਿਨ ਖੁਸ਼ੀ ਮਾਂ 50 ਰੁਪਏ ਕਾ ਦਾਨ ਆਪਣੇ ਬਜ਼ੁਰਗਾਂ ਕੇ ਨਾਮ ਸੇ ਆਪਣੇ ਪਿਤਾ ਜੀ ਕੇ ਨਾਮ ਸੇ ਜੋ ਸੁਰਗਾ ਕੇ ਵਾਸੀ ਸੰਤ ਰਾਮ ਜੀ ਬਜ਼ੁਰਗ ਜੀ ਉਹਨਾਂ ਕੇ ਨਾਮ ਸਦਾਨ ਜੋੜੀ ਕਾ ਮਾਂ ਔਰ 50 ਰੁਪਏ ਆਪਣੀ ਮਾਤਾ ਜੀ ਕੇ ਨਾਮ ਸੇ ਜੋ ਸੁਰਗਾ ਕੇ ਵਾਸੀ ਬਲਜੀਤੋ ਦੇਵੀ ਕੇ ਨਾਮ ਸਦਾਨ ਔਰ 50 ਰੁਪਏ ਕਾ ਦਾਨ ਜੋ ਮਲੋਰ ਨਗਰ ਸੇ ਬਾਬਾ ਜੀ ਕੇ ਸੇਵਕ ਭਗਤ ਜਨ ਪਹੁੰਚੇ ਹੈ ਮੀਹਾਂ ਰਾਮ ਬਾਬਾ ਜੀ ਕੇ ਨਾਮ ਸਦਾਨ ਔਰ 50 ਰੁਪਏ ਵਿਕਰਮ ਬਾਗੜ ਵਾਲੀ ਸਰਕਾਰ ਜਿਸ ਬਾਬੇ ਨੇ ਪਰਚਾ ਲਾਇਆ ਇਸ ਬੱਚੇ ਨੂੰ ਉਸ ਪੀਰ ਮਹਾਰਾਜ ਛੱਤਰੀ ਮਹਾਰਾਜ ਕੇ ਨਾਮ ਸਦਾਨ ਔਰ 50 ਰੁਪਏ ਗੁਰੂ ਵਾਲਮੀਕ ਸਵਾਮੀ ਜੀ ਕੇ ਨਾਮ ਸੇ ਔਰ ਗੁਰੂ ਗੋਰਖਨਾਥ ਜੀ ਕੇ ਨਾਮ ਸਦਾਨ ਜੋੜੀ ਕਾ ਮਾਨ ਸਮਾਨ ਲੈ ਜੀ ਜਰਾ ਥੋੜ੍ਹਾ ਕਥਾ ਮਾ ਧਿਆਨ ਲਓ ਪੀਰ ਕੇ
ਤੋ ਜਿਸ ਟਾਈਮ ਮਾਤਾ ਪਾਤਸ਼ਾਹ ਲੇਖਾ ਸੁਣੋ ਜੀ ਸੁਣੋ ਕਥਾ ਲੇਖਾ ਪੱਲੇ ਮੈਂ ਫਲ ਮਾਈ ਪਾਤਸ਼ਾਹ ਮਹਿਲ ਮੈਗੀ ਸੁਰਿਆ ਗੋ ਕੇ ਦੋ ਫਲ ਮਿਲਾਇਆ ਗੁੱਗਲ ਵੱਟੀ ਜਿਸ ਟਾਈਮ ਫਲ ਮਿਲਾਇਆ ਉਸੇ ਟਾਈਮ ਫਲ ਮਲੈਕਾ ਫਲ ਪੀਆ ਮਾਈ ਨੇ ਮਾਈ ਕੀ ਉਰਦਾਂ ਪੀਰ ਕੀ ਜੋਤ ਪ੍ਰਵੇਸ਼ ਕਰ ਗਈ ਹੈ ਬੋਲੋ ਪੀਰ ਮਹਾਰਾਜ ਕੀ ਜਦ ਉਰਦ ਮਾਂ ਜੋਤ ਜਾਗੀ ਦੋ ਚਾਰ ਦਿਨ ਫਲ ਇਸਤੇਮਾਲ ਕਰੇ ਨੂੰ ਹੋਏ ਥੇ ਮਾਈ ਕੀ ਨਣਦ ਆਈ ਆਣ ਕਾ ਰਾਣੀ ਪਾਤਸ਼ਾਹ ਨੂੰ ਕਹਿਣ ਲੱਗੇ ਪਾਤਸ਼ਾਹ ਨੇ ਬਤਾ ਬਾਰਾਂ ਸਾਲ ਸੇਵਾ ਕਰੀ ਗੋਰਖਨਾਥ ਕੀ ਚਾਲੀ ਦਿੰਦੀ ਹੈ ਭੰਡਾਰੇ ਕੌਣ ਸੇ ਲਾਲ ਖਲਾਏ ਤੈਨੂੰ ਬਤਾ ਤੈਨੂੰ ਕੌਣ ਸੇ ਪੁੱਤਰ ਦੇ ਦੀ ਮਾਈ ਕਾ ਬੀਬੀ ਮੇਰੇ ਗੁਰੂ ਨੂੰ ਮਾੜਾ ਨਾ ਬੋਲਾ ਮੇਰੇ ਗੁਰੂ ਨੇ ਮੈਨੂੰ ਪੁੱਤਰ ਕਾ ਫਲ ਦੇ ਦੀ ਉਹਨੇ ਕਿਹਾ ਕਿ ਗੁੱਗਲ ਕੇਂਦਰ ਦੀ ਅਥਰਮ ਨੇ ਇਸਤੇਮਾਲ ਕਰ ਸੰਗਤੋਂ ਆਨੰਦ ਭੋਜ ਕਰ ਰਿਸ਼ਤਾ ਐਸੀ ਹੋਵਾ ਜੈ ਤੋਂ ਪੜ ਜਾਣ ਆਨੰਦ ਭੋਜ ਕਾ ਪਿਆਰ ਇਨ ਵਰਗਾ ਪਿਆਰ ਨਹੀਂ ਆਰ ਜਾ ਲੱਗ ਜਾ ਬੈਰ ਬੈਰ ਵੀ ਸਿਰ ਬਣੂ ਪਿਆਰ ਮੈਂ ਇੱਕ ਦੂਸਰੇ ਬਿਨਾਂ ਰਹਿੰਦੀ ਨਹੀਂ ਬੈਰ ਮਨ ਆਨੰਦ ਉਹ ਕਹਾ ਕਦ ਪਹੁੰਚ ਕਰ ਡੰਡੇ ਮਰਵਾ ਦੀ ਭਾਈ ਪਤੇ ਅਰ ਬਹੁਤ ਜੀ ਉਹ ਕਹਾ ਕਿ ਇਸਕੀ ਵੈਲਿਡਿਟੀ ਕਦ ਕੱਟਾ ਕਿਸ ਘਰ ਮਾਤੇ ਤੋ ਮਾਈ ਕੀ ਨਣਦ ਨੇ ਬੈਰ ਲੈ ਲਈ ਨਣਦ ਕਹਿਣ ਲੱਗੀ ਕਿ ਕੌਣ ਕਹਾ ਗੁੱਗਲਾਂ ਦੇ ਪੁੱਤਰ ਹੋ ਜਾਂ ਜਾਂ ਗੁੱਗਲਾਂ ਦੇ ਬੱਚੇ ਹੋਣ ਲੱਗੇ ਘਰ ਘਰ ਮੈਂ ਗੁੱਗਲ ਬਣ ਦੂੰਗੀ ਘਰ ਘਰ ਮੈਂ ਲਾਲ ਹੋ ਜਾਂਗਾ ਆਏਗੀ ਗੁੱਗਲ ਵੱਟੀ ਦੇਖੇ ਤੈਨੂੰ ਸ਼ਰਮ ਨਾ ਆਈ ਦਿਨਾਂ ਮਹਿਲਾਂ ਮੈਂ ਰਾਤਾਂ ਨੂੰ ਸਾਧਾਂ ਗੱਡੇ ਰਿਹਾ ਸੋ ਆਣ ਦੇ ਮੇਰੇ ਭਾਈ ਨੂੰ ਜੇ ਤੇਰੇ ਟੁਕੜੇ ਦੋ ਕੇ ਚਾਰ ਨਾ ਬਣਵਾਏ ਮੈਨੂੰ ਸਮੀਰ ਦੇਣਾ ਜਾਂਦੀ ਕਹਿ ਕਾ ਮਾੜੇ ਬੋਲ ਨਣ ਤੋਂ ਚੱਲਦੀ ਹੈ ਆਰ ਮਾਤਾ ਵਾਛਲ ਜਾਂ ਖੜੀ ਦੀ ਬੈਠ ਕੇ ਰੋਣ ਲੱਗੀ ਜਾ ਰਿਹਾ ਭਗਵਾਨ ਜੇ ਆਜ ਮੇਰੇ ਮਹਿਲ ਮੈਂ ਪੁੱਤਰ ਹੁੰਦਾ ਕਿਉਂ ਐਸੀ ਬਾਤਾਂ ਘੁਆਂਦੀ ਕਿਉਂ ਸੁਣਦੀ ਮਾਈ ਰੋਵਾ ਸ਼ਾਮ ਕਾ ਟਾਈਮ ਜਿਸ ਟਾਈਮ ਬਾਦਸ਼ਾਹ ਮਾਂ ਮਾਤਾ ਕਾ ਪਤੀ ਰਾਜਾ ਜੇਵਰ ਪਿਆ ਬਾਂ ਜੰਗਲ ਤੇ ਸਕਾਰ ਖੇਲ ਕਾਇਆ ਆਰ ਮਾਈ ਕੀ ਨਣਦ ਬਲੈਕ ਆਪਣੇ ਪਾਸ ਆਪਣੇ ਭਾਈ ਨੂੰ ਇੱਕ ਮਾਈ ਬਾਦਸ਼ਾਹ ਕੇ ਬਾਰੇ ਮੈਂ ਇੱਕ ਇੱਕ ਦੋ ਕੀ ਚਾਰ ਚਾਰ ਬਣਾਏਗਾ ਕੈਸੇ ਕੈਸੇ ਝੂਠ ਜ਼ੁਬਾਨ ਬੋਲਾ ਔਰ ਕੈਸਾ ਵਕਤ ਮਾਈ ਬਾਪੂ ਆ ਭਾਈ ਕਿਆ ਕਿਹਾ ਭਾਈ ਆਹਿਰੇ ਜਿਸ ਤਨ ਲਗ ਜਾ ਜਗਮਾ ਵਹੀ ਤਨ ਜਾਣਾ ਜਾਣਾ ਉਹ ਜਿਸ ਤਨ ਲਗ ਜਾ ਜਗਮਾ ਵਹੀ ਤਨ ਜਾਣਾ ਦੁਨੀਆ ਦਾ ਹਰੀ ਮਾਂ ਆ ਜੀ ਇਹਨੇ ਦੂਜਾ ਨਾ ਦੂਜਾ ਨਾ ਜਾਣਾ ਉਹ ਕਿਸੇ ਕੀ ਲਬੀ ਇਸ ਦੁਨੀਆ ਮਾਂ ਆ ਜੀ ਬਚੇ ਨੇ ਸੁਣਾਵਾ ਰੰਗਲੀ ਮਹਿਲਾ ਮਾਂ ਹਾ ਜੀ ਆ ਸੁਣ ਲੈ ਸੁਣ ਲੈ ਵੀਰ ਨੇ ਮੇਰਾ ਉਹ ਸਤੇ ਕਾ ਜਵਾਬ ਹਾਂ ਮਹਿਲਾ ਮਾਂ ਹਾ ਜੀ ਜੈ ਤੋ ਯਾਰਾਣੀ ਆ ਤੈਨੂੰ ਬਹੁਤ ਪਿਆਰ
ਪਿਆਰੀ ਪਿਆਰੀ ਆਏ ਜੈ ਲਾਇਓ ਰਾਣੀ ਬਾਛ ਬਹੁਤ ਲੈ ਪਿਆਰੀ ਰੰਗਲੇ ਮਹਿਲਾਵਾਂ ਹਾਂ ਜੀ ਸੇ ਦੂਰ ਇਸ ਦੁਨੀਆ ਮਾ ਜੀ ਹਰ ਜੈ ਰਾਣੀ ਬਾਛਲਿਆ ਤਨ ਨਹੀਂ ਤੀਰ ਪਿਆਰੀ ਪਿਆਰੀ ਜੈ ਰਾਣੀ ਬਾਛ ਤਨੋ ਨਹੀਂ ਤੀ ਓ ਪਿਆਰੀ ਆ ਮੇਰੇ ਵੀਰਣ ਜੀ ਚਾਰ ਹਾਂ ਮਹਿਲਾਵਾਂ ਹਾਂ ਜੀ ਜਦ ਮਾਤਾ ਗਿੰਨਣ ਆਪਣੇ ਭਾਈ ਨੂੰ ਕਹਾਂਗੇ ਭਾਈ ਇਹ ਸੁਣ ਲੈ ਜੈ ਤੋ ਰਾਣੀ ਪਿਆਰੀ ਇਹਨੂੰ ਲੈ ਜਾ ਜਹਾਂ ਮਰਜ਼ੀ ਰਸੀਏ ਬਸੀਏ ਇਹ ਮਹਿਲ ਛੋੜ ਦੇ ਜੇ ਨਹੀਂ ਪਿਆਰੀ ਲੇਗਾ ਤਲਵਾਰ ਇਸਕੇ ਟੁਕੜੇ ਚਾਰ ਬਣੇ ਦੇ ਨੇ ਨਾਮ ਸਾਨ ਇਸਕਾ ਖੋਦੇ ਰਾਜਾ ਨੂੰ ਗੁੱਸਾ ਆ ਗਿਆ ਰਾਜਾ ਕਹਿ ਭੈਣ ਅੱਜ ਤੱਕ ਆਪਣੀ ਰਾਣੀ ਕੀ ਸੋਹਣੀ ਖਾਈ ਐਸਾ ਕਿਆ ਕਰਦਿਆ ਮੇਰੀ ਰਾਣੀ ਨੇ ਜੋ ਮੇਰੀ ਰਾਣੀ ਕੇ ਬਾਰੇ ਮੈਂ ਐਸੀ ਬਾਤ ਕਰੀ ਉਹਨੇ ਕਿਹਾ ਭਾਈ ਤੇਰੀ ਰਾਣੀ ਨੇ ਕਰੀ ਉਹ ਐਸਾ ਤੇਰੀ ਰਾਣੀ ਇਨ ਮਹਿਲਾ ਕੇ ਰਹਿਣੇ ਲੈ ਗਈ ਉਹਨੇ ਬਾਤ ਤੋਂ ਪਤਾ ਲਗਾ ਐਸਾ ਕਿਆ ਹੋਇਆ ਦਾਤਾ ਲੋਕੋ ਗੁੱਸਾ ਹੈਗਾ ਰਾਜਾ ਕੇ ਸੁਣ ਲੈ ਭਾਈ ਕਿਆ ਕਰਿਆ ਤੇਰੀ ਰਾਣੀ ਨੇ ਇੱਕ ਦੇਖੋ ਇੱਕ ਹੈਗੀ ਦੋਦੋ ਦੋਦੋ ਕੀ ਚਾਰ ਚਾਰ ਬਣੇਗਾ ਸਗੀ ਨਣਦ ਮਾਈ ਕੀ ਆਪਣੇ ਭਾਈ ਪਾ ਕੈਸੇ ਕੈਸੇ ਬੋਲ 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 ਰਹੀ ਭਾਈ ਕਿਆ ਕਿਹਾ ਭਾਈ ਕਹਰ ਦਿਨ ਕੇ ਬਿਖਾ ਤੋਇਆ ਰਾਣੀ ਰਹਾਤੀ ਮਹਿਲ ਮਾਰੇ ਬਾਛਲ ਉਹ ਦਿਨ ਕੇ ਬਿਖਾਇਆ ਰਾਣੀ ਰਹਾਤੀ ਮਹਿਲ ਮਾ ਤੇਰੀ ਰਾਣੀ ਬਾਛਲ ਜੀ ਇਹਨਾਂ ਰਾਤਾਂ ਨੂੰ ਹਾਂ ਰਾਤਾਂ ਨੂੰ ਸੁਵਾ ਰਾਣੀ ਉਹ ਡੇਰੇ ਰਾਣੀ ਲਵੀਚ ਬਾਛਲ ਰਾਣੀ ਬੱਤੀ ਨੇ ਟਿੱਕੇ ਰਹਿ ਮਾਰਾ ਉਹ ਛੱਤੀ ਠਕੇ ਰਾਈਆਂ ਵੀਰਣ ਬੱਤੀ ਬੱਤੀ ਟਿੱਕੇ ਮਾਰਾ ਛੱਤੀ ਠਕੇ ਰਾਈਆਂ ਦੁਨੀਆ ਇਸ ਨਗਰੀ ਜੀ ਇਤਨੀ ਬਾਤ ਸੁਣ ਕਾ ਰਾਜਾ ਮੇਰਾ ਗੁੱਸੇ ਮੈਂ ਭਰ ਗਿਆ ਇਤਨੀ ਬਾਤ ਸੁਣ ਕਾ ਰਾਜਾ ਗੁੱਸੇ ਕੇ ਮੈਂ ਭਰ ਗਿਆ ਰੰਗਲੇ ਮਹਿਲਾਵਾਂ ਜੀ ਤੇਰਾ ਗੁੱਸੇ ਮਾਂ ਗੁੱਸੇ ਕੇ ਮਾਂ ਭਰ ਗਿਆ ਰਾਜਾ ਜੇਵਰ ਆ ਮਹਿਲਾਵਾਂ ਗੁੱਸੇ ਮਾਇਆ ਕਾ ਬਹਿਣ ਨੂੰ ਤੇਰੇ ਨੂੰ ਵੀ ਕਹਾ ਤਾ ਜੇਵਰ ਗੁੱਸੇ ਮਾਇਆ ਕਾ ਬਹਿਣ ਨੂੰ ਬਚੇ ਨ ਸੁਣਾਵਾ ਰੰਗਲੇ ਮਹਿਲਾਵਾਂ ਜੀ ਆ ਸੁਣ ਲੈਣਾ
सते का जवाब हा महलवा हा जी आए जय तो ए रानी ए मेरी झूठी होई ए बहन जय रानी बशरेरी आ झूठी होई रंगली महलावा हा जी रानी के दो चार महला जी ले जय रानी बाछलिए मेरी सच्ची होई होई ए जय मेरी रानी अज सच्ची सच्ची होई रंगली महला मा जी ले खत्म में ਖਤਮ ਮੈਂ ਕਰ ਦਿਓ ਬਹਿਣ ਰਾਣੀ ਅੱਜ ਜਾ ਇਸ ਮਹਿਲਾ ਮਾ ਹਾ ਜੀ ਲੈ ਭਾਈ ਜਦ ਮਾਈ ਕੀ ਨਰਦਨ ਨੇ ਬਣਾਏ ਭਾਈ ਭਾ ਮਾੜੇ ਮੰਦੇ ਬੋਲ ਬੋਲੇ ਗਏ ਭਾਈ ਤੇਰੀ ਰਾਣੀ ਨੇ ਮਹਿਲਾਂ ਕਿਰਨ ਲੈ ਕੇ ਦਿਨਮਾ ਮਹਿਲਮਾ ਰਾਤਾਂ ਨੂੰ ਸਾਧਾਂ ਗੱਡੇ ਰਿਹਾ ਮੱਤੇ ਟਿੱਕੇ ਛੱਤੀ ਠਕਰਾਈਆਂ ਖੋਦੀ ਛਵਾਣਾ ਵਾਲੀ ਲਾਜ ਰਾਜਪੁੱਤੀ ਕੋ ਦਾਗ ਲੈ ਦੀ ਸੁਣ ਕਾਇਆ ਬਾਤ ਰਾਜਾ ਜੇਵਰ ਕੇ ਨਾ ਨਾੜੀ ਬਹਾਦਰ ਕੋਠੇ ਕੇ ਅੰਦਰ ਜ਼ਹਿਰ ਖੇਲ ਗਿਆ ਏਡੀ ਕੀ ਲਹਿਰ ਸਿਰਗੀ ਖੋਪੜੀਆਂ ਬੇਸਾ ਕੋਲ ਗਿਆ ਪੇਟ ਮਾਂ ਗਿੱਧਾ ਪੜ ਗਿਆ ਨਾੜ ਮਾਂ ਕਿੱਲਾ ਠੁੱਕਿਆ ਰਾਜਪੂਤ ਕਾ ਤੌਰ ਬਣ ਗਿਆ ਆਂਖਾਂ ਮਾਂ ਖੋਨ ਕੇ ਸਤਾਰੇ ਬਣ ਗਏ ਰਾਜਾ ਜੇਵਰ ਕਹਾ ਕੇ ਬਹਿਣਾ ਆਜ ਤੱਕ ਆਪਣੀ ਰਾਣੀ ਕੀ ਸੌਹਣੀ ਖਾਈ ਪਰ ਜਾ ਜੈ ਤੋ ਹੋਈ ਰਾਣੀ ਝੂਠੀ ਟੁਕੜੇ ਰਾਣੀ ਕੇ ਚਾਰ ਬਣੇ ਦਿਓ ਜੈ ਮੇਰੀ ਰਾਣੀ ਹੋਈ ਸੱਚੀ ਬਹਿਣ ਹੋਈ ਝੂਠੀ ਤਾਂ ਬਖਸ਼ਣੇ ਕਾ ਤੈਨੂੰ ਵੀ ਉਹਨੇ ਕਿਹਾ ਭਾਈ ਮਨਜ਼ੂਰ ਲੈ ਭਾਈ ਛੋੜ ਕਾ ਭੋਜਨ ਰਾਜਾ ਜੇਵਰ ਰਾਣੀ ਮਿਲ ਗਈ ਮਹਿਲਮਾ ਫਿਰ ਤੋਂ ਮੇਰੀ ਬਹਿਣ ਝੂਠੀ ਆ ਜੇ ਰਾਣੀ ਨਾ ਮਿਲੀ ਤੂੰ ਬਹਿਣ ਸੱਚੀ ਆਨੰਦ ਰਹੋ ਬਾਬਾ ਜੀ ਵਾਹ ਜੀ ਪੁੱਜਦੇ ਰਹੋ ਧਿਆਨ ਦੇਣਾ ਸੰਗਤ ਤੋਂ ਕਥਾ ਮੈਂ ਦੇਖੋ ਜਿਸ ਟਾਈਮ ਆਈ ਬਾਛਲ ਮਾਤਾ ਬਾਛਲ ਕੀ ਪ੍ਰੀਖਿਆ ਲੈਣ ਰਾਜਾ ਜੇਵਰ ਆਇਆ ਕਿ ਜੇ ਤੋ ਰਾਣੀ ਮਿਲ ਗਈ ਮਹਿਲਵਾ ਬਹਿਣ ਝੂਠੀ ਜੇ ਨਾ ਮਿਲੀ ਬਹਿਣ ਸੱਚੀ ਆਗਾ ਦੇਖਿਆ ਗਿਆ ਮਾਈ ਬਾਛਲ ਕਾ ਪਲੰਗ ਖਾਲੀ ਪੜਿਆ ਦੇਖ ਕਾ ਰਾਣੀ ਕੀ ਛੇਜ ਖਾਲੀ ਰਾਜਾ ਆਪਣੇ ਮਨ ਮੈਂ ਸੋਚਿਆ ਕਿ ਜ਼ਰੂਰ ਮੇਰੀ ਰਾਣੀ ਸਾਧਾ ਕੇ ਡੇਰੇ ਮੈਂ ਜਿੰਦੇ ਹੋਈ ਜੌਨ ਸੀ ਆਜ ਮੈਨੂੰ ਮਹਿਲ ਮੰਨ ਚਿੱਟਾ ਚਾਦਰਾ ਲੈ ਕੇ ਖੰਡਾ ਬਰਬਰ ਮਾਂ ਧਰ ਕਾ ਰਾਜਾ ਜੇਵਰ ਪਲੰਗ ਕੋ ਪੜ ਗਿਆ ਕਿ ਜਦ ਵੀ ਰਾਣੀ ਆਵਾਗੀ ਮੇਰਾ ਖੰਡਾ ਹੋਵੇਗਾ ਰਾਣੀ ਕੋ ਹੋਵੇਗਾ ਸੀਸ ਪਰ ਬਾਛਲ ਮਾਈ ਧਿਆਨ ਦੇਣਾ ਸੰਗਤੋਂ ਨਾ ਤਾਂ ਕਿਸੇ ਮਹਿਲ ਮਾਂ ਜਹਾ ਥੀ ਨਾ ਕਿਸੇ ਡੇਰੇ ਮਾਂ ਜਹਾ ਥੀ ਮਾਈ ਨੇ ਤਾਂ ਆਪਣੇ ਮਹਿਲ ਮਾਂ ਅਲੱਗ ਕਮਰੇ ਗੁਰੂ ਗੋਰਖਨਾਥ ਜੀ ਇੱਕ ਮਿੱਟੀ ਦੀ ਮੂਰਤੀ ਬਣਾਈ ਹੋਈ ਜਿਸ ਤਰ੍ਹਾਂ ਪੀਰ ਕਾ ਦਰਬਾਰ ਸਜ ਰਿਹਾ ਇਸ ਤਰ੍ਹਾਂ ਮਾਈ ਸ਼ਾਮ ਸਵੇਰ ਗੁਰੂ ਕੀ ਮੂਰਤੀ ਅੱਗੇ ਬੈਠ ਕੇ ਗੁਰੂ ਕਾ ਭਜਨ ਕਰਨ ਥੀ ਇਤਨੀ ਭਗਤੀ ਕਰੀ ਇਤਨੀ ਭਗਤੀ ਕਰੀ ਮਾਈ ਨੇ ਉਸ ਮਾਈ ਕੀ ਭਗਤੀ ਕਾ ਫਲ ਜੋ ਸੰਸਾਰ ਨੂੰ ਮਿਲਿਆ ਉਸ ਮਾਈ ਕੀ ਭਗਤੀ ਕਾਰਨ ਤੋ ਦਾਤਾ ਲੋਕੋ ਮਾਈ ਤੋਂ ਬੈਠੀ ਗੁਰੂ ਕਾ ਭਜਨ ਕਰੀ ਮੂਰਤੀ ਅੱਗੇ ਰਾਜ ਅੱਜ ਚਿੱਟਾ ਚਾਦਰਾਂ ਨਹੀਂ ਪੜਿਆ ਖੰਡਾ ਬਰਬਰ ਮਤਰ ਕਵਿ ਕਦਰਾਣੀ ਆਵਾ ਕਰ ਟੁਕੜੇ ਚਾਰ ਮਾਰ
तो दाता लोग को 11 बजे निचकार का मूर्ति बाबे गोरखनाथ की माई सोचा चल थोड़ा आराम कर लूं। आराम करने वाता छेज पावा आगा देखा क्या राजा जेवर चिट्टा चादरा लियो पड़ेर खंडा पर बरमद रहा। देख का माई वासल अपने पति ने घबराएगी, घबराई क्यों थी कि आज तक मेरा पति कभी खंडा लेकर छेज बने भी आज क्या बात है जो खंडा लेकर गया। माई का ढेर ठना पड़ा अपने पति ने सौंदे जो कह दियो। एक देखिए कौन से तरीके से माई वासल राजा ने जगावा, किस तरह राजा जेवर उठ का बैठा हुआ सामने माई वासल देखकर खंडे नु हाथ पावा माता का मारने वास्ता। आर कहां ते पीर माई की उर्द जन्म ते पहला बड़े बड़े पीर हो एक ये पीर है जिसने जन्म ते पहला परचे लाए, जन्म ते पहला करामात दिखाई है। एक जन्म ते पहला किस तरह माई की उर्द बैठा करामात दिखाओ परचे लावा। आर कैसे माई की जान बचावा भाई, क्या कहे भाई। ले भाई 20 रुपये लविस के नाम से दान, बच्चे के नाम से दान और 50 बाबे सबर सिंह के नाम से पीर बाबा जी के मरवाणी मदान पीर महाराज करा कल्याण नांदरो जी बाजी। आ जाए कोई मैं गया जग मां आहोल सभी आने जाना ले जाना, कोई ओ वह गया ले बंदा ले सभी आने जाना ले एक दिन अमर रहागा रब का है नाम इस दुनिया मा जी। मैं दे सरेना पति के आहुल कुम दी फिराती ले माई, मैं दे सरेना पति के आल कुम दी फिराती वा माता। पति नो ना तो कहता जगावा चले माता जी। तेरा हाथ अपने का माता आहुल चूड़ा चढ़े कावाल माई, हाथ अपने का माता हेरे चूड़ा चढ़े कावाल माता। पैर की बात उपजावा सज्जी है पहल बाचलियो माता जी। कदी पैदे कदी सराना कदी हाथ का चूड़ा छड़का दे कदी पैर की पहल बजा दे मेरे पति जाग जा। इव जागा तो जै सुन दो दबकी लैगा पड़िया अपनी रानी की परीक्षा ले रहा था कि माई वाशल सोचा भी जगा पति ने देखो माई वाशल पतिवरता थी जो पतिवरता उन्होंने सारी तरह का सूर होवा कौन से तरीके से जगरी जरा ध्यान देना वा। तेरा सच्चे वा पैर का पति का हेल गुंठायो
ਹਲਾਵਾ ਹਲਾਵਾ ਸੱਜਣਾ ਪੈਰ ਕਾ ਪਤੀ ਕੇ ਇਹ ਲੈ ਗੁੰਠਾਇਓ ਹਲਾਵਾ ਲੈ ਮਾਈ ਬੈਠਿਆ ਵਾ ਹੋ ਗਿਆ ਰਹਿ ਜੇਵਰ ਅਜ ਰੰਗਲੇ ਮਹਿਲਾਵਾਂ ਜੀ ਸਿਰਿਓ ਕਰਨਾਇਆ ਰਾਜਾ ਆਹੋ ਲੈ ਸੰਪਿਓ ਵਾਲੇ ਖਾਇਆ ਜੀ ਖਾਇਆ ਸਿਰਿਓ ਕਰਨਾਇਆ ਰਾਜਾ ਨੇ ਆਲ ਸੰਪਿਓ ਵਾਲੇ ਖਾਇਆ ਮਹਿਲਵਾ ਠੰਡੇ ਨੋਵਾ ਪਾਵਾ ਇੱਕ ਦਮ ਹੈ ਹੱਥ ਰਾਜਾ ਵਾਜਿਬ ਹਾ ਜੀ ਹੈ ਕਾਵਾ ਉਹ ਖੰਡਾ ਮਾਈ ਕਾ ਆਹੋ ਲੈ ਮਾਰਨੇ ਲਗਿਆ ਤਾਂ ਮਹਿਲਵਾ ਉਰਦ ਕੇ ਮਾਂ ਆ ਜਾਗੀ ਪੀਰ ਕੇ ਆਏ ਜੋਤ ਬਾਗੜ ਕੇ ਰਾਣੀ ਹਾਂ ਜੀ ਪਾਵਨ ਪੀਰੇ ਪੀਰ ਨੇ ਆਹੋ ਲੈ ਯਾਦ ਕਰੇ ਤੇ ਮਹਿਲਵਾ ਬਿਠਾਏ ਬਾਵਨ ਆਏ ਵੀਰ ਬਾਗੜ ਵਾਲੇ ਨੇ ਹਾਂ ਜੀ ਦੋਵਾ ਭੁਜਾ ਕਾ ਰਾਜਾ ਆਹੋ ਲੈ ਜੋਰ ਲਾਵਾ ਮਹਿਲਮਾ ਦੋਰ ਉਹ ਭੁਜਾ ਕਾ ਜੇਵਰ ਆ ਲੈ ਜੋਰ ਛੋਟਾ ਉਸ ਦਿਨ ਹੈ ਮਿਆਨ ਰੰਗਲੇ ਮਹਿਲਾਵਾਂ ਹਾਂ ਜੀ ਮਾਈ ਵਾਛਣ ਕਦੀ ਪੈਂਦੇ ਹੋ ਕਦੀ ਸਰਾਣਾ ਕਦੀ ਹੱਥ ਦਾ ਚੂੜਾ ਛਿਣਕਾਵਾ ਕਦੀ ਪੈਰ ਕੀ ਪੈਲ ਵਜਾ ਮੇਰਾ ਪਤੀ ਜਾ ਇਹ ਕਥਾ ਜੋ ਆਪ ਸੁਣਦੇ ਪੀਰ ਕੇ ਜਨਮ ਕੀ ਕਥਾ ਦਾਨ ਵੀ ਚੱਲਦਾ ਰਹੇਗਾ ਕਥਾ ਵੀ ਬਹੁਤ ਜ਼ਰੂਰੀ ਹੈ ਕਿ ਦੇਖੋ ਜਿਸ ਟਾਈਮ ਮਾਈ ਵਾਛਣ ਜਦ ਰਾਜਾ ਨਾ ਜਾਗਿਆ ਕਦੀ ਪੈਂਦੇ ਹੋ ਕਦੀ ਸਰਾਣਾ ਕਦੀ ਚੂੜਾ ਛਿੜਕਾਵਾ ਹੱਥ ਕਾ ਕਦੀ ਪੈਰ ਕੀ ਪੈਲ ਮਜਾਵਾ ਮਾਈ ਨੇ ਪਤੀਵਰਤਾ ਦੀ ਜੋ ਪਤੀਵਰਤਾ ਨੂੰ ਸਾਰੀ ਤਰ੍ਹਾਂ ਦਾ ਸੂਰ ਹੋਵਾ ਆਪਣੇ ਪਤੀ ਕਾ ਸੱਜੇ ਪੈਰ ਕਾ ਗੁੱਠਾ ਹਿਲਾਇਆ ਔਰ ਰਾਜਾ ਇੱਕਦਮ ਉੱਠਕਾ ਬੈਠਾ ਹੋ ਗਿਆ ਸ਼ੇਰੋ ਗੁਰਨਾਇਆ ਸਾਂਪੇ ਬਲਖੜਾਇਆ ਸਾਹਮਣੀ ਰਾਣੀ ਦੇਖ ਕਾ ਖੰਡੇ ਨੂੰ ਹੱਥ ਪਾਇਆ ਠੈਕਾ ਖੰਡਾ ਲੱਗਿਆ ਮਾਰਨ ਉਸੀ ਟਾਈਮ ਦਾਤਾ ਲੋਕੋ ਇਸ ਪੀਰ ਕੀ ਜੋਤ ਮਾਈ ਕੀ ਉਰਦਮਾ ਜਗ ਗਿਆ ਉਰਦਮਾ ਬੈਠਿਆ ਪੀਰ ਸੋਚਣ ਲੱਗ ਵੀ ਜ਼ੁਲਮ ਹੋ ਗਿਆ ਜਾਜ ਮੇਰੀ ਮਾਤਾ ਕਾ ਪਿਤਾ ਨੇ ਖੰਡਾ ਮਾਰ ਦਿਆ ਮਾਤਾ ਮਰ ਜਾ ਗਿਰ ਮੈਂ ਉਰਦਮਾ ਸੜਕਾਂ ਮਰ ਜੂੰਗਾ ਤੇਰਾ ਜਨਮ ਬਰਾਬਾਦ ਹੋ ਜਾਗਾ ਤੈਨੂੰ ਪੀਰੀ ਪਾਣੀ ਸੰਸਾਰ ਇਹ ਬਾਤ ਸੋਚ ਕਾ ਪੀਰ ਨੇ ਕੌਣ ਯਾਦ ਕਰਿਆ ਉਹ ਬਾਵਨ ਵੀਰ ਜੋ ਪੀਰ ਕੇ ਸਦਾ ਅੰਗ ਸੰਗ ਤਰ੍ਹਾਂ ਜੋ ਮਸਤਕ ਪਾਛੋਂ ਲੈ ਸਕਦੇ ਪੀਰ ਕੀ
ਉਰਦਾਂ ਬੈਠੇ ਨੇ ਬਾਵਨ ਵੀਰ ਯਾਦ ਕਰੀ ਰਹੇ ਬਾਵਨ ਵੀਰੋ ਜੇ ਅੱਜ ਕੰਮ ਨਾ ਆਏ ਤਾਂ ਕਦ ਕਾਵਾਂਗੇ ਜਹੋ ਖੰਡੇ ਕੇ ਪਰ ਬੈਠ ਜਾਓ ਖੰਡਾ ਮਿਆਨ ਸੇ ਬਾਹਰ ਨਾ ਬਣਾ ਬਾਵਨ ਬਿਨਾਂ ਕੀ ਸ਼ਕਤੀ ਖੰਡੇ ਮਾ ਝੁਲ ਗਈ ਇਵ ਰਾਜਾ ਦੋਵੇਂ ਭੁਜਾ ਕਾ ਜ਼ੋਰ ਲਾਵਾ ਪਰ ਖੰਡਾ ਮਿਆਨ ਸੇ ਬਾਹਰ ਨਹੀਂ ਆਉਂਦਾ ਜਦ ਖੰਡਾ ਮਿਆਨ ਸੇ ਬਾਹਰ ਨਾ ਆਇਆ ਰਾਜਾ ਨੇ ਠਹਿਕਾ ਖੰਡਾ ਪੜਾਕ ਦੇਗੀ ਫਰਸ ਪਾ ਟੁਕੜੇ ਚਾਰ ਬਣਾਏ ਖੰਡੇ ਕੇ ਖੁੰਟੀ ਸੇ ਕੋਰੜਾ ਤਾਰਿਆ ਸਰਡ ਦੇਗੀ ਤਾਰ ਕਾ ਕੋਰੜਾ ਬਾਛਰ ਮਾਈ ਕਾ ਕੜਾ ਕੈੜ ਮੜਾ ਮੈੜ ਸੜਾ ਸੈੜ ਸਾਤ ਕੋਰੜੇ ਮਾਰ ਦੀ ਆਠਵਾ ਕੋਰੜਾ ਲੱਗਿਆ ਮਾਰਨ ਮਾਈ ਨੇ ਆਪਣੇ ਪਤੀ ਕਾ ਹੱਥ ਪਕੜ ਲਏ ਠਹਿਰੋ ਠਹਿਰੋ ਪਤੀ ਸਾਤ ਕੋਰੜੇ ਖਾ ਲਈਏ ਮੈਂ ਤੇਰੀ ਗੇ ਲੱਗਣੀ ਕਿ ਸਾਥ ਫੇਰੇ ਲਈਏ ਮੈਂ ਆਠਵਾਂ ਕੋਰੜਾ ਨਾ ਮਾਰ ਦੇ ਪਤੀ ਵਰਤਾਂ ਤੈਨੂੰ ਸ਼ਰਾਪ ਜੋ ਪਤੀ ਵਰਤਾ ਵੀ ਹੋਆ ਪਤੀ ਵਰਤਾ ਕਾ ਸ਼ਰਾਪ ਵੀ ਲੱਗ ਜਾ ਪਰ ਲਗਾ ਪਤੀ ਵਰਤਾ ਕਾ ਕਦੀ ਕੋਈ ਸ਼ਿਕਰ ਜਾ ਕੋਈ ਸੇਖੀ ਮੌਜਾ ਸਾਰੀ ਪਤੀ ਵਰਤਾ ਵੀ ਨਹੀਂ ਹੁੰਦੀ ਮਾਈ ਤੋਂ ਪਤੀ ਵਰਤਾ ਸੀ ਕਿ ਪਤੀ ਜੀ ਨੇ ਉਦੋਂ ਬਤਾ ਕਸੂਰ ਕਿਹਾ ਹੁਣੇ ਗਿਆ ਰਾਣੀ ਕਸੂਰ ਮੇਰੀ ਬਹਿਣ ਸੱਚੀ ਤਾਂ ਝੂਠੀ ਜ਼ਰੂਰ ਸਾਧਾਂ ਗੇ ਡੇਰੇ ਮਜੰਦੇ ਜੋ ਸਿਸ ਟਾਈਮ ਮਹਿਲ ਮਾਈ ਜਾ ਰਾਣੀ ਟੁਕੜੇ ਤੋਂ ਚਾਰ ਤੇਰੀ ਵੀ ਬਣਾ ਦਿੰਦਾ ਸ਼ੁਕਰ ਕਰੀ ਖੰਡੇ ਕਾ ਜੋ ਮਿਆਨ ਸੇ ਬਾਹਰ ਨਹੀਂ ਆਇਆ ਜਾ ਤੜਕੇ ਕੇ ਚਾਰ ਵਜੇ ਦੇ ਪਹਿਲਾਂ ਪਹਿਲਾਂ ਮੇਰਾ ਸਹਿਰ ਮਹਿਲ ਛੋੜ ਦੀਏ ਜਿਉਂਦੀ ਜਿਉਂਦੀ ਕਦੀ ਮੂੰਹ ਨਾ ਦਿਖਾਈਏ ਮਰਕਾ ਸੁਪਨੇ ਮਨਾਈਏ ਅੰਨ ਖਾਣਾ ਹਰਾਮ ਮਹਿਲਾਂ ਮਾ ਰਹਿਣਾ ਹਰਾਮ ਪਾਣੀ ਪੀਣਾ ਤਾਂ ਗਰਾਮ ਲਿਖ ਦਿਆ ਆ ਰਾਤ ਕੇ ਬਾਰਾਂ ਵਜੇ ਬਾਛਲ ਮਾਈ ਨੂੰ ਕੱਢੀਆ ਦੇ ਦੌਲਾ ਬਾਣਾ ਰਾਂਡਾ ਵਾਲਾ ਭੇਸ ਕਰਦੀ ਆ ਮਾਈ ਬਾਛਲ ਕਾ ਜਿਸ ਟਾਈਮ ਆਈ ਬਾਛਲ ਮਾੜੇ ਬੋਲ ਬੋਲੇ ਮਾਤਾ ਆਪਣੇ ਪਤੀਆ ਘਾਹ ਜੋੜਾ ਪਤੀ ਜੀ ਇਹ ਕਿਆ ਕਰੇ ਕਿਆ ਕਹਾਂਗੇ ਸ਼ਹਿਰ ਕੇ ਲੋਕ ਕਿਆ ਕਹਾਂਗੇ ਰਾਜਪੂਤ ਔਰ ਅੱਧੀ ਰਾਤ ਮੈਂ ਕਹਾਂ ਜਹਾਂ ਉਹਨੇ ਕਿਹਾ ਰਾਣੀ ਜਹਾਂ ਮਰਜ਼ੀ ਜੀ ਮੈਨੂੰ ਮੁੜਕਾ ਸਕਲਾਂ ਦਿਖਾਈ ਲੈ ਵੀ ਦਾਤਾ ਲੋਕੋ ਜਿਸ ਟਾਈਮ ਰਾਤ ਕੇ ਬਾਰਾਂ ਵਜੇ ਕੱਢਿਆ ਦੇ ਦਿਆ ਔਰ ਬਾਛਲ ਮਾਈ ਰੋ ਰੋ ਕਾ ਵਿਲਾਪ ਕਰ ਰਹੀ ਹੈ ਪਤੀ ਕਾ ਅੱਗਾ ਹੱਥ ਜੋੜਾ ਪਰ ਰਾਜਾ ਇੱਕ ਨਹੀਂ ਸੁਣਦਾ ਦੇਖ ਨਾ ਸੋਹਣਾ ਰਾਜਾ ਜੇਵਰ ਮਾਈ ਬਾਛਲ ਨੂੰ ਕਿਲੇ ਸੇ ਬਾਹਰ ਕਰਕੇ ਦਰਵਾਜ਼ਾ ਬੰਦ ਕਰ ਲਈਏ ਕਿਲੇ ਮਾਈ ਰੋਵਾ ਰੋਣੇ ਕੀ ਬਾਤ ਕਿਸੇ ਸੁਣੀ ਹੈ ਸੁਣੋ ਜੀ ਸੁਣੋ ਜਿਹੜਾ ਕਥਾ ਮੈਂ ਧਿਆਨ ਦਿਆਂ ਰੋਣੇ ਕੀ ਬਾਤ ਕਿਸੇ ਸੁਣੀ ਇਸ ਪੀਰ ਨੇ ਜਿਸਨੇ ਪਰਚੇ ਲਾਣੇ ਵਾਲਾ ਪੀਰ ਜਿਸ ਪਰਿਵਾਰ ਨੂੰ ਵੀ ਪਰਚਾ ਲਾਇਆ ਕਰਾ ਮਾਤ ਦਿਖਾਈ ਗੋਦੀ ਮਲਾਲ ਖਲਾਇਆ ਜਾ ਜੈ ਕਾ ਮਹਾਰਾਜ ਕੀ ਜੋਤ ਜਾਗੀ ਕਰਮਾ ਵਿਸ਼ਵਾਸ ਸਭਸੇ ਬੜਾ ਵਿਸ਼ਵਾਸ ਹੋ ਇਸਕਾ ਵਿਕਰਮ ਕਾ ਵਿਸ਼ਵਾਸ ਹੱਦ ਤੇ ਵੱਧ ਇਸ ਪੀਰ ਕੇ ਉੱਪਰ ਵਿਸ਼ਵਾਸ ਪਾਰ ਤਾਰਾ ਇਨਸਾਨ ਜਦ ਵੀ ਤਾਰਾ ਜੇ ਵਿਸ਼ਵਾਸ ਨਹੀਂ ਹੈ ਤਾਂ ਸੰਗਤੋ ਕਹੀਂ ਜਾਣਾ ਬਿਨਾਂ ਜੀ ਬਿਨਾਂ ਵਿਸ਼ਵਾਸ ਕੇ ਕੋਈ ਕਾਰਜ ਨਾ ਕਰਾ ਜੇ ਵਿਸ਼ਵਾਸ ਆਜ ਪੀਰ ਨੇ ਰੰਗ ਲੈ ਦੀ ਕੋਈ ਕਮੀ ਨਹੀਂ ਛੋਡੀ ਦੇਖੋ ਮਨ ਤੇ ਮੰਨ ਲਿਆ ਪੀਰ ਨੂੰ ਦਿਲ ਤੇ ਔਰ ਜੋ ਬਾਬਾ ਜੀ ਮੀਹਾ ਰਾਮ ਜੀ ਇਨਕੀ ਵੀ ਦਿਲ ਤੇ ਪੀਰ ਜਿਸ ਤਰ੍ਹਾਂ ਮੰਨ ਕਿ ਜਿਸ ਸੇਵਾਦਾਰ ਨੇ ਘਰ ਮਾਂ ਖੁਸ਼ੀ ਬਖਸ਼ਿਓ ਵਾਕਿਆ ਰੱਬ ਕਰੋ ਕਰਨੇ ਵਾਲਾ ਪੀਰ ਹੋ ਦੇਣ ਵਾਲਾ ਤਾਂ ਪੀਰ ਅਸਲ ਪਰ ਵਿਸ਼ਵਾਸ ਬਹੁਤ ਬੜੀ ਚੀਜ਼ ਹੋ ਵਾ ਜਿਤਨਾ ਵਿਸ਼ਵਾਸ ਹੈ ਇਸ ਨੂੰ ਵਿਕਰਮ ਨੂੰ ਆਜ ਪੀਰ ਨੇ ਕੋਈ ਕਮੀ ਨਹੀਂ ਛੋਟੀ ਸਾਰੀ ਤਰ੍ਹਾਂ ਦੇ ਰੰਗ ਲੈ ਰੱਖਿਆ ਆਗਾ ਹੀ ਮਹਾਰਾਜ ਦੀ ਕਿਰਪਾ ਰੱਖਾਂਗਾ ਇਸ ਪਰਿਵਾਰ ਤੋ ਦਾਤਾ ਲੋਕੋ ਦੇਖੋ ਇਹ ਮਾਈ ਬਾਛਲ ਨੂੰ ਜੋ ਕਥਾ ਸੁਣੀ ਕਥਾ ਤੇ ਗਿਆਨ ਮਿਲਾ ਕਥਾ ਤੇ ਪਤਾ ਲੱਗਾ ਪੀਰ ਕੇ ਬਾਰੇ ਇਹ ਪੀਰ ਹੈ ਕਿਆ
ਬੜੇ ਬੜੇ ਪੀਰ ਹੋਏ ਹਿੰਦੁਸਤਾਨ ਕੀ ਧਰਤੀ ਹੈ ਜੋ ਹਿੰਦੁਸਤਾਨ ਖਾਸ ਕਰ ਪੀਰਾਂ ਪਖੀਰਾਂ ਕੀ ਧਰਤੀ ਸੂਰਬੀਰਾਂ ਕੀ ਸਾਧੂ ਸੰਤਾਂ ਕੀ ਰਿਸ਼ੀਆਂ ਮੁਨੀਆਂ ਕੀ ਧਰਤੀ ਬੜੇ ਬੜੇ ਤਪੱਸਵੀ ਬੜੇ ਬੜੇ ਰਿਸ਼ੀ ਮੁਨੀ ਮਹਾਤਮਾ ਇਹ ਧਰਤੀ ਪਰ ਜਨਮ ਲਿਆ ਪੀਰਾਂ ਪਖੀਰਾਂ ਨੇ ਜਨਮ ਲਿਆ ਗੁਰੂਆਂ ਨੇ ਜਨਮ ਲਿਆ ਸਮੇਂ ਸਮੇਂ ਵਾ ਪਰਮਾਤਮਾ ਨੇ ਵੀ ਕਦੀ ਰਾਮ ਦੇ ਰੂਪ ਮਾ ਕਦੀ ਕ੍ਰਿਸ਼ਨ ਦੇ ਰੂਪ ਮਾ ਜਨਮ ਲਿਆ ਉਹ ਧਰਤੀ ਹੋਵੇ ਸੀ ਸੰਗਤ ਉਹ ਪਵਿੱਤਰ ਮੰਨੀ ਗਈ ਉਹ ਧਰਤੀ ਜਿਤਨਾ ਧਰਮ ਜਿਤਨਾ ਦਾਨ ਆਪਣੇ ਹਿੰਦੁਸਤਾਨ ਮਾ ਚਲਾ ਗਿਆ ਇਤਨਾ ਸ਼ਾਇਦ ਕਹੀਂ ਕਹੀਂ ਨਹੀਂ ਚਲਦਾ ਹਿੰਦੁਸਤਾਨ ਕੇ ਕਿਸੀ ਕੋਨੇ ਮਾ ਚਲੇ ਜਿਓ ਵਹੀ ਧਰਮ ਆਸਥਾ ਮਿਲ ਹਰੇਕ ਕੋਨੇ ਕਾ ਅੰਦਰ ਹਿੰਦੁਸਤਾਨ ਚਾਰੋ ਕੋਟ ਮੰਦਰ ਗੁਰਦੁਆਰੇ ਦਰਬਾਰ ਐਸੇ ਐਸੇ ਪਵਿੱਤਰ ਸਥਾਨ ਆ ਜਿਨ ਕੇ ਚਰਨਾਂ ਮਾ ਜਾਣੇ ਤੇ ਆਪਣੀ ਆਤਮਾ ਸੁਧ ਹੋ ਜਾ ਐਸੇ ਐਸੇ ਧਾਮ ਸਾਤ ਧਾਮ ਤੋਂ ਐਸੇ ਕਹੇ ਗਏ ਆ ਜਿਉਂਦੇ ਜੀਵਨ ਕੀ ਯਾਤਰਾ ਕਰਨੀ ਬਹੁਤ ਜ਼ਰੂਰੀ ਪਰ ਮਜਬੂਰੀਆਂ ਵਾ ਸਾਰੇ ਧਾਮਾਂ ਕੀ ਯਾਤਰਾ ਵੀ ਨਹੀਂ ਹੁੰਦੀ ਪਰ ਜਹਾਂ ਤੱਕ ਕੋਸ਼ਿਸ਼ ਹੋ ਅੱਜ ਇਤਨੇ ਵੀ ਹੋ ਸਕਾ ਆਪਣੇ ਧਰਮ ਨੂੰ ਮੰਨ ਜੀਏ ਆਪਣੇ ਇਨ ਧਾਮਾਂ ਕੀ ਯਾਤਰਾ ਜ਼ਰੂਰੀ ਕੇਦਾਰਨਾਥ ਧਾਮ ਹੋ ਗਿਆ ਐਸੇ ਐਸੇ ਧਾਮ ਕਈ ਤੋ ਦਾਤਾ ਲੋਕੋ ਧਰਮ ਇਨਸਾਨ ਨੂੰ ਪਾਰ ਤਾਰਦੇ ਆ ਪਾਪ ਹੋ ਸੱਚਾਈ ਸਦਾ ਧਰਮ ਕਿਉ ਵਗੀ ਜੀਤ ਸਦਾ ਸੱਚਾਈ ਕਿਉ ਵਗੀ ਤੋ ਦਾਤਾ ਲੋਕੋ ਧਰਮ ਸੇ ਜੁੜ ਕੇ ਰਹਿਣਾ ਜੀ ਧਰਮ ਕਦੀ ਇਨਸਾਨ ਨੂੰ ਗਲਤ ਰਸਤੇ ਬੰਨ ਜਾਣ ਦੇ ਪਾਪ ਸਦਾ ਗਲਤ ਰਸਤੇ ਭੇਜਣ ਤੋ ਰਸਤਾ ਚੁਣੋ ਧਰਮ ਜਹਾਂ ਤੇ ਪਰਮਾਤਮਾ ਵੀ ਉਹ ਸੁਧੀ ਬੁੱਧੀ ਬਖਸ਼ੋ ਤੋ ਸੰਗਤੋਂ ਸੁਣਨ ਵਾਲੇ ਬੋਲਾਂ ਜਿਹੜਾ ਕਥਾ ਮਾਈ ਵੀ ਆਪਣੇ ਸਤ ਪਾਤੀ ਆਪਣੇ ਧਰਮ ਕਰਮ ਪਾਤੀ ਨਾ ਕਹੀਂ ਡੇਰੇ ਮਜਹਾਤੀ ਪਰ ਇਹ ਗਰ ਗਰ ਕੀ ਕਹਾਣੀ ਗਰ ਗਰ ਕੇ ਕਿੱਸੇ ਆ ਸਗੀ ਨਣਦ ਨੇ ਤੌਮਤ ਲਾਈ ਮਹਿਲਾਂ ਤੇ ਕਢਵਾ ਦੀ ਜਦ ਮਹਿਲਾਂ ਤੇ ਰਾਤ ਕੇ 12 ਵਜੇ ਕਢਵਾਈ ਬਾਛਲ ਮਾਈ ਕੱਲੀ ਉਹ ਬੈਠੀ ਰੋਰੀ ਸਾਰਾ ਨਗਰ ਸੋਵਾ ਈਰਖਾ ਬਿਰਖਾ ਪੰਛੀ ਪਰਿੰਦੇ ਉਸ ਟਾਈਮ ਆਪਣੇ ਆਲਣੇ ਵਿਸਰਾਮ ਕਰ ਰਹੇ ਥੇ ਵਕਤ ਕਿਸਮਾ ਮਾਈ ਬਾਛਲਾ ਪੜ ਗਿਆ ਸੰਗਤ ਤੋਂ ਸਭ ਤੇ ਬੜਾ ਵਕਤ ਵਕਤ ਐਸਾ ਪੜਜੋ ਗਰੀਬ ਪਾ ਪੜਜੋ ਅਮੀਰ ਪਾ ਵਕਤ ਡੋਲੇ ਖੜੇ ਦੇ ਮਾਈ ਬਾਛਲ ਵਾ ਜਿਸ ਟਾਈਮ ਵਕਤ ਪੜਿਆ ਮਾਈ ਕੀ ਰੋਣੇ ਕੀ ਆਵਾਜ਼ ਕੋਈ ਨਾ ਸੁਣਾ ਸੰਗਤ ਰੋ ਰਹੀ ਹੈ ਬੈਠੇ ਰੋਣੇ ਕੀ ਆਵਾਜ਼ ਕਿਸੇ ਸੁਣੀ ਤੀ ਸੰਗਤ ਉਸ ਟਾਈਮ ਮਾਈ ਇਸ ਸਕਤੇ ਪੀਰ ਨੇ ਆਪਣੀ ਮਾਂ ਕੀ ਉਰਦੋਂ ਬੈਠਿਆ ਛੱਤਰੀ ਪੀਰ ਆਪਣੀ ਮਾਤਾ ਨੂੰ ਕਾਨੂੰ ਆਵਾਜ਼ ਦੇ ਮਾਤਾ ਰੋਵਾ ਨਾ ਮਾਈਏ ਰੋਵਾ ਨਾ ਰੋਣੇ ਸੇ ਤੇਰਾ ਕੱਢਿਆ ਨੀ ਕੱਟਣੇ ਕਾ ਰੋਣੇ ਸੇ ਸੋਟਾ ਨੀ ਕੱਟਣੇ ਹੀ ਮਾਈ ਇਤਨੀ ਭੋਲੀ ਥੀ ਚਾਰ ਚਪੇਰਾ ਦੇਖਾ ਕਿ ਹੇ ਭਗਵਾਨ ਨਾ ਤੋ ਮੇਰੇ ਪਾਸ ਕੋਈ ਬੰਦਾ ਵੀ ਆਵਾਜ਼ ਆਵਾ ਤੋ ਕਹਾਂ ਤੇ ਆਵਾ ਪੀਰ ਨੇ ਦੁਬਾਰਾ ਫਿਰ ਕਾਨਵਾ ਵਾਦੀ ਮਾਤਾ ਰੋਣੇ ਸੇ ਕੱਢਿਆ ਨੀ ਕੱਟਣੇ ਕਾ ਇਹ ਕਾਮ ਕਰਮਾਈ ਤੇਰੇ ਇਸ ਨਗਰ ਮਾ ਇੱਕ ਤੋਂ ਬਾਡਿਆਂ ਕਾ ਲੜਕਾ ਕਰਮਾ ਲੁਹਾਰ ਹਰੇਕ ਹਰੀਜਨਾ ਕਾ ਲੜਕਾ ਪੱਲੂ ਜਲਦੀ ਸੇ ਕਰਮੇ ਲੁਹਾਰ ਨੂੰ ਪੱਲੂ ਨੂੰ ਬੁਲਾ ਕਰਮੇ ਕੇ ਕਾਰਖਾਨੇ ਸੇ ਗੱਡਾ ਮੰਗਾ ਅਰ ਪੱਲੂ ਕੇ ਪਾਸਤੇ ਮੰਗਾਈਏ ਮਾਈ ਬੈਲ ਚੌਰਾ ਬੂਰਾ ਮੇਰੇ ਨਾਨੇ ਰਾਜਾ ਕੌਰਪਾਲ ਨੇ ਜੋ ਗਊਆਂ ਤੈਨੂੰ ਦਾਤ ਮੈਂ ਦਿੱਤੀਆਂ ਗਊਆਂ ਮੈਂ ਦੋ ਬੈਲ ਜਦ ਆਪਣੇ ਨਾਨੇ ਦਾ ਨਾਂ ਵੀ ਲਿਆ ਤਾਂ ਪੀਰ ਨੇ ਉਰਦੂਆਂ ਬੈਠੇ ਨੇ ਦੇਖੋ ਬੜੇ ਬੜੇ ਪੀਰ ਹੋਏ ਆ ਉਰਦੂਆਂ ਬੈਠਿਆ ਜਨਮ ਤੇ ਪਹਿਲਾਂ ਬੋਲ ਰਿਹਾ ਪਰਚੇ ਲੈ ਰਿਹਾ ਫਿਰ ਸਮਝੀ ਮਾਈ ਬਾਛਲ ਜਿਸ ਟਾਈਮ ਆਪਣੇ ਨਾਨੇ ਦਾ ਨਾਂ ਲਿਆ ਪੀਰ ਫਿਰ ਤਾਂ ਮਾਈ ਨੇ ਕਰਮਾ ਲੁਹਾਰ ਬੁਲਾਇਆ ਕਰਮੇ ਲੁਹਾਰ ਕੇ ਪਾਸਤੇ ਗੱਡਾ ਮੰਗਾ ਲਿਆ ਆਰ ਹਰੀਜਨਾ ਕਾ ਲੜਕਾ ਥਾ ਜੋ ਪੱਲੂ ਪੱਲੂ ਗਡਵਾਲਾ ਚੌਰਾ ਬੁਰਾ ਬੱਚੇ ਛੇ ਛੇ ਮਹੀਨੇ ਕੇ ਬੱਚੇ ਦੁੱਧ ਕੇ ਚੁੰਘਣੇ ਵਾਲੇ ਗੱਡਾ ਨੀ ਖਿੱਚ ਸਕਦੇ ਪਰ ਸਕਤੀ ਦੀ ਪੀਰ ਗੱਡੇ ਮਾ ਬੈਲ ਚੜਵਾ ਲਈਏ ਆਰ ਬਾਛਲ ਮਾਈ ਦਾਤਾ ਲੱਖੋ ਅੱਧੀ ਰਾਤ ਰੋਂਦੀ ਕਰਾਂਦੀ ਦੇਖ ਆਪਣੇ ਮਹਿਲਾਂ ਕੰਨੀ ਕੂਕ ਮਾਰੀ ਜਾ ਰਿਹਾ ਭਗਵਾਨ ਕਦੀ ਇਸ ਮਹਿਲੋਂ ਬਿਆਲੀ ਆਈ ਥੀ ਆ ਦੁਆਗਣ ਹੋ ਗਈ ਮੇਰੀ ਲਾਜ ਰਾਖੀ ਜਦ ਮਾਈ ਰੋਵਾ ਸਰੋਵਾ ਪੱਲੋ ਗਡਵਾਲਾ ਕਹਿਣ ਲੱਗਾ ਮਾਈ ਉਹ ਤੋਂ ਬਤਾ ਮਾਈ ਰੋਵਾ ਨਾ
ਕੌਣ ਸੇ ਰਸਤੇ ਨੂੰ ਗੱਡਾ ਛੇੜੋ ਤੇ ਉਹ ਬੱਚੇ ਇੱਕ ਕੰਮ ਕਰ ਜਿਉਂ ਮੇਰੇ ਨਗਰ ਦਾ ਖੇੜਾ ਵੀ ਖੇੜੇਗੇ ਭਾਉਣ ਪਾ ਮੇਰਾ ਗੱਡਾ ਵਿੱਚ ਰਿਹਾ ਖੇੜੇ ਨੂੰ ਮਨਾਉਂਗੀ ਸਹਿਤ ਖੇੜਾ ਰਾਜਾ ਮੇਰੇ ਪਤੀ ਦੀ ਬੁੱਧੀ ਠੀਕ ਕਰਦੇ ਮੈਨੂੰ ਮੋੜ ਕਬ ਸਹਿਦੇ ਮੇਰੀ ਇੱਜ਼ਤ ਰਹਿ ਜਾਏ ਜੇ ਸ਼ਹਿਰ ਛੋੜ ਕੇ ਚਲੀ ਗਈ ਸਾਰਾ ਸ਼ਹਿਰ ਸਾਰੇ ਰਾਜਪੂਤ ਗਰੀਬ ਅਮੀਰ ਸਾਰੇ ਮੈਨੂੰ ਤਾਨੇ ਮਾਰੇ ਦਾਤਾ ਲੋਕੋ ਧਿਆਨ ਦੇਣਾ ਹੈ ਬਾਦਸ਼ਾਹ ਮਾਈ ਰਾਤ ਕੇ 12 ਵਜੇ ਆਣ ਕਾ ਖੇੜੇ ਕੇ ਮਾਉਣ ਜੋ ਖੇੜਾ ਹੋਵਾ ਨਗਰ ਕਾ ਦੇਵਤਾ ਨਗਰ ਕਾ ਮੁਖੀ ਹੋਵਾ ਖੇੜਾ ਮਨਾਉਣਾ ਵੀ ਬਹੁਤ ਜ਼ਰੂਰੀ ਆਣ ਕਾ ਖੇੜੇ ਕੇ ਮਾਉਣ ਪਰ ਰਾਤ ਕੇ 12 ਵਜੇ ਕਿਤਨਾ ਕੁੱਕਾ ਮਾਰ ਮਾਰ ਕਰ ਰੋਵਾ ਕਿਆ ਤੋ ਖੇੜਾ ਪੁੱਛਾ ਰ ਕਿਆ ਮਾਈ ਆਪਣਾ ਦੁੱਖੜਾ ਸੁਣਾਵਾ ਰੇ ਭਾਈ ਕਿਆ ਕਿਹਾ ਭਾਈ ਜੋੜੀ ਕਾ ਬਿਛੜਨਾ ਬਤਾਈਓ ਬਹੁਤ ਬੁਰਾ ਤਵੀਰਣ ਹੈ ਜੋੜੀ ਕਾ ਬਿਛੜਨਾ ਰ ਜਗਮ ਆ ਬਹੁਤ ਬੁਰਾ ਤਵੀਰਣ ਹੈ ਮਿਲ ਕਾ ਨਾ ਬਿਛੜਾ ਕਿਸੇ ਕਾ ਆ ਪਿਆਰ ਇਸ ਦੁਨੀਆ ਮਾ ਹਾਂ ਜੀ ਜੀ ਜਿਨਕੀ ਰ ਮਿਲਕਾ ਜਗਮਾ ਜੋੜੀਆਂ ਵਿਛੜ ਜਾ ਵਿਛੜ ਜਾ ਮੇਰਾ ਜਿਨਕੀ ਮਿਲਕਾ ਜਗਮਾ ਜੋੜੀਆਂ ਵਿਛੜ ਜਾ ਵੀਰਣ ਮੇਰਾ ਹਟਕਾ ਨਾ ਮਿਲਦੀ ਦੂਜੀ ਬਾਬਾ ਇਸ ਦੁਨੀਆ ਮਾ ਆ ਜੀ ਜੀ ਰੋਂਦੀ ਕਰਲਾਂਦੀ ਵਾ ਮਾਤਾ ਆ ਖੇੜੇ ਪਾਇਆ ਵਾਇਆ ਵਾ ਰੋਂਦੀ ਕਰਲਾਂਦੀ ਵਾ ਮਾਤਾ ਆ ਖੇੜੇ ਪਾਇਆ ਵਾ ਚਲਕਾ ਖੇੜੇ ਬਾਰੋ ਬਾਜਾਰੋ ਹਜ਼ਾਰ ਬਾਚਲ ਮਾਤਾ ਆ ਜੀ ਜੀ ਖੇੜਾ ਮਾਈ ਮਾਲ ਨੂੰ ਵੀ ਕਹਾ ਤਾ ਵੀਰਣ ਬੋਲਿਆ ਵਾ ਖੇੜਾ ਵਾ ਰਾਜਾ ਆ ਬੱਚੇ ਨੇ ਸੁਣਾਵਾ ਮਾਈ ਨੂੰ ਹਏ ਸੁਣ ਲੇ ਬੇਟੀ ਮੇਰੀ ਆ ਬਾਤ ਬਾ ਚੱਲ ਨਿਆਣੀ ਆ ਜੀ ਜੀ ਕਿਉਂ ਤੋਂ ਰੋਵਾ ਬੇਟੀ ਇਹ ਕਿਉਂ ਕਰੇੜਾ ਵਾ ਬੇਟੀ ਕਿਉਂ ਤੋਂ ਰੋਵਾ ਬਾਸ਼ਲ ਕਿਉਂ ਕਰੇੜਾ ਵਾ ਬੇਟੀ ਅਸਲ ਬਤਾ ਦੇ ਬੇਟੀ ਬਾਤ ਹਾਂ ਮੇਰੀ ਨਿਆਣੀ ਆ ਜੀ ਜੀ ਇਤਨੀ ਵਾ ਸੁਣ ਕਾ ਮਾਈ ਉਹ ਜਰ ਜਰ ਰੋਵਾ ਰੋਵਾ ਇਤਨੀ ਵਾ ਸੁਣ ਕਾ ਮਾਤਾ ਆ ਨਿਓ ਵੀ ਕਹਾ ਖੇੜੇ ਨੂੰ ਸੁਣ ਲਿਓ ਖੇੜੇ ਦਾਦਾ ਮੇਰੀ ਬਾਤ ਨਗਰੀ ਕੇ ਮਾਲਕ ਆ ਜੀ ਜੀ ਕਹਾ ਲੈ ਪਾਲਮ ਰੁੱਠਿਆ ਮੇਰਾ ਉਹ ਸਭ ਜਗੇ ਰੁੱਠਿਆ ਦਾਦਾ ਪਾਲਮ ਰੁੱਠਿਆ ਦਾਦਾ ਸਭ ਜਗੇ ਰੁੱਠਿਆ ਮੇਰਾ ਮੇਰੇ ਤੋਂ ਰੁੱਠ ਗਏ ਤੇ ਭਗ ਭਗਵਾਨ ਪੈਦਾ ਕਰਦਾ ਆ ਜੀ ਜੀ ਪਤੀ ਨੇ ਦਾਦਾ ਆ ਕੱਢਿਆ ਦਿਆ ਮਹਿਲਾ ਸੇ ਮੇਰੇ ਮੇਰੇ ਰਾਜਾ ਨੇ ਮੰਨੋ ਕੱਢਿਆ ਦਿਆ ਮਹਿਲਾ ਸੇ ਤੇਰੇ ਲਿਖ ਦਿਆ ਦੇਸੀ ਆਵਾ ਤਿਆਗ ਹਾਂ ਮਹਿਲਾ ਸੇ ਹਾਂ ਜੀ ਜੀ
ਅਨੇ ਔਰੇ ਪਾਣੀ ਦਾਤਾ ਹੇ ਰਾਮ ਲਿਖਿਆ ਤਾਂ ਮੇਰਾ ਅਨੇ ਔਰੇ ਪਾਣੀ ਮੇਰਾ ਹੇ ਰਾਮ ਲਿਖਿਆ ਤਾਂ ਦਾਤਾ ਮੈਂ ਰਾਮ ਰਹਿਣਾ ਲਿਖ ਦਿਆ ਹੇ ਰਾਮ ਹਾਂ ਮੇਰੇ ਬਾਲ ਹਾਂ ਜੀ ਜੈ ਖੇੜੇ ਰਾਜਾ ਮੰਨੋ ਮੋੜ ਕਾ ਬਸੈ ਦੇ ਮਹਿਲ ਮਾ ਜੈ ਖੇੜੇ ਰਾਜਾ ਮੰਨੋ ਹਟੇ ਕਾ ਬਸੈ ਦੇ ਤੇਰਾ ਜੋ ਦਿਨਾ ਭੁੱਲੋ ਦਾਤਾ ਆਸਾਨ ਹਾਂ ਨਗਰੀ ਮਾਂ ਹਾਂ ਜੀ ਜੇ ਖੇੜੇ ਰਾਜਾ ਤੇਰਾ ਜੋ ਦਿਨਾ ਭੁੱਲੋ ਮੈਂ ਦਾਤਾ ਆਸਾਨ ਆ ਦੁਨੀਆ ਮਾਂ ਹਾਂ ਜੀ ਜੀ ਤੇਰੇ ਤੇਰੇ ਨਾਮ ਪਾ ਦਾਤਾ ਜੱਗਾ ਮਹਿਰ ਚੇ ਦਿਓ ਰਚੇ ਦਿਓ ਤੇਰੇ ਲੈ ਨਾਮ ਪਾ ਖੇੜੇ ਰਾਜ ਜੱਗਾ ਮਹਿਰ ਚੇ ਦਿਓ ਦਾਤਾ ਆਏ ਲੈ ਗਊਆਂ ਕੇ ਕਰ ਦਿਓ ਪੁੰਨ ਦਾਨ ਹਾਂ ਮਹਿਲਾ ਮਾਂ ਹਾਂ ਜੀ ਖੇੜੇ ਰਾਜਾ ਮੈਂ ਗਊਆਂ ਕਰ ਦਿਓਗੇ ਪੁੰਨ ਦਾਨ ਹਾਂ ਮਹਿਲ ਮਾਂ ਹਾਂ ਜੀ ਜੀ ਚਾਰੋ ਜਰ ਰੋਵਾ ਮਾਈ ਆ ਪਲ ਪਲ ਰੋਵਾ ਰੋਵਾ ਜਰ ਜਰ ਰੋਵਾ ਮਾਈ ਤੋ ਨੈਣਾ ਭਰ ਕਰ ਰੋਵਾ ਰੋਵਾ ਖੇੜੇ ਬਾਰੋ ਵਾ ਜਾਰੋ ਆ ਜਾਰ ਵਾ ਜਲ ਮਾਤਾ ਆ ਜੀ ਜੀ ਰੋਣੇ ਕੀ ਵਾਜ ਮਾਈ ਕੀ ਪੀਰ ਸੁਣਾ ਤਾ ਉਰਦਮਾ ਰੋਣੇ ਕੀ ਵਾਜ ਮਾਈ ਕੀ ਮੇਰਾ ਪੀਰ ਸੁਣਾ ਤਾ ਉਰਦਮਾ ਜਾਗ ਗਿਆ ਉਰਦ ਕੇ ਮਾਏ ਮਾਗੜ ਵਾਲਾ ਆ ਜੀ ਜੀ ਉਰਦ ਸੇ ਜੋਤ ਚਲਕਾ ਮਸਤ ਕੇ ਮਾਏਗੀ ਮਾਈ ਕੇ ਉਰਦ ਸੇ ਜੋਤ ਚਲਕਾ ਮਸਤਕ ਮਾਏਗੀ ਮਾਈ ਕੇ ਝੂਲ ਗਿਆ ਰਿਹਾ ਮਸਤਕ ਮਾਜ ਬਾਗੜ ਵਾਲਾ ਆ ਜੀ ਜੀ ਖੇੜੇ ਕੀ ਲੈ ਜੋਤ ਨੂੰ ਜਦ ਪੀਰ ਕੀ ਜੋਤ ਟਕਰਾਈ ਭੌਣ ਪਾ ਖੇੜੇ ਕੀ ਜੋਤ ਨੂੰ ਜਦ ਬਾਬੇ ਤੇਰੀ ਜੋਤ ਟਕਰਾਈ ਮੇਰੇ ਰਾਣੇ ਇਹ ਕਾਇਆ ਲੈ ਕਮੈਦੀ ਖੇੜੇ ਕੀ ਆਜ ਆਣੇ ਨੇ ਆ ਜੀ ਜੀ ਵਾਲੇ ਤੰਨੇ ਕਾਇਆ ਕਬੈਦੀ ਖੇੜੇ ਕੀ ਆਜ ਹਾਂ ਭੌਣ ਮਾ ਆ ਜੀ ਜੀ ਲੈ ਬਾਈ ਜਿਸ ਟਾਈਮ ਮਾਈ ਬਾਚਲ ਖੇੜੇ ਕੇ ਭੌਣ ਪੈ ਗਈ ਆਣ ਕਾ ਖੇੜੇ ਵਾ ਰੋਆ ਸਰੋਆ ਬਰਲਾਪ ਕਰੀਏ ਰੋਂਦੀ ਮਾਈ ਬਾਛਲ ਕਾ ਹਾਲ ਦੇਖ ਕਾ ਖੇੜਾ ਕਹੇਗੇ ਬੇਟੀ ਬਾਛਲ ਤੋਂ ਇਸ ਟਾਈਮ ਅੱਧੀ ਰਾਤ ਦੌਲਾ ਤੇਰਾ ਬਾਣਾ ਬੇਟੀ ਖੁੱਲੇ ਕੇ ਸੱਚ ਬਤਾ ਬਾਛਲ ਐਸਾ ਕਿਆ ਹੋ ਗਿਆ ਤੇਰੀ ਮਾਈ ਨੇ ਕੋਕ ਮਾਰੀ ਰੋਂਦੀ ਰੋਂਦੀ ਕਹੇਗੀ ਦਾਦਾ ਇਲੇ ਬਾਲੇ ਰੁੱਠਿਆ ਮੇਰਾ ਸਭ ਜਗ ਰੁੱਠਿਆ
सोना है पीरा जी तेरे दर से कोई खाली नहीं जाता, झोलियां सबकी भरता है देने वाला नजर नहीं आता। तेरा ही नाम सुनकर आए हैं बड़ी दूर से, झोली मेरी को भर दो मेरे पीरा पकंबर के नूर से। सुन फरियाद पीरा दया पीरा, जय मेरी अर्ज सुनो जी कन करके, उस बेड़ी नो खतरा कादा पीरा जी दी आप खड़े बा फड़के। तेरा दर छड़ के नी मैं जावा किथे, पीरा जी मैनू कौन नी माणे नू जानदा है। तेरा ना लेना लंग पार जाना, जे मैनू आसरा तेरे नाम दा है। आए अल्लाहो 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 दी आवाज़ मैनू आवे वो पीरा तेरे रोजे विचार। अल्लाहो अल्लाहो अल्लाहु अल्लाहु। सुन फरियाद पीरा दे पीरा अर्ज सुनावा तेनो पीरा, सुनावा तेनो पीरा अर्ज सुनावा तेनो। सुन फरियाद पीरा दे पीरा अर्ज सुनावा तेनो पीरा, सुनावा तेनो पीरा अर्ज सुनावा तेनो। तेरे जहां मैनू होर नी लभना, 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 मेरे जहे लग तेनो। अल्लाहु 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 आए अल्लाहु दी ओ अल्लाहु दी आवाज़ मैनू आवे पीरा तेरे रोजे विचों। अल्लाहु 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 अल्लाहु।
ਅਲਫ ਅੱਲਾ ਨਾ ਲੱਭਦਾ ਕਿਧਰੇ ਦੇਖ ਮੇਰਾ ਦਿਲ ਸੜਿਆ, ਦੇਖ ਮੇਰਾ ਦਿਲ ਸੜਿਆ ਪੀਰਾ, ਦੇਖ ਮੇਰਾ ਦਿਲ ਸੜਿਆ, ਅਲਫ ਅੱਲਾ ਨਾ ਲੱਭਦਾ ਕਿਧਰੇ ਦੇਖ ਮੇਰਾ ਦਿਲ ਸੜਿਆ, ਦੇਖ ਮੇਰਾ ਦਿਲ ਸੜਿਆ ਪੀਰਾ, ਦੇਖ ਮੇਰਾ ਦਿਲ ਸੜਿਆ, ਉਹ ਪਿੱਛ ਕਿਤਾਬਾਂ ਪਤਾ ਨੀ ਲੱਗਦਾ ਇਲਮ ਬਥੇਰਾ ਪੜਿਆ ਪੀਰਾ, ਬਥੇਰਾ ਪੜਿਆ ਪੀਰਾ, ਇਲਮ ਬਥੇਰਾ ਪੜਿਆ, ਓਏ ਅਲਫ ਅੱਲਾ ਉਹਨ ਰੂਹਾਂ ਨੂੰ ਮਿਲਦਾ, 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 ਜਿਹਨੇ ਲੜ ਮੁਰਸ਼ਦ ਦਾ ਫੜਿਆ, ਅੱਲਾਹੂ 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 ਦੀ ਆਏ ਅੱਲਾਹੂ ਦੀ ਆਵਾਜ਼ ਮੈਨੂੰ ਆਵੇ, ਉਹ ਪੀਰਾ ਤੇਰੇ ਰੋਜ਼ੇ ਵਿੱਚ, ਅੱਲਾਹੂ 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 ਸਜਾਦੀ ਮਹਿਲਾਂ ਦੇ ਵਿੱਚ ਆਪਣਾ ਮਨ ਪਰਚਾਵੇ, ਆਪਣਾ ਮਨ ਪਰਚਾਵੇ ਸਜਾਦੀ ਆਪਣਾ ਮਨ ਪਰਚਾਵੇ, ਉਹ ਛਾਤੀ ਉੱਤੇ ਰੱਖ ਕੇ ਤੁੰਬਾ ਮਸਤ ਸਤਾਰ ਵਜਾਵੇ, ਮਸਤ ਸਤਾਰ ਵਜਾਵੇ ਸਜਾਦੀ, ਮਸਤ ਸਤਾਰ ਵਜਾਵੇ, ਮਸਤ ਸਤਾਰ ਵਜਾਵੇ ਸਜਾਦੀ, ਮਸਤ ਸਤਾਰ ਵਜਾਵੇ ਸਜਾਦੀ, ਮਸਤ ਸਤਾਰ ਵਜਾਵੇ ਸਜਾਦੀ, ਮਸਤ ਸਤਾਰ ਵਜਾਵੇ ਸਜਾਦੀ, ਮੁੱਖੋਂ ਇਹ ਫਰਮਾਵੇ ਅੱਲਾਹੂ ਅੱਲਾਹ ਦੀ ਆਵਾਜ਼ ਮੈਨੂੰ ਆਵੇ ਪੀਰਾ ਤੇਰੇ ਰੋਜ਼ੇ ਵਿੱਚ, ਅੱਲਾਹੂ 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 ਪੀਰ ਆਈ ਮੇਰਾ ਪੀਰ ਨਾ ਆਇਆ ਖੈਰ ਹੋਵੇ ਉਹਦੇ ਦਮ ਦੀ, ਪੀਰ ਹੋਏ ਉਹਦੇ ਦਮ ਦੀ, ਪੀਰਾ ਖੈਰ ਹੋਏ ਉਹਦੇ ਦਮ ਦੀ, ਪੀਰ ਆਈ ਮੇਰਾ ਪੀਰ ਨਾ ਆਇਆ ਖੈਰ ਹੋਵੇ ਉਹਦੇ ਦਮ ਦੀ, ਵੇ ਪੀਰਾ ਖੈਰ ਹੋਏ ਉਹਦੇ ਦਮ ਦੀ, ਪੀਰਾ ਖੈਰ ਹੋਏ ਉਹਦੇ ਦਮ ਦੀ, ਹਾਰ ਸ਼ਿੰਗਾਰ ਚੰਗੇ ਨਹੀਂ ਉਹ ਲੱਗਦੇ ਕਿੱਥੇ ਨਜ਼ਰ ਨਾ ਜੰਮਦੀ, ਪੀਰਾ ਨਜ਼ਰ ਨਾ ਜੰਮਦੀ, ਪੀਰਾ ਕਿੱਥੇ ਨਜ਼ਰ ਨਾ ਜੰਮਦੀ, ਗੁਲਾਮ ਫਰੀਦਾ ਪੀਰਾ ਵਾਜੋ, ਗੁਲਾਮ ਫਰੀਦਾ ਪੀਰਾ ਵਾਜੋ, ਗੁਲਾਮ ਫਰੀਦਾ ਪੀਰਾ ਵਾਜੋ, ਗੁਲਾਮ ਫਰੀਦਾ ਪੀਰਾ ਵਾਜੋ, ਇਹਦੇ ਭਲਾ ਕਿਸ ਕੰਮ ਦੀ, ਅੱਲਾਹੂ 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 ਦੀ ਓਏ ਅੱਲਾਹੂ ਦੀ ਆਵਾਜ਼ ਮੈਨੂੰ ਆਵੇ ਪੀਰਾ ਤੇਰੇ ਰੋਜ਼ੇ ਵਿੱਚ, ਅੱਲਾਹੂ 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 ਤੂੰ ਹੀ ਤੂੰ, ਤੂੰ ਹੀ ਤੂੰ, ਅੱਲਾਹੂ ਅੱਲਾਹੂ ਤੂੰ ਹੀ ਤੂੰ, ਤੂੰ ਹੀ ਤੂੰ, ਅੱਲਾਹੂ ਅੱਲਾਹੂ ਆਏ ਅੱਲਾਹੂ 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 ਅੱਲਾ ਹੋ ਜੈਕਾਰਾ ਪੀਰ ਮਹਾਰਾਜ ਦਾ, ਸਾਰੇ ਬੋਲੋ ਸੱਚੇ ਦਰਬਾਰ ਕੀ। Thank you.
ਕਿ ਦੇਖੋ ਜਿਸ ਟਾਈਮ ਮਾਈ ਸ਼ਿਆਮ ਕੌਰ ਔਰ ਸਿੱਧੋ ਮਾਈ ਦਿੱਲੀ ਦੀ ਸਰਕਾਰ ਮੁਗਲ ਬਾਦਸ਼ਾਹ ਦੀ ਸਰਕਾਰ ਸੀ, ਮੁਗਲ ਬਾਦਸ਼ਾਹ ਦੀ ਫੌਜ ਨੇ ਬੌਰੇਵਾਂ ਕੈਦ ਕਰਦੀ ਹੈ, ਜਿਸ ਟਾਈਮ ਬੌਰੇਵਾਂ ਦੋ ਮਾਈਆਂ ਕੈਦ ਵੀ ਕਰੀ, ਮਾਈ ਸ਼ਿਆਮ ਕੌਰ ਮਾਈ ਸਿੱਧੋ ਮਾਈ ਤੋਂ ਦਾਤਾ ਲੱਕੋ ਬੌਰੇਵਾਂ ਕੈਦ ਮਾਈਆਂ ਰੋਵਾਂ ਆ ਔਰ ਉਸ ਮੌਕੇ ਮਾ ਰੋਣੇ ਕੀ ਆਵਾਜ਼ ਜੋਧਾ ਸਬਲ ਸਿੰਘ ਸੁਣਾ ਆਰ ਸੁਣ ਕਾ ਆਵਾਜ਼ ਦਾਤਾ ਲੋਕਾਂ ਕਿ ਸਬਲ ਸਿੰਘ ਬਾਬੇ ਬਾ ਇੱਕ ਸਿੱਟੀ ਹੋਵਾ ਥੀ ਔਰ ਸਿੱਟੀ ਐਸੀ ਥੀ ਜਿਸ ਟਾਈਮ ਸਿੱਟੀ ਵਜਾਵਾ ਤਾਂ ਸਾਰੇ ਦੇਵਤੇ ਸਾਰਿਆਂ ਲਟਾਕਾ ਇਕੱਠਾ ਹੋ ਜਾਂਦਾ ਤਾਂ ਭਾਈਆਂ ਉਸ ਮੌਕੇ ਮਾ ਸੁਣ ਕਾ ਬਹਿਣ ਕੀ ਰੋਣੇ ਕੀ ਆਵਾਜ਼ ਬਾਬਾ ਸਬਲ ਸਿੰਘ ਦਿੱਲੀ ਕੇ ਚਾਂਦਨੀ ਚੌਂਕ ਮਾ ਸਿੱਟੀ ਵਜਾਵਾ ਆਰ ਕਿਸ ਤਰ੍ਹਾਂ ਲਟਾਕਾ ਸਬਲ ਸਿੰਘ ਦਾ ਜੁੜਾ ਔਰ ਕਿਸ ਤਰ੍ਹਾਂ ਮੁਗਲ ਪਠਾਣਾ ਗਏ ਜੰਗ ਸਬਲ ਸਿੰਘ ਕੀ ਚਲਾ ਦਿੱਲੀ ਕੇ ਚਾਂਦਨੀ ਚੌਂਕ ਨੂੰ ਵਾਜਰਾ ਸਮੋਕੇ ਕੇ ਬੋਲ ਕਿਆ ਕਿਆ ਭਾਈ ਕਿਆ ਕਿਆ ਭਾਈ ਆਹੇ ਰਾ ਰਤਨੇ ਹਰੀ ਕੇ ਨਾਮ ਨੋ ਦੁਨੀਆਵਾਂ ਏ ਜੀ ਦੁਨੀਆਵਾਂ ਜੀ ਉਹ ਰਤਲੇ ਰਾਦੇ ਉਹ ਸ਼ਾਮ ਨੂੰ ਪਰ ਜਾਵਾਂ ਜੀ ਕਟ ਜਾ ਜਨਮ ਕੇ ਪਾਵੇ ਲੈ ਦੁਨੀਆਵਾਂ ਜੀ ਬਾਹਰੇ ਬਾਈਆਂ ਵੀ ਨਾਨੀ ਅਜੋਈਆਂ ਦੁਨੀਆਵਾਂ ਜੀ ਪਰ ਜਾਵਾਂ ਜੀ ਪੀਰਣਾ ਬਿਨਾ ਨੀ ਅਜੋੜੀਆਂ ਦੁਨੀਆਵਾਂ ਜੀ ਪੁੱਤਰ ਬਿਨਾ ਨੀ ਰਹਿਣਾ ਮੇਰ ਦੁਨੀਆਵਾਂ ਜੀ ਜਦ ਰਹਿ ਬੌਰੇ ਮਾਂ ਕਹਿ ਦੇ ਕਰ ਦਈ ਰਹਿ ਦੋ ਮਾਈਆਂ ਆ ਮਾਈਆਂ ਆਜ ਜੀ ਬੌਰੇ ਮਾਂ ਕਹਿ ਦੇ ਉਹ ਕਰ ਲਈ ਤੀ ਮੁਗਲਿਆ ਨੇ ਜੀ ਦੋ ਮਾਈਆਂ ਰੋਵਾਂ ਚਾਰੋ ਚਾਰੇ ਆ ਬੌਰੇ ਮਾਂ ਜੀ ਭਾਈਆਂ ਨੂੰ ਯਾਦ ਆ ਕਰ ਰਹੀ ਮੌਕੇ ਮਾਂ ਜੀ ਮੌਕੇ ਮਾਂ ਜੀ ਭਾਈਆਂ ਨੂੰ ਯਾਦ ਕਰ ਰਹੀ ਕੀ ਮੌਕੇ ਮਾਂ ਜੀ ਆ ਸੁਣ ਲਓ ਰੇ ਭਾਈ ਹਮਾਰੀ ਬਾਤ ਤੇਰਾ ਮੇਰੇ ਵੀਰਣ ਜੀ ਮੇਰੇ ਕਹਾਂ ਪੜਕਾ ਸੋ ਮੇਰੇ ਮੇਰੇ ਭਾਈਓ ਆ ਮੇਰੇ ਵੀਰਣ ਜੀ ਪੜਕਾ ਸੋ ਗਏ ਮੇਰੇ ਵੀਰਣ ਜੀ ਰਹਿ ਸੁਣ ਲੈ ਸਬਲ ਸਿੰਘ ਬਾਤ ਆ ਮੌਕੇ ਮਾਂ ਜੀ ਰੋਰੀ ਆ ਮਾਈ ਸ਼ਾਮ ਕੌਰ ਜੈ ਜੈਕਾਰ ਜੈ ਬਾਬਾ ਜੀ ਯਾਦ ਕਰੀ ਰਹੇ ਭਾਈ ਕਹਾਂ ਪੜਕਾ ਸੋ ਗਏ ਆ ਦਾਤਾ ਲੋਕੋ ਜਿਸ ਟਾਈਮ ਮਾਈਆਂ ਰੋ ਰਹੀਆਂ ਯਾਦ ਕਰੀ ਰੋਣੇ ਦੀ ਆਵਾਜ਼ ਕੌਣ ਸੁਣਾ ਦਾਤਾ ਲੋਕੋ ਚੌਧਰੀ ਸਬਲ ਸਿੰਘ ਕਿਆ ਕਿਹਾ ਭਾਈ ਕਿਆ ਕਿਹਾ ਭਾਈ ਆ ਰੋਣੇ ਦੀ ਆਵਾਜ਼ ਸੁਣ ਰਿਹਾ ਸਬਲ ਸਿੰਘ ਆ ਸਬਲ ਸਿੰਘ ਜੀ ਉਹ ਸੁਣ ਰਿਹਾ ਤਾਂ ਮੇਰਾ ਬਾਬਾ ਜੀ ਕਰ ਰਿਹਾ ਗੁਰਬਾਨ ਫਿਰ ਯਾਦ ਰਹਿ ਮੌਕੇ ਮਾਂ ਜੀ ਸਿੱਟੀ ਵਜਾਵਾ ਆਜ ਲੈ ਜੋਦਾ ਹਏ ਮੇਰਾ ਲੈ ਬਾਬਾ ਜੀ ਸਿੱਟੀ ਵਜਾਵਾ ਸਬਲ ਸਿੰਘ ਰਹਿ ਮੇਰਾ ਬਾਬਾ ਜੀ ਕਰ ਰਿਹਾ ਭਾਈਆਂ ਨੂੰ ਲੈ ਯਾਦ ਰਹਿ ਮੌਕੇ ਮਾਂ ਜੀ
ਸਬਲ ਸਿੰਘ ਆ ਸਬਲ ਸਿੰਘ ਜੀ ਠੈ ਕਦ ਨਾਲੀ ਹੋਵੇ ਗਿਆ ਮੇਰਾ ਲੈ ਬਾਬਾ ਜੀ ਮੁਗਲਿਆ ਮਾ ਚੌਧਰੀ ਵਾ ਬਣ ਗਿਆ ਠੈ ਕਦ ਨਾਲੀ ਜੀ ਕੇਸਰ ਮਲ ਵੀ ਗਿਆ ਜੋੜੇ ਮਾਂ ਜੀ ਜੋੜੇ ਮਾਂ ਜੀ ਹੈ ਗਿਆ ਤਾਂ ਜੋੜੇ ਮਾਂ ਜੀ ਜੁੜ ਗਿਆ ਲੱਤਾ ਕਰ ਮੇਰੇ ਬਾਬਾ ਜੀ ਹੈ ਕਦ ਨਾਲੀ ਪੜ ਗਿਆ ਰਹਿ ਮੁਗਲਿਆ ਮਾਂ ਜੀ ਹੈ ਕਦ ਨਾਲੀ ਬਣ ਗਿਆ ਤਾਂ ਮੁਗਲਿਆ ਮਾਂ ਜੀ ਭੋਰੇ ਮਾਂ ਸਬਲ ਸਿੰਘ ਕੂਦ ਗਿਆ ਲੈ ਮੇਰਾ ਬਾਬਾ ਜੀ ਹਰ ਮਾਰ ਕਰਦੇ ਫਿਰ ਰਹੇ ਰਹਿ ਭੋਰੇ ਹਾਂ ਭੋਰੇ ਮਾਂ ਜੀ ਮਾਰ ਮਾਰ ਕਰਦਾ ਫਿਰ ਰਿਹਾ ਤਾਂ ਮੁਗਲਿਆ ਮਾਂ ਜੀ ਚਲ ਗਈ ਬਨਾਲੀ ਮਹਾਰਾਜ ਮਹਿਫਲ ਮਹਾ ਜੀ ਪਾਵਨ ਸੋ ਸਿਰ ਕੀ ਪੈ ਗਈ ਫਿਰ ਜੋੜੇ ਆ ਜੋੜੇ ਕੀ ਜੀ ਪਾਵਨ ਸੋ ਸਿਰ ਕੀ ਪੈ ਗਈ ਤੀ ਜੋੜੇ ਕੀ ਜੀ ਜੁੜ ਗਿਆ ਲੱਟਾ ਕਾਲ ਆ ਜੇ ਆ ਮੇਰੇ ਬਾਬਾ ਜੀ ਕੇਸਰ ਮਲਵਾ ਕੈਲ ਚੜਿਆ ਜੋੜੇ ਆ ਜੋੜੇ ਮਾਂ ਜੀ ਟੋਡਰ ਮਲ ਵੀ ਗੈਲ ਚਲਿਆ ਤਾਂ ਜੋੜੇ ਮਾਂ ਜੀ ਕਰਦੀ ਚੜਾਈਆਂ ਮਹਾਰਾਜ ਆ ਮੇਰੇ ਬਾਬਾ ਜੀ ਅੰਨਾ ਜੈ ਬਾਬਾ ਤੇਰੀ ਜੈ ਜੈਕਾਰ ਸੋਨੇ ਦੇ ਸਿੱਕੇ ਚਾੜਦੇ ਸੋਨੇ ਦੇ ਸਿੱਕੇ ਚਾੜਦੇ ਜੁੱਤੇ ਫਕੀਰ ਦੇ 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 ਉਹ ਸੋਨੇ ਦੇ ਸਿੱਕੇ ਚਾੜਦੇ ਜੁੱਤੇ ਫਕੀਰ ਦੇ ਸ਼ੇਰਾਂ ਦੇ ਸ਼ੇਰਾਂ ਦੇ ਸ਼ੇਰਾਂ ਦੇ ਥੱਪੜ ਮਾਰਦੇ ਕੁੱਤੇ ਫਕੀਰ ਦੇ ਉਹ ਸ਼ੇਰਾਂ ਦੇ ਥੱਪੜ ਮਾਰਦੇ ਉਹ ਕੁੱਤੇ ਫਕੀਰ ਦੇ ਸੋਨੇ ਦੇ ਸਿੱਕੇ ਚਾੜਦੇ ਜੁੱਤੇ ਫਕੀਰ ਦੇ ਆਣ
ਦਾ ਫਿਕਰ ਹੈ ਨਾ ਪੀਣ ਦਾ ਫਿਕਰ, ਖਾਣ ਦਾ ਫਿਕਰ ਹੈ ਨਾ ਪੀਣ ਦਾ ਫਿਕਰ, ਮੌਤ ਦਾ ਫਿਕਰ ਹੈ ਨਾ ਜੀਣ ਦਾ ਫਿਕਰ, ਮੌਤ ਦਾ ਫਿਕਰ ਹੈ ਨਾ ਜੀਣ ਦਾ ਫਿਕਰ, ਖਾਣ ਦਾ ਫਿਕਰ ਹੈ ਨਾ ਪੀਣ ਦਾ ਫਿਕਰ, ਖਾਣ ਦਾ ਫਿਕਰ ਹੈ ਨਾ ਪੀਣ ਦਾ ਫਿਕਰ, ਮੌਤ ਦਾ ਫਿਕਰ ਹੈ ਨਾ ਜੀਣ ਦਾ ਫਿਕਰ, ਮੌਤ ਦਾ ਫਿਕਰ ਹੈ ਨਾ ਜੀਣ ਦਾ ਫਿਕਰ, ਹੁੰਦੀ ਹੈ ਬਾਟੀ ਲੋਹੀ, ਹੁੰਦੀ ਹੈ ਬਾਟੀ ਲੋਹੀ, ਉੱਤੇ ਫਕੀਰ ਦੇ 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 ਸ਼ੇਰਾਂ ਦੇ ਸ਼ੇਰਾਂ ਦੇ ਸ਼ੇਰਾਂ ਦੇ ਥੱਪੜੇ ਮਾਰਦੇ ਕੁੱਤੇ ਫਕੀਰ ਦੇ, ਸ਼ੇਰਾਂ ਦੇ ਥੱਪੜੇ ਮਾਰਦੇ ਉਹ ਕੁੱਤੇ ਫਕੀਰ ਦੇ, ਆ ਕਰ ਮੇਰੇ ਮਜ਼ਾਰ ਤੇ ਕਿਸਨੇ ਦੀਆ ਜਲਾ ਦੀਆ, ਆ ਕਰ ਮੇਰੇ ਮਜ਼ਾਰ ਤੇ ਉਹ ਕਿਸਨੇ ਦੀਆ ਜਲਾ ਦੀਆ, ਆ ਕਰ ਮੇਰੇ ਮਜ਼ਾਰ ਤੇ, ਆ ਕਰ ਮੇਰੇ ਮਜ਼ਾਰ ਤੇ ਕਿਸਨੇ ਦੀਆ ਜਲਾ ਦੀਆ, ਆ ਕਰ ਮੇਰੇ ਮਜ਼ਾਰ ਤੇ ਕਿਸਨੇ ਦੀਆ ਜਲਾ ਦੀਆ, ਮੈਂ ਸੋ ਰਹਾ ਥਾ ਚੈਨ ਸੇ, ਓ ਮੈਂ ਸੋ ਰਹਾ ਥਾ ਚੈਨ ਸੇ, ਕਿਸਨੇ ਮੁਝੇ ਜਗਾ ਦੀਆ, ਓ ਮੈਂ ਸੋ ਰਹਾ ਥਾ ਚੈਨ ਸੇ, ਓ ਕਿਸਨੇ ਮੁਝੇ ਜਗਾ ਦੀਆ, ਆਕਰ ਮੇਰੇ ਮਜ਼ਾਰ ਤੇ ਓ ਕਿਸਨੇ ਦੀਆ ਜਲਾ ਦੀਆ, ਆਕਰ ਮੇਰੇ ਮਜ਼ਾਰ ਤੇ ਕਿਸਨੇ ਦੀਆ ਜਲਾ ਦਿਆ, ਆਕਰ ਮੇਰੇ ਮਜ਼ਾਰ ਤੇ ਉਹ ਕਿਸਨੇ ਦੀਆ ਜਲਾ ਦਿਆ, ਆਕਰ ਮੇਰੇ ਮਜ਼ਾਰ ਤੇ, ਪਹਿਲੇ ਤੋਂ ਪੀਸ ਪੀਸ ਕਰੇ ਸੁਰਮਾ ਮੇਰਾ ਬਣਾ ਦਿਆ, ਉਹ ਪਹਿਲੇ ਤੋਂ ਪੀਸ ਪੀਸ ਕਰੇ ਸੁਰਮਾ ਮੇਰਾ ਬਣਾ ਦਿਆ, ਅਬ ਆ ਗਏ ਹੋ ਪੁੱਛਦੇ ਫਿਰ ਆ ਗਏ ਹੋ ਪੁੱਛਦੇ ਜੀ ਕਿਸਨੇ ਪਤਾ ਬਤਾ ਦਿਆ, ਫਿਰ ਆ ਗਏ ਹੋ ਪੁੱਛਦੇ ਉਹ ਕਿਸਨੇ ਪਤਾ ਬਤਾ ਦਿਆ, ਆਕਰ ਮੇਰੇ ਮਜ਼ਾਰ ਤੇ ਕਿਸਨੇ ਦੀਆ ਜਲਾ ਦਿਆ, ਆਕਰ ਮੇਰੇ ਮਜ਼ਾਰ ਤੇ ਦੇਖੀਏ ਬਾਈ ਕਥਾਵਾਂ ਧਿਆਨ ਦੇਣਾ। ਜਿਸ ਟਾਈਮ ਮਾਈ ਬਾਛਲ ਖੇੜੇ ਕੇ ਭੌਣ ਪਤੇ ਖੇੜੇ ਨੇ ਕਹਿ ਦੀਏ ਕਿ ਬੇਟੀ ਮੇਰੇ ਬਸ ਕੀ ਬਾਤ ਨਹੀਂ, ਪੀਰ ਨੇ ਆਵਾਜ਼ ਦੀ ਮਾਤਾ ਨੂੰ ਕਾਨੋ, ਮਾਤਾ ਖੇੜੇ ਪਨ ਰਵਾਤ ਨੂੰ ਖੇੜਾ ਨਹੀਂ ਵਸਾ ਸਕਦਾ, ਰੋਂਦੀ ਕਲਾਂਦੀ ਗੱਡੇ ਬੈਠ ਗਈ, ਪੱਲੋ ਕਹਾ ਮਾਈ ਕੌਣ ਸੇ ਰਸਤੇ ਨੂੰ ਗੱਡਾ ਛੱਡੋਗੇ, ਬੱਚੇ ਕੰਮ ਕਰੋ ਕਹਿੰਦੇ ਆ, ਜੈ ਤੋ ਦੀ ਬੇਟੀ ਕਿਉਂ ਸੱਸੂ ਸਹੁਰੇ ਚੱਜ ਕੇ, ਅਸਲੀ ਠਿਕਾਣਾ ਧੀਆਂ ਕੋ ਸਸਰਾਲ, ਅਰ ਜੈ ਸੱਸੂ ਸਹੁਰੇ ਹੋਣ ਨਲਾਇਕ, ਬੱਚਾ ਧੀਆਂ ਕੋ ਆਪਣੇ ਮਾਂ ਬਾਪ ਤੇ ਬਿਨਾਂ ਕੋਈ ਠਿਕਾਣਾ ਨਹੀਂ ਹੁੰਦਾ। ਚਲੀ ਵੀ ਤੋ ਇੱਕੋ ਟਿਕਾਣਾ, ਚੱਲ ਮੇਰੇ ਪਿਤਾ ਰਾਜਾ ਕੌਰ ਪਾਲ ਕੇ ਸਹਿਰ ਸਰਸਾ ਪੱਟਣ ਨੂੰ ਗੱਡਾ ਛੇੜ ਦੇ, ਸਰਸਾ ਪੱਟਣ ਨੂੰ ਗੱਡਾ ਚੱਲਦੀ ਹੈ, ਮਾਈ ਵਾਸ਼ਨ ਗੱਡਿਆਂ ਬੈਠੀ ਰੋਂਦੀ ਜਰੀ ਹੈ, ਰਾਤੋ ਰਾਤ ਜਹਾਂ ਤੱਕ ਰਾਜਾ ਜੇਵਰ ਕਾ ਰਾਤ ਥਾ ਉਹ ਸ਼ਿਉਂ ਪਾਰ ਕਰਦੀ,
ਬਿਆਬਾਨ ਜੰਗਲ ਮਾ ਗੱਡਾ ਹੈ ਗਿਆ ਮਾਈ ਵਾਸ ਆਹ ਜਿਸ ਟਾਈਮ ਬਿਆਬਾਨ ਜੰਗਲ ਮਾ ਗੱਡਾ ਆਇਆ ਔਰ ਉਰਦਵਾ ਬੈਠੇ ਪੀਰ ਕੌਣ ਨਜ਼ਰ ਆਇਆ ਪੀਰ ਕਾ ਪਿਛਲੇ ਜਨਮ ਕਾ ਦੁਸ਼ਮਨ ਰਾਜਾ ਬਾਸੰਗ ਨਾਗ ਅਸ਼ਟੋ ਕੁਲੀਆਂ ਨਾ ਉਸ ਨਾਗਾਂ ਕਾ ਸਰਦਾਰ ਤਰਤ ਮੰਡਲ ਮਾ ਸੋਆ ਸੋਂਦੇ ਨਾਗ ਨੂੰ ਪਦਮਾ ਦੇ ਨਾਗਣ ਪਾਉਣ ਵੱਖਾ ਜੋ ਦਾਤਾ ਲੋਕੋ ਜਿਸ ਟਾਈਮ ਪਈਆ ਬਾਸੰਗ ਨਾਗ ਕੀ ਬੰਬੀਕੇ ਪਰ ਪਈਆ ਵੀ ਆਇਆ ਪੀਰ ਉਰਦਵਾ ਬੈਠੇ ਸੋਚਾ ਜਾ ਰਿਹਾ ਦੁਸ਼ਮਨ ਜੇ ਤੈਨੂੰ ਸੋਂਦੇ ਨੂੰ ਨਾ ਜਗਾ ਦੋ ਤੇਰਾ ਮੇਰਾ ਦਰਗਾਹ ਮਾਂ ਤੇ ਆਣੇ ਘਰ ਦਾ ਕਿਆ ਇੱਕ ਚਲਦੇ ਗੱਡੇ ਨੂੰ ਡੈਕਾ ਲਗਾ ਗੱਡੇ ਨੂੰ ਡੈਕਾ ਲਗਾ ਪਈਆ ਗਈ ਧਮਕ ਛੱਤਰੀ ਪੀਰ ਉਰਦਾ ਬੈਠਿਆ ਕੈਸੇ ਤਰਲੇ ਬਿਆਲਮਾ ਧਮਕ ਪਚਾਵਾ ਔਰ ਸੌਂਦੇ ਨਾਗ ਨੂੰ ਕਿਸ ਤਰ੍ਹਾਂ ਜਗਾਇਆ ਭਾਈ ਬਈ ਕੈਸੇ ਸੋ ਵਾਸੇ ਬੋਲ ਬਣਿਆ ਨਾ ਜੀ ਆਹੇ ਗਾਵਾ ਮੇਰੇ ਰਾਣਾ ਜੀ ਮੈਂ ਉਹ ਤੇਰਾ ਜਸ ਗਾਵਾ ਜੀ ਬਾਗੜ ਕੇ ਰਾਣੇ ਗਾਵਾ ਮੇਰੇ ਰਾਣੇ ਰਾਣੇ ਤੇਰਾ ਜਸ ਗਾਵਾਂ ਗਾਵਾਂ ਉਹ ਤੇਰਾ ਜਸ ਗਾਵਾਂ ਜੀ ਪਾਗੜ ਵਾਲੇ ਤੇਰਾ ਪਲ ਪਲ ਤੇਰੇ ਬਾਬਾ ਏ ਨਾਮ ਜੀ ਹਾਂ ਜੀ ਤੇਰਾ ਉੱਪਰ ਸੇ ਨੀਚੇ ਨੂੰ ਜਨ ਗੱਡਾ ਵਾਇਆ ਵਾ ਮਾਈ ਕਾ ਉਹ ਗੱਡਾ ਵਾਇਆ ਵਾ ਜੀ ਉੱਪਰ ਸੇਵਾ ਨੀਚੇ ਨੋ ਜਦ ਮਾਈ ਕਾ ਉਹ ਗੱਡਾ ਵਾਇਆ ਵਾ ਜੀ ਪਾਗੜ ਵਾਲੇ ਤੰਨੇ ਧਮਕ ਬਚੇ ਦੀ ਵੰਦਰ ਨੇ ਪਿਆਲ ਜੀ ਹਾਂ ਜੀ ਜੈਕਾਰ ਧਮਕ ਨਾਗ ਕੇ ਉਹ ਭਜੀ ਦੀ ਗਲੇ ਜੇ ਕੇ ਮਾਂ ਭਜੀ ਦੀ ਗਲੇ ਜਾ ਜੀ ਜੈਕਾਰ ਧਮਕ ਨਾਗ ਕੇ ਭਜੀ ਦੀ ਗਲੇ ਜੇ ਕੇ ਮਾਂ ਭਜੀ ਦੀ ਗਲੇ ਜਾ ਜੀ ਜੀਵਾ ਮੈਂ ਭਲਾ ਸੋਂਦਾ ਜਗਾਇਆ ਬਾਸੰਗ ਉਹ ਨਾਗ ਜੀ ਹਾਂ ਜੀ ਪਹੁੜ ਗਿਆ ਬਤੀਰ ਮੇਰਾ ਉਹ ਮਿਹਰਬਾਨ ਹੋ ਗਿਆ ਮਿਹਰਬਾਨ ਹੋ ਗਿਆ ਜੀ ਹਸਨ ਪਰਵਾ ਗੱਦੀ ਤੇ ਬਾਬਾ ਆ ਚੱਲਣਾ ਹੋ ਗਿਆ ਤੇਰਾ ਚਲੇਗੀ ਸਵਾਰੀ ਜੀ ਬਾਬਾ ਕਲਾ ਤੇਰੀ ਜਾਗੀ ਬਾਗੜ ਕੇ ਓਏ ਪੀਰ ਜੀ ਹਾਂ ਹਾਂ ਜੀ ਸਹਿਰ ਵਾਸ ਫਿਜੋ ਤੇ ਜੋਦਾ ਉਹ ਸਬਲ ਸਿੰਘ ਆਵਾਇਆ ਵਾ ਸਬਲ ਸਿੰਘ ਆਵਾ ਜੀ ਮੇਰੇ ਰਾਣੇ ਬਾਬਾ ਰਹਿ ਪਾਇਓ ਚੌਧਰੀ ਤੇਰੀ ਉਹ ਕੈਲ ਜੀ ਹਾਂ ਹਾਂ ਜੀ ਬਾਬੇ ਵਾ ਬਨਾਰਸੀ ਨੂੰ ਪਾਣੇ ਕਿਆ ਜਾਇਆ ਜਾ ਉਹ ਪਾਣੇ ਕਿਆ ਜਾ ਜੀ ਹਸਨ ਪਰਵਾ ਗੱਦੀ ਨੂੰ ਰਾਣੇ ਮਾਨੇ ਕਿਆ ਜਾ ਬਾਬੇ ਉਹ ਮਾਨੇ ਕਿਆ ਜਾ ਜੀ ਬਾਗੜ ਵਾਲੇ ਕਰਦੇ ਚੜਾਈਆਂ ਚੌਧਰੀ ਆਜ ਜੀ ਹਾਂ ਜੀ ਸਾਲੇ ਘੋੜਾ ਨਾਰ ਸਿੰਘ ਭਾਗ
ਪਾਗੜ ਤੇ ਛੇੜਾ ਛੇੜਾ ਪਾਗੜ ਤੇ ਛੇੜਾ ਜੀ ਕਾਲਾ ਸਾਲ ਘੋੜਾ ਨਾਰ ਸਿੰਘ ਪਾਗੜ ਤੇ ਛੇੜਾ ਬਾਬਾ ਪਾਗੜ ਤੇ ਛੇੜਾ ਜੀ ਨਾਰ ਸਿੰਘ ਜੋ ਦੇ ਤੰਨੇ ਕਰਦੀ ਚੜਾਈਆਂ ਲੈ ਰਾਣੇ ਤੇ ਆਜ ਜੀ ਹਾਂ ਹਾਂ ਜੀ ਸਲਵਾ ਖੇੜੇ ਤੇ ਲੈ ਤੇਰੀ ਆ ਚਲ ਗਈ ਸਵਾਰੀ ਬਾਬੇ ਆਣਾ ਤੇਰਾ ਹੋ ਗਿਆ ਜੀ ਚਲ ਕੇ ਖੇੜੇ ਤੇ ਲੈ ਆ ਚਲ ਗਈ ਸਵਾਰੀ ਬਾਬੇ ਚੱਲਣਾ ਹੋ ਗਿਆ ਜੀ ਨਾਰ ਸਿੰਘ ਜੋ ਦੇ ਤੰਨੇ ਕਰਦੀ ਚੜਾਈਆਂ ਸਵਾਵਾਂ ਆਜ ਜੀ ਕਾਲੀਆ ਮਾਤਾ ਤੇਰੇ ਆ ਜੋੜੇ ਮਾਂ ਚਲ ਗਈ ਬਾਬੇ ਜੋੜੇ ਮਾਂ ਚਲ ਗਈ ਜੀ ਆ ਕਾਲ ਖੱਪਰ ਮਾਤਾ ਆ ਲੈ ਤੇਰੀ ਮਾਤਾ ਆ ਲੈ ਲਕਾਰੀ ਜੀ ਤੂੰ ਮੇਰੀ ਮਾਈ ਏ ਜੋੜੇ ਮਾਂ ਚਲੀ ਦੀ ਨਾਰ ਸਿੰਘ ਕੇ ਆਜ ਜੀ ਹਾਂ ਜੀ ਕਲਰ ਮਾਇਓ ਕੌਲ ਪੈਣਾ ਹੋ ਵੀ ਗਿਆ ਤਾਂ ਗਿਆ ਤਾਂ ਹੋ ਵੀ ਗਿਆ ਤਾਂ ਜੀ ਕਲਰ ਮਾਇਓ ਕੌਲ ਪੈਣਾ ਹੋ ਵੀ ਗਿਆ ਤਾਂ ਗਿਆ ਤਾਂ ਹੋ ਵੀ ਗਿਆ ਤਾਂ ਜੀ ਮੇਰੀ ਜਨਮਿਆ ਤੇਰਾ ਤੇਰਾ ਤੇ ਸਾਂਗਾ ਰਾਜਾ ਚੌਧਰੀ ਜੀ ਹਾਂ ਜੀ ਲਹਿਰ ਲਹਿਰ ਕਾਲ ਤੇਰੀ ਚਲ ਗਈ ਸਵਾਰੀ ਬਾਬੇ ਚੱਲਣਾ ਹੋ ਗਿਆ ਜੀ ਲਹਿਰ ਲਹਿਰ ਕਾਲ ਰਾਣੇ ਓ ਚਲ ਗਈ ਸਵਾਰੀ ਬਾਬੇ ਚੱਲਣਾ ਹੋ ਗਿਆ ਜੀ ਹਸਨ ਪ੍ਰਗਤੀ ਤੇ ਬਾਬੇ ਜਾਗ ਗਈ ਤੇਰੀ ਓ ਜੋਤ ਜੀ ਹਾਂ ਜੀ ਖੀਰ ਚੰਦ ਗੁਰੂ ਨੂੰ ਆਪਣੇ ਆ ਮਾਨੇ ਗਿਆ ਜਾਇਆ ਜਾ ਓ ਮਾਨੇ ਗਿਆ ਜਾ ਜੀ ਖੀਰ ਚੰਦ ਬਾਬਾ ਜੀ ਨੂੰ ਮਾਨੇ ਗਿਆ ਜਾਇਆ ਜਾ ਓ ਮਾਨੇ ਗਿਆ ਜਾ ਜੀ ਮੇਰੇ ਲਾਰੇ ਕਰਦੇ ਚੜਾਈਆਂ ਜਾ ਏ ਆਜ ਜੋ ਬਾਸਨ ਨਾਗ ਜਗਾਇਆ ਰਾਜਾ ਬਾਸਨ ਬੈਠੇ ਹੋਇਆ ਪਦਮਾ ਦੇ ਰਾਣੀ ਨੇ ਪੁੱਛਿਆ ਕਿ ਪਤੀ ਜੀ ਕਿਆ ਬਾਤ ਤਾਂ ਤੋ ਕਹਾ ਤਾਂ ਮਰਸੇ ਬਲੀ ਕੋਈ ਨੀ ਕੌਣ ਬਲੀ ਹੈਗੇ ਉਹਨੇ ਕਹਿੰਦੇ ਦੇਖੀ ਤੱਕ ਬਲੀ ਦੇ ਵੈਲੀ ਨੇ ਕੌਣ ਪਿਛਲੇ ਜਨਮ ਦਾ ਦੁਸ਼ਮਣ ਹੈਗਾ ਉਹਨੇ ਉਹ ਕੌਣ ਕਿ ਪਿਛਲੇ ਜਨਮ ਜੋ ਨਵਲਦੇ ਕਾ ਪੁੱਤਰ ਜਨਮੇ ਜੀ ਥਾ ਜਿਸਨੇ ਸਾਰੇ ਨਾਗ ਤੱਤੇ ਤੇਲ ਕੜਾਹੇ ਮਾ ਤਲ ਤਲ ਕਾ ਸਮਾਨ ਫੈਂਕ ਕੇ ਉਸੀ ਜਨਮੇ ਜੀ ਘਮੌਰ ਲਿਆਣ ਕਾ ਗੋਰਖਨਾਥ ਨੇ ਬਾਸ਼ਨ ਨੂੰ ਦੇ ਦਿੱਤਾ ਬਾਸ਼ਲ ਜਿਹੜੀ ਸਰਸਾ ਪੱਟਣ ਆਪਣੇ ਪਿਤਾ ਕੇ ਸ਼ਹਿਰ ਨੂੰ ਜਾਂਦੇ ਦੁਸ਼ਮਣ ਨੇ ਉਰਦੋਂ ਬੈਠੇ ਨੇ ਗੱਡੇ ਕੀ ਧਮਕਲੀ ਜੇ ਮਾਰੀ ਮੈਨੂੰ ਸੌਂਦੇ ਨੂੰ ਜਗਾਇਆ ਉਹਨੇ ਕਿਹਾ ਪਤੀ ਜੀ ਤੇਰੇ ਪਾ ਕੋਈ ਕਮੀ ਆ ਨਾਗਾਂ ਨੂੰ ਇਕੱਠੇ ਕਰ ਗੱਡੇ ਕੇ ਪਿੱਛਾ ਲਾ ਜੈ ਕਾ ਨਾਗ ਬਾਸ਼ਲ ਨੂੰ ਰਸਤੇ ਕੇ ਬਾਸ਼ਲ ਮਰ ਜਾਏਗੀ ਦੁਸ਼ਮਣ ਆਪਣੇ ਆਪ ਉਰਦਮਾ ਸੜਕਾ ਮਰ ਜਾਏ ਨਾਗ ਇਕੱਠੇ ਕਰੇ ਜਦ ਪੀਰ ਕਾ ਨਾਂ ਸੁਣਿਆ ਸਾਰੇ ਨਾਗ ਜਵਾਬ ਦੇਗੇ ਕੌਣ ਯਾਦ ਕਰਿਆ ਫਿਰ ਤਤੀਕ ਨਾਗ ਬਾਵਨ ਰੂਪਾ ਨਾਗ ਡਾਈ ਕੁੰਡਾ ਜ਼ਹਿਰ ਕੀ ਪੀਗਾ ਤੱਖੀ ਨਾਗ ਮਾਈ ਕੇ ਗੱਡੇ ਕੇ ਪਿੱਛਾ ਲੱਗਿਆ ਬ੍ਰਾਹਮਣ ਕਾ ਰੂਪਣਾ ਕਾ ਗੱਡੇ ਨੂੰ ਘੇਰਾ ਪਾਇਆ ਸੰਗ ਤੋਂ ਬਾਤਾਂ ਬਹੁਤ ਹੈ
तीन वार करे बाछन माई बा। पहला वार ब्राह्मण का माई के हाथ में जहर का गडवा दे दिया, ले बेटी पानी पी ले। पानी समझ का मुंह का लाण लगी पीर ने अपनी शक्ति दे गडवा धरती बगरवा दिया, तो जहर का खून बना दिया। दूसरा वार करया गड्डे के अग्गा ब्राह्मण का रूप छोड़ का अग्नि का फनकारा मारा जंगल में, आग ले दी। ताना इस पीर नू माता बाछल आग पते बचाई। तीसरा वार नाग ने क्या करे, कोई पेश ना चली नाग की। सरसा पटन की शोमा गड्डा आया था संगतो, जो माई बाछल के पिता के पानी के सरोवर थे ताल, उन ताला पर माई ने गड्डा रखवा लिया के बच्चे नू बैलां नू पानी तो नहीं पिलाए, बेचारे भुखे वैसे। गड्डा रोकिया बैलां नू पानी पिलाया, पानी पीगा बैल भुखे दे चुगना, हरा हरा घास देख का चुगन लगे। बैल चुगदे चुगदे दाता लुको और तखी नाग ने अपनी पहुंच के ऊपर बरू का पेटे का रूप बनाया हुआ। बरू का पेटा समझ का जिस टाइम लाया दाता लुको, ततीक नाग का जब कहीं जोर ना चलिया बैल के ऊपर सारा गुस्सा उतार दिया। दो बैल की जीबा बा धड़ाक धड़ाक करके डंक मारे, जिस टाइम बैल मार दिए, जिस टाइम बैल मारे माई बाशन आह दाता लुको गड्डे बैठिए। और पल्लू गढ़वाला मरे बैलों देख का संगत रोंदा कलांदा, कितना माई पावर कितना जय जयकार हो भाई। कैसे शोभा से बोल रहे ना जी, से गामा बागड़ की रानी जी, गामा बागड़ के रानी 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 लेते राज से गामा बागड़ की रानी जी, छत्र ले धारी बाबे पल पल तेरा ए नाम हारी ए री री ए चौरा बुरा पहले मैं जगे आ नागे ने आखाए ओ काले से जंगल के माजी, पल्लू गढ़वाला रोंदावा आवाले माई के पासे हारी ए री री जी, चारो जारे अरोवारे पल्लू पाले पाले अरोवा ओ दुनिया ले दारी माजी, पल्लू गढ़वाला माता रे बाछल से बाछले माता जी।
ਤੇਰੇ ਚੌਰਾ ਬੁਰਾ ਦੋਇਓ ਆ ਸੁਰਗੇ ਸਦਾਰੇ ਕਾਲੇ ਸੇ ਜੰਗਲ ਮਾਜੇ ਪਾਛਲ ਮਾਤਾ ਬਲਗਾ ਲੜ ਵੀ ਗਿਆ ਤਾ ਇਹ ਕਾਲਾ ਓ ਨਾਗ ਨਾਗ ਜੀ ਹਾਂ ਜੀ ਨੀ ਵਾ ਸੁਣ ਕਾ ਮਾਤਾ ਜਰੂ ਜਰ ਰੋਵਾਯੋ ਬਾਛਲਿਓ ਮਾਤਾ ਜੀ ਇਤਨੀ ਵਾ ਜੈ ਬਾਬਾ ਤਿੱਲੇ ਵਾਲਿਆਂ ਵੇ ਮੈਨੂੰ ਪੀਰ ਮਲਾ ਦੇ ਪੁੱਤਰਾਂ ਵਾਲੇ ਵੇ ਮੈਨੂੰ ਪੀਰ ਮਲਾ ਦੇ ਪੀਰ ਮਲਾ ਦੇ ਉਹਦੇ ਦਰਸ਼ ਕਰਾ ਦੇ ਪੀਰ ਮਲਾ ਦੇ ਉਹਦੇ ਦਰਸ਼ ਕਰਾ ਦੇ ਜੋ ਤਕਦੀਰਾਂ ਲਿਖਦਾ ਨੀ ਮੈਨੂੰ ਕੱਲ ਦਾ ਕੱਲ ਦਾ ਪੀਰ ਨਾ ਦਿਸਦਾ ਵੇ ਮੈਨੂੰ ਕੱਲ ਦਾ ਕੱਲ ਦਾ ਪੀਰ ਨਾ ਦਿਸਦਾ ਵੇ ਮੈਨੂੰ ਕੱਲ ਦਾ ਨਾਰ ਸਿੰਘ ਤੇਰਾ ਕਰੜਾ ਦਵਾਨੀ ਮਾਰੇ ਚਾਬਕ ਤੇ ਖਿੱਚ ਲੈਂਦਾ ਜਾਨਨੀ ਨਾਰ ਸਿੰਘ ਤੇਰਾ ਕਰੜਾ ਦਵਾਨੀ ਮਾਰੇ ਚਾਬਕ ਤੇ ਖਿੱਚ ਲੈਂਦਾ ਜਾਨਨੀ ਨਾਰ ਸਿੰਘ ਤੇਰਾ ਕਰੜਾ ਦਵਾਨੀ ਮਾਰੇ ਚਾਬਕ ਤੇ ਖਿੱਚ ਲੈਂਦਾ ਜਾਨਨੀ ਨਾਰ ਸਿੰਘ ਤੇਰਾ ਕਰੜਾ ਦਵਾਨੀ ਮਾਰੇ ਚਾਬਕ ਤੇ ਖਿੱਚ ਲੈਂਦਾ ਜਾਨਨੀ ਜਿਹਦੇ ਭੂਤਨਾ ਪ੍ਰੇਤ ਵੀਰੋ ਭੂਤਨਾ ਪ੍ਰੇਤ ਭੂਤਨਾ ਪ੍ਰੇਤ ਮੂਰੇ ਅੜਦਾ ਨੀ ਮੈਨੂੰ ਕੱਲ ਦਾ ਕੱਲ ਦਾ ਪੀਰ ਨਾ ਦਿਸਦਾ ਵੇ ਮੈਨੂੰ ਕੱਲ ਦਾ ਪੀਰ ਨਾ ਦਿਸਦਾ ਵੇ ਮੈਨੂੰ ਕੱਲ ਦਾ ਪੀਰ ਨਾ ਦਿਸਦਾ ਵੇ ਮੈਨੂੰ ਕੱਲ ਦਾ ਪੀਰ ਅੜੀ ਅੜੀ ਡੋਲੀਆਂ ਨੂੰ ਤੋੜਦਾ ਦਰਿਆਇਆਂ ਨੂੰ ਕਦੇ ਨਾ ਖਾਲੀ ਮੋੜਦਾ ਪੀਰ ਅੜੀ ਅੜੀ ਡੋਲੀਆਂ ਨੂੰ ਤੋੜਦਾ ਦਰਿਆਇਆਂ ਨੂੰ ਖਾਲੀ ਨਾ ਕਦੇ ਮੋੜਦਾ ਪੀਰ ਅੜੀ ਅੜੀ ਡੋਲੀਆਂ ਨੂੰ ਤੋੜਦਾ ਦਰਿਆਇਆਂ ਨੂੰ ਕਦੇ ਨਾ ਖਾਲੀ ਮੋੜਦਾ ਪੀਰ ਅੜੀ ਅੜੀ ਡੋਲੀਆਂ ਨੂੰ ਤੋੜਦਾ ਦਰਿਆਇਆਂ ਨੂੰ ਖਾਲੀ ਨਾ ਕਦੇ ਮੋੜਦਾ ਕਾਬੇ ਗੋਰਖ ਦਾ ਝੰਡਾ ਉੱਚਾ ਟੰਗਣਾ ਨੀ ਮੈਨੂੰ ਕੱਲ ਦਾ ਕੱਲ ਦਾ ਪੀਰ ਨਾ ਦਿਸਦਾ ਵੇ ਮੈਨੂੰ ਕੱਲ ਦਾ ਪੀਰ ਨਾ ਦਿਸਦਾ ਵੇ ਮੈਨੂੰ ਕੱਲ ਦਾ ਪੀਰ ਨਾ ਦਿਸਦਾ ਵੇ ਮੈਨੂੰ ਕੱਲ ਦਾ ਮਾਤਾ ਮਹਾਕਾਲੀ ਨਾਰ ਸਿੰਘ ਦਿਓ ਤੈਨੂੰ ਅੱਜ ਸ਼ੀਸ ਮੈਂ ਚਕਾਉਣਾ ਪੈਰੇ ਜੋਧੇ ਨੂੰ ਮਾਤਾ ਮਹਾਕਾਲੀ ਨਾਰ ਸਿੰਘ ਜੋਧੇ ਨੂੰ ਅੱਜ ਸ਼ੀਸ ਮੈਂ ਚਕਾਉਣਾ ਪੈਰੇ ਜੋਧੇ ਨੂੰ ਮਾਤਾ ਮਹਾਕਾਲੀ ਨਾਰ ਸਿੰਘ ਜੋਧੇ ਨੂੰ ਅੱਜ ਸ਼ੀਸ ਮੈਂ ਚਕਾਉਣਾ ਪੈਰੇ ਜੋਧੇ ਨੂੰ ਮਾਤਾ ਮਹਾਕਾਲੀ ਨਾਰ ਸਿੰਘ ਜੋਧੇ ਨੂੰ ਅੱਜ ਸ਼ੀਸ ਮੈਂ ਚਕਾਉਣਾ ਪੈਰੇ ਜੋਧੇ ਨੂੰ ਚੌਥੇ ਕਿੰਗਰੇ ਵਾਲੇ ਤੇ ਨਹੀਂ ਆ ਸੰਗਣਾ ਨੀ ਮੈਨੂੰ ਕੱਲ ਦਾ ਪੀਰ ਨਾ ਦਿਸਦਾ ਵੇ ਮੈਨੂੰ ਕੱਲ ਦਾ ਪੀਰ ਨਾ ਦਿਸਦਾ ਵੇ ਮੈਨੂੰ ਕੱਲ ਦਾ ਪੀਰ ਨਾ ਦਿਸਦਾ ਵੇ ਮੈਨੂੰ ਕੱਲ ਦਾ ਕਾ ਨਾਮ ਹੈ ਪੀਰਾਂ ਦੇ ਸਿਰ ਪੀਰ ਦਾ ਅੱਜ ਫੈਸਲਾ ਹੈ ਮੇਰੀ ਤਕਦੀਰ ਦਾ
ਸੁੱਕਾ ਨਾਮ ਹੈ ਪੀਰਾਂ ਦੇ ਸਿਰ ਪੀਰ ਦਾ, ਅੱਜ ਫੈਸਲਾ ਹੈ ਮੇਰੀ ਤਕਦੀਰ ਦਾ, ਇੱਕ ਤੇਰੀ ਉਹ ਸਹਾਰਾ ਪੀਰਾ ਤੇਰੀ ਉਹ ਸਹਾਰਾ, ਤੇਰੀ ਉਹ ਸਹਾਰਾ ਤੇਰੇ ਦਰਦਾਰੀ ਮੈਨੂੰ ਕੱਲ ਦਾ, ਕੱਲ ਦਾ ਪੀਰ ਨਾ ਦਿਸਦਾ ਵੇ ਮੈਨੂੰ ਕੱਲ ਦਾ, ਕੱਲ ਦਾ ਪੀਰ ਨਾ ਦਿਸਦਾ ਵੇ ਮੈਨੂੰ ਕੱਲ ਦਾ, ਕੱਲ ਦਾ ਪੀਰ ਨਾ ਦਿਸਦਾ ਵੇ ਮੈਨੂੰ ਕੱਲ ਦਾ, ਟਿੱਲੇ ਵਾਲੇ ਆਵੇ ਮੈਨੂੰ ਪੀਰੇ ਮਲਾ ਦੇ, ਮੁੰਦਰਾਂ ਵਾਲੇ ਵੇ ਮੈਨੂੰ ਪੀਰੇ ਮਲਾ ਦੇ, ਪੀਰ ਮਲਾ ਦੇ ਉਹਦੇ ਦਰਸ਼ ਕਰਾ ਦੇ, ਪੀਰੇ ਮਲਾ ਦੇ ਉਹਦੇ ਦਰਸ਼ ਕਰਾ ਦੇ, ਜੋ ਤਕਦੀਰਾਂ ਲਿਖਦਾ ਨੀ ਮੈਨੂੰ ਕੱਲ ਦਾ, ਕੱਲ ਦਾ ਪੀਰ ਨਾ ਦਿਸਦਾ ਵੇ ਮੈਨੂੰ ਕੱਲ ਦਾ, ਕੱਲ ਦਾ ਪੀਰ ਨਾ ਦਿਸਦਾ ਵੇ ਮੈਨੂੰ ਕੱਲ ਦਾ, ਜੈਕਾਰਾ ਬਾਗੜ ਵਾਲੇ ਪੀਰ ਦਾ ਬੋਲੀ ਸੱਚ ਦਰਬਾਰ ਕੀ। ਚਾਰੋ ਭਾਈ ਮਿਲ ਗਏ, ਹੀਰਾ ਸਿੰਘ, ਵਜੀਰਾ ਸਿੰਘ, ਸ਼ੇਰ ਸਿੰਘ, ਸ਼ਮਸ਼ੇਰ ਸਿੰਘ, ਆਪਣੀ ਭੈਣ ਦਾ ਹਾਲ ਦੇਖ ਕੇ ਕਹਿਣਗੇ, ਬਹਿਣ ਕਿਆ ਬਾਤ ਹੀ, ਸਾਲਮਾ ਕਿਉਂ ਆਈ ਤਾਂ ਰਾਜਾ ਕੀ ਬੇਟੀ ਰਾਜਪੂਤਾਂ ਕੀ ਰਾਣੀ, ਡੋਲਾ ਨੀ ਤਾਂ ਕੋਈ ਰੱਥ ਨੀ ਤਾਂ ਗੱਡੇ ਬੈਠਕਾ ਜੀ, ਮਾਈ ਕਹਿਣ ਲੱਗੀ ਭਾਈ ਮੇਰੀ ਉਮਰ ਡੋਲਿਆਂ ਮਾ ਰੱਥਾਂ ਬੈਠਣੀ ਕਿ ਨਹੀਂ, ਸਿਆਣੀ ਉਮਰ ਕਿਆ ਸੋਹਣੀ ਤੂੰ ਡੋਲਿਆਂ ਮੰਦੀ, ਥਾਨੇ ਕਦੀ ਬੁਲਾਈ ਇਸ ਕਰਕੇ ਦਿਲ ਕਰਕੇ ਮਿਲੇ ਨੂੰ ਗੱਡੇ ਬੈਠ ਕੇ, ਕਿ ਫਿਰ ਇਹ ਦੌੜਾ ਪਾਣਾ ਕਰਕੇ ਕਿਉਂ ਆਈ, ਕਿ ਉਹ ਵੀ ਉਮਰ ਕੀ ਲਿਆਜ ਨੂੰ ਕਰਨ ਦੀ ਆ ਭਾਈ, ਕਿਆ ਸੋਹਣੇ ਦਾ ਕੰਮ ਨੂੰ ਰੰਗ ਬਰੰਗੇ ਵਸਤਰ ਸਿਆਣੀ ਉਮਰ। ਚਾਰੋ ਭਾਈ ਕਾਂ ਬਹਿਣ ਬਾਤ ਤੋਂ ਕੁਛ ਹੋਰ ਅਬਤਾ, ਕਿਆ ਬਾਤ ਕਿਆ ਕਿ ਹੱਥ ਨੂੰ ਬਣਾਈ ਅਹਿਮਦ ਮਾਈ ਪਤੀ ਭਰਤਾ ਥੀ, ਇੱਕ ਵਾਰ ਵੀ ਆਪਣੇ ਭਾਈਆਂ ਆਪਣੇ ਪਤੀ ਦੀ ਨਿੰਦਾ ਨਹੀਂ ਕਰੀ, ਯੋ ਨਹੀਂ ਕਿਹਾ ਮੈਨੂੰ ਕੱਢਿਆ ਦੀ, ਯੋ ਹੀ ਕਹਿੰਦੀ ਰਹੀ ਭਾਈ ਮੈਂ ਤੋਂ ਮਿਲਣ ਆਈ, ਭਾਈ ਉਹ ਮੈਂ ਤੋਂ ਮਿਲਣ ਆਈ। ਚਾਰੋ ਭਾਈ ਕਹਿਣਗੇ ਚੱਲ ਫਿਰ ਮਹਿਲ ਮੈਂ ਬਹਿਣ ਲੇਕਾ, ਚਾਰੋ ਬਾਦਸ਼ਾਹ ਮਾਈ ਨੂੰ ਮਹਿਲ ਮੈਂ ਗਿਆ, ਆਣ ਕੇ ਆਪਣੇ ਪਿਤਾ ਨੂੰ ਮਿਲੀ, ਮਾਤਾ ਨੂੰ ਮਿਲੀ, ਭੋਜਨ ਨੂੰ ਮਿਲੀ, ਲੈ ਸੰਗਤ ਜਨਮ ਕੀ ਕਥਾ ਕਾ ਅੰਤ ਕਰਤਾ, ਸੁਣਨ ਵਾਲੇ ਬੋਲਾਂ ਆਜ ਕੁਛ ਕੱਲ ਕੁਛ ਸਮਾਂ ਬੀਤਿਆ, ਮਹੀਨਾ ਗੁਜ਼ਰਿਆ, ਦੋ ਮਹੀਨੇ ਗੁਜ਼ਰ ਗਏ, ਮਹੀਨੇ ਛੇ ਹੋ ਗਏ, ਰਹਿੰਦੇ ਰਹਿੰਦੇ ਮਾਈ ਨੂੰ ਮਹੀਨਾ ਨਵਾਂ ਲੱਗਿਆ, ਨਵਾਂ ਮਹੀਨਾ ਬਹਾਦਰਗਾ ਮਹੀਨਾ ਸੱਤਿਆਂ ਦੀ ਰਾਤ, ਅਸ਼ਟਮੀ ਨਾਮੇ ਨੂੰ ਜਨਮ ਲੈਣਾ ਤਾਂ ਜਨਮ ਤੇ ਇੱਕ ਰਾਤ ਪਹਿਲਾਂ ਪੀਰ ਆਪਣੀ ਮਾਤਾ ਨੂੰ ਕਹਾ ਮਾਈ ਅੱਜ ਰਾਤ ਕੇ 12 ਵਜੇ ਰਹੇ ਹੈ ਸੱਤਿਆਂ ਦੀ ਰਾਤ, ਤਾਂ ਕੱਲ੍ਹ ਨੂੰ ਸਹੀ 12 ਵਜੇ ਅਸ਼ਟਮੀ ਨਾਮੇ ਦੀ ਰਾਤ ਸੰਸਾਰ ਮਾਂ ਜਨਮ ਲੈਣਾ, ਦੇਖੇ ਰਹੀ ਮੇਰੇ ਨਾਨੇ ਕੇ ਮਹਿਲ ਮਾਂ, ਨੌ ਨਹੀਂ 18 ਮਹੀਨੇ ਬੈਠੀ ਰਹੀ ਮੈਂ ਜਨਮ ਲੈਣੇ, ਜੇ ਨਾਨੇ ਕੇ 12ਵਾਂ ਜਨਮ ਲਿਆ ਮੈਨੂੰ ਪਾਣੀ ਪੀਰੀ, ਕਹਿਣੇ ਵਾਲੇ ਮੈਨੂੰ ਨਾਨੂ ਪੀਰ ਕਹਿ ਕੇ ਬੁਲਾਓ, ਜੇ ਜਨਮ ਲਿਆਉਂਗਾ ਆਪਣੇ ਪਿਤਾ ਕੇ ਮਹਿਲ ਮਾਂ ਸਾਰੀ ਸੰਸਾਰ ਮਾਤਾ ਮੈਨੂੰ ਗੁੱਗਾ ਪੀਰ ਕਹਿ ਕੇ, ਚੱਲ ਮਾਈ ਆ। ਜਦ ਮਾਈ ਬਾਦਸ਼ਾਹ ਨੂੰ ਇਹ ਬਾਤ ਵੀ ਕਹੀ ਪੀਰ ਨੇ, ਗੁੱਸਾ ਆ ਗਿਆ, ਮਾਤਾ ਕਹਿਣ ਗਿਰੇ ਬੱਚੇ ਮੈਨੂੰ ਤੂੰ ਕਹਾ ਚੱਲ ਯਹਾਂ ਤੇ, ਕੌਣ ਸਾਹਮੂ ਲੇਗਾ ਜੋ ਹੁਣ ਤੇਰੇ ਪਿਤਾ ਕੇ ਬਾਰ ਬਾਰ ਅੱਧੀ ਰਾਤ ਤੇਰੇ ਪਿਤਾ ਨੇ ਕੱਢੀ ਆਦੀ ਆ, ਮਹਿਲਾਂ ਤੇ ਕੱਢ ਹੀ ਆਵੇ ਸੁੱਖ ਸੰਤ ਦੁਨੀਆ, ਜੇ ਤੂੰ ਐਡਾ ਸਕਦਾ ਵੀ ਪਰਚਾ ਲਾ ਆਪਣੇ ਪਿਤਾ ਨੂੰ ਜਿਸਨੇ ਕੱਢੀ ਆਦੀ ਆ, ਪਰਚਾ ਲਾ ਰਿਹਾ ਆਪਣੀ ਬੂਆ ਨੂੰ ਜਿਹਨੇ ਮਹਿਲਾਂ ਤੇ ਕਢਵਾਈ, ਪਰਚਾ ਲਾ ਆਪਣੀ ਦਾਦੀ ਨੂੰ ਘਰ ਕੀ ਸਿਆਣੀ ਨੂੰ, ਲੈ ਦੇ ਉਸਕੇ ਧੌਲੇ ਝਟੇਗਾ ਗੁੱਸੇ, ਇਹ ਕਹਾਣਾ ਮੇਰੀ ਕਹਿ ਕੇ ਬੇਟੀ ਰਾਤ ਕੇ 12 ਵਜੇ ਕਹਾਂ ਜਾ, ਦਾਤਾ ਲੱਖੋ ਜਿਸ ਟਾਈਮ ਪੀਰ ਨੂੰ ਤਾਨੇ ਮਿਹਣੇ ਮਾਰੇ ਮਾਈ ਨੇ, ਪੀਰ ਗੱਲਾਂ ਮਾਈ ਫਿਰ ਇੱਕ ਸੁਣ ਲੈ, ਜੇ ਤਾਂ ਮੇਰਾ ਪਿਤਾ ਲੈਣ ਆ ਗਿਆ ਮਾਈ ਤੈਨੂੰ ਇੱਜ਼ਤ ਗਿੱਲ ਮੈਨੂੰ ਪੀਰ ਕਹਿੰਦੀ ਫਿਟੇ ਮੋ ਕਹੀ, ਦੇਖੋ ਦਾਤਾ ਲੱਖੋ ਰਾਤ ਕੇ 12 ਵਜੇ ਜਨਮ ਕੀ ਇੱਕ ਰਾਤ ਪਹਿਲਾਂ ਪੀਰ ਮਹਾਰਾਜ ਕੀ ਜੋਤ, ਮਾਈ ਕੀ ਉਰਦ ਸੇ ਪੀਰ ਕੀ ਜੋਤ ਚਲੀ ਹੈ, ਆ ਰਾਤ ਕੇ 12 ਵਜੇ ਆਣ ਕੇ ਆਪਣੇ ਪਿਤਾ ਨੂੰ ਆਪਣੀ ਬੂਆ ਨੂੰ ਆਪਣੀ ਦਾਦੀ ਨੂੰ ਕਿਸ ਤਰ੍ਹਾਂ ਠਹਿ ਠਹਿ ਕੇ ਮਾਰਾਂ, ਆ
ਇਹ ਪੀਰ ਐਸਾ ਜਿਸ ਨੇ ਆਪਣੇ ਵੀ ਨਹੀਂ ਬਖਸ਼ੇ। ਇਹ ਕਿਸ ਤਰ੍ਹਾਂ ਕੀ ਸਰਤਾ ਮਨਵਾਵਾ, ਕਿਆ ਕਿਆ ਬਾਤਾਂ ਵਾ ਭਾਈ ਵੇ, ਕੈਸੇ ਸੋਭਾ ਸੇ ਬੋਲਣਾ ਨਾ ਜੀ। ਗਾਵਾਂ ਮੇਰੇ ਰਾਣਾ ਜੀ ਮੈਂ ਤੇਰਾ ਜਸ, ਗਾਵਾਂ ਜੀ ਬਾਗੜ ਕੇ ਰਾਣੇ ਜੀ, ਗਾਵਾਂ ਬਾਗੜ ਵਾਲੇ ਰਾਣੇ ਤੇਰਾ ਜਸ, ਗਾਵਾਂ ਜੀ ਬਾਗੜ ਕੇ ਰਾਣੇ ਜੀ। ਛਤਰਦਾਰੀ ਪਲ ਪਲ ਮੇਰੇ ਵਾ ਤੇਰਾ ਨਾਮ ਜੀ, ਅੱਧੀ ਅੱਧੀ ਰਾਤ ਪੀਰ ਕੀ ਜੋਤ ਚਲੀ ਦੀਵਾ ਦੁਨੀਆਦਾਰੀ ਮਾਂ ਜੀ, ਸਰਸਾ ਪੱਟਣ ਤੇ ਪੀਰ ਕੀ ਜੋਤ ਚਲੀ ਦੀ ਜੀ ਬਾਗੜ ਵਾਲੇ ਕੀ ਜੀ। ਇਹ ਬਾਗੜ ਵਾਲਾ ਚਲਕਾ ਵੈ ਗਿਆ ਪਿਤਾ ਕੇ ਆਰੇ ਮਾਂ ਜੀ, ਮਾਈ ਕੀ ਉਰਦ ਸੇ ਚਲਕਾ ਕਹਾ ਛਤਰੀ ਪੀਰ ਆਪਣੇ ਪਿਤਾ ਕੇ ਮਹਿਲਾ ਮੈਂ ਗਿਆ। ਆਗਾ ਦੇਖਾ ਗਿਆ ਪਿਤਾ ਵੀ ਸੋਆ, ਬੂਆ ਵੀ ਸੋਆ, ਦਾਦੀ ਵੀ ਘਰਾੜੇ ਮਾਰਾ ਪੀਰ ਕਾ ਜਾ ਰਿਹਾ। ਮੇਰੀ ਮਾਤਾ ਧੱਕੇ ਦੇ ਕਰੋੜ ਕਾ ਜੰਗਲਾਂ ਮੈਂ ਆਰਾਮ ਤੇ ਸੋਵਾਂ। ਆ ਦਾਤਾ ਲੋਕੋ ਜਿਤਨਾ ਭਗਤਾ ਵਾ ਸਵਾਰੀ ਆਵਾ ਯੋ ਆਵਾ ਖੁਸ਼ੀ ਤੇ, ਪਰ ਆਪਣੇ ਪਿਤਾ ਵਾ ਕਰੋਪੀ ਮਾਤਾ ਗੁੱਸੇ ਮਾਥਾ। ਕਿਸ ਤਰ੍ਹਾਂ ਜੈ ਜੈਕਾਰ ਹੋਇਆ ਦੇਖੀਏ ਮਹਾਰਾਜ ਦਾ। ਇਰੇ ਸਣਾ ਰੇ ਪਲੰਗ ਤੇ ਬਾਬਲ ਮੁੰਦਾ ਵਾ ਮਾਰਿਆ ਹੋ ਬਾਗੜ ਕੇ ਰਾਣੇ ਜੀ, ਸਣਾ ਰੇ ਪਲੰਗ ਤੇ ਬਾਬਲ ਮੁੰਦਾ ਮਾਰਿਆ ਜੀ ਬਾਗੜ ਵਾਲੇ ਨੇ ਜੀ। ਰਾਣੇ ਆ ਕੋਟੇ ਮੈਂ ਕੋਣੀਆਂ ਦੀ ਜੀ ਬਾਗੜ ਵਾਲੇ ਕੀ ਜੀ। ਆ ਬੁਆ ਵੀ ਵਾ ਤੋ ਧਰਤੀ ਗਿਲੋ ਮਾਰੀ ਲੈਠੇਗਾ ਆਜੇ ਹਾਜੀ। ਜਦ ਪੀਰ ਨੇ ਆਪਣਾ ਪਿਤਾ ਆਪਣੀ ਬੁਆ ਠੈਠੇਗਾ ਧਰਤੀ ਗਾ ਮਾਰੀ ਗੋਡੇ ਕੋਣੀਆਂ ਫੋੜ ਦੀਏ, ਖੇਲਦੇ ਫਿਰਾਂ ਜਿਸ ਤਰ੍ਹਾਂ ਭਗਤ ਵਾ ਸਵਾਰੀ ਆਵਾ ਨਾ, ਇਸ ਤਰ੍ਹਾਂ ਖੇਲਦੇ ਫਿਰੇ। ਜੋ ਪੀਰ ਕੀ ਦਾਦੀ ਹੈ ਫੁਲਮ ਦੇ ਨਾਮ ਆ, ਜਿਸ ਕਾ ਫੁਲਮ ਦੇ ਦਾਦੀ ਜਾਗੀ ਫੁਲਮ ਦੇ ਆ, ਕਿਆ ਕਰੀ ਪੀਰ ਕੇ ਸਵਾਰੀ ਨੂੰ ਖੇਲ ਜਾਣ ਦੇ ਕਬ ਆਈ। ਇਹ ਜੀ ਬੋਲਾ ਵਾ ਦਾਦੀ ਫੁਲਮ ਦੇ ਨਿਉ ਵੀ ਕਹਾ ਦੀ ਜੀ ਰੰਗਲੇ ਮਹਿਲਾ ਮਾ ਜੀ, ਕੌਣ ਭੂਤ ਕੌਣ ਲੈ ਗਿਆ ਬੱਚਾ ਵਾ ਆਜ ਜੀ। ਦਾਦੀ ਕਹਿ ਰਹੀ ਨੇ ਕੌਣ ਭੂਤ ਆਇਆ ਮੇਰੇ ਨਿਆਣਿਆਂ ਵਾ, ਕੌਣ ਚੁੜੈਲ ਕੌਣ ਜਿੰਨ ਕੌਣ ਪ੍ਰੇਤ। ਜਦ ਭੂਤ ਵੀ ਕਿਹਾ ਪੀਰ ਨੂੰ ਗੁੱਸਾ ਹੈਗਾ ਜਾਰੀ, ਦਾਦੀ ਜੇ ਤੁਸੀਂ ਭੂਤ ਕਹੇਗੀ ਦੁਨੀਆਂ ਕਿਆ ਕਹਾਗੀ ਮੇਰੀ ਜੋਤ ਨੂੰ। ਆ ਜਦ ਵਾ ਦਾਦੀ ਨੇ ਪੀਰ ਨੂੰ ਭੂਤੇ ਬਤਾਇਆ ਜੀ ਬਾਗੜ ਵਾਲੇ ਨੂੰ ਜੀ। ਮੈਂ ਫਲੇ ਉਹ ਤੋ ਦਾਦੀ ਨੇ ਮਾਰੀ ਬੈਠੇ ਕਾਜੀ। ਜਦ ਦਾਦੀ ਠੈਗਾ ਮਾਰੀ ਫਿਰ ਨੀਂਦ ਸੀ ਉਧਰ ਕੀ ਬੁੱਢੀ ਕੀ ਹਾਥ ਜੋੜਗਾ ਕਹਾ ਮਹਾਰਾਜ ਗਲਤੀ ਹੋ ਗਈ, ਸੱਚ ਪਤਾ ਕੌਣ ਸਾ ਦੇਵਤਾ ਖੇੜਾ ਖਵਾਜਾ, ਕਾਲੀ ਕੌਣ ਹੈ ਮੇਰੇ ਬੱਚਾ।
ਜਦ ਖੇੜਾ ਖਵਾ ਜਾਏਗਾ ਨੌਲੀਆ ਪੀਰ ਬੋਲ ਦਿਆ, ਫਿਰ ਆਪਣੇ ਪਿਤਾ ਕੇ ਸਿਰ ਦੀ ਤਰ੍ਹਾਂ ਭਗਤਾਂ ਕੇ ਸਿਰ ਪੀਰ ਬੋਲਦਾ, ਕਿਆ ਕਹਿ ਰਿਹਾ ਪੀਰ ਕਾਹੇ ਨਾ ਮੈਂ ਖੇੜਾਏ ਦਾਦੀ ਨਹੀਂ ਤਾਂ ਖਵਾਜਾ ਜੀ ਰੰਗਲੇ ਮਹਿਲਾਵਾ ਜੀ ਖੇੜਾ ਦਾਦੀ ਨਹੀਂ ਤਾਂ ਖਵਾ ਜਾਏ ਸੁਣ ਲੈ ਦਾਦੀ ਹਾਂਜੀ ਦਾਦੀ ਤੇਰਾ ਪੋਤਾ ਹੈ ਗਿਆ ਏ ਮੈਲਾ ਜੀ ਦਾਦੀ ਨਾ ਖੇੜਾ ਨਾ ਖਵਾ ਜਾ ਨਾ ਕਾਲੀ ਫਿਰ ਕੌਣ ਹੈ ਮਹਾਰਾਜ ਮੈਂ ਤੇਰਾ ਪੋਤਾ ਬੁੱਢੀ ਕਹਿਣ ਲੱਗੀ ਰਿਹਾ ਦੋ ਰਾਣੀਆਂ ਮੇਰਾ ਬਾਛਲ ਕਾਛਲ ਉਹ ਭਾਈ ਕੌਣ ਸੀ ਕਾ ਤਾਂ ਕਿ ਸੁਣ ਲੈ ਦਾਦੀ ਚਿੰਤਾ ਨਾ ਕਰਾ ਪੂਰਾ ਡਰੈਸ ਦੇ ਕੇ ਜਾਊਂਗਾ ਅੱਜ ਆਹ ਕਿਆ ਕਰਿਆ ਪੀਰ ਮਾਤਾ ਏ ਬਾਛਲ ਕਾ ਮੈਂ ਰਾਜ ਦਲਾਰਾ ਏ ਦਾਦੀ ਹਾਂਜੀ ਸੁਣ ਲੈ ਦਾਦੀ ਰਾਜੇ ਜੇਵਰ ਕਾ ਅਮਰ ਜਰਾਗ ਹਾਂਜੀ ਮੇਰੀ ਏ ਮਾਤਾ ਨੂੰ ਏ ਥਾਨੇ ਕੱਢਿਆ ਦਿਆ ਤਾਏ ਰੰਗਲੇ ਮਹਿਲਾ ਸੇ ਜੀ ਸੁਣ ਲੈ ਦਾਦੀ ਕਰਕੇ ਕਰੂੰਗਾ ਥਾਨੂੰ ਹਾਂਜੀ ਹਾਂਜੀ ਪਿਤਾ ਬੁਆ ਨੂੰ ਮਾਰੇ ਰਿਹਾ ਤਾਇਓ ਰੰਗਲੇ ਮਹਿਲਾ ਮਾਜੀ ਫਿਰ ਦਾਦੀ ਫੁਲਮ ਦੇ ਬੇਨਤੀ ਕਰਾ ਦੀ ਪੀਰ ਕੀ ਆਜੇ ਹਾਂਜੀ ਲੈ ਬਾਈ ਦਾਦੀ ਕਹਿਣ ਲੱਗੀ ਮਹਾਰਾਜ ਗਲਤੀ ਕੀ ਭੂਤ ਕਹਿੰਦੀ ਆ ਸੱਚ ਬਤਾ ਕੌਣ ਸਾ ਦੇਵਤਾ ਖੇੜਾ ਖਵਾ ਜਾ ਕਾਲੀ ਪੀਰ ਕਾ ਨਾ ਖੇੜਾ ਨਾ ਖਵਾ ਜਾ ਨਾ ਕਾਲੀ ਮੈਂ ਤੇਰਾ ਪੁੱਤ ਬਾਛਲ ਮਾਈ ਕਾ ਲਾਡਲਾ ਰਾਜੇ ਜੇਵਰ ਕਾ ਅੰਮ੍ਰਿਤ ਰਾਗ ਮੇਰੀ ਮਾਤਾ ਨੂੰ ਕੱਢੀਏ ਦੇਖਾ ਰਾਤ ਕੇ 12 ਵਜੇ ਜੰਗਲਾਂ ਮਰੋਲ ਕਾ ਪ੍ਰਾਂਤ ਤੇ ਸੋਵਾਂ ਦਾਦੀ ਸਣਾ ਕਿਲੇ ਤੇ ਗਰ ਕਰ ਦਿਓ ਨਾ ਨੁਕਸਾਨ ਖੋ ਦਿਓ ਮਹਿਲ ਖਵਾ ਦੀਏ ਜਿਸ ਟਾਈਮ ਮਹਿਲ ਖਵਾਏ ਬੁੜੀ ਖੜੀ ਖੜੀ ਕੰਮ ਆ ਉਹ ਬੱਚੇ ਬਖਸ਼ ਦੇ ਉਹ ਬੱਚੇ ਬਖਸ਼ ਦੇ ਪੀਰ ਕਹਾ ਦਾਦੀ ਬਖਸ਼ਣ ਲੈ ਕੇ ਤੁਹਾਨੂੰ ਜਾ ਏਕ ਸਰ ਤੋਂ ਬਖਸ਼ੋ ਕੱਲੋਂ ਸਹੀ 12 ਵਜੇ ਸੰਸਾਰ ਮਾਂ ਜਨਮ ਅਸ਼ਟਮੀ ਨਮਿਕ ਰਾਤ ਜੈ ਤੋਂ ਮੇਰਾ ਪਿਤਾ ਮੇਰੀ ਮਾਤਾ ਨੂੰ ਇੱਜ਼ਤ ਗੇ ਲਿਆ ਵਾ ਫਿਰ ਤੋਂ ਬਖਸੋ ਅਰਨੀ ਬਖਸ਼ਦਾ ਆਹ ਡੰਡਿਆ ਗਾ ਬੂਤ ਨਾਚਾ ਬੁੱਢੀ ਜਦੀ ਲੱਗੀ ਕਹਿਣ ਉਹ ਬੱਚੇ ਮੈਂ ਤਸਵੀਰੀ ਪਕਾ ਲੈਂਗੀ ਆਪਣੀ ਬਹੂ ਨੂੰ ਮੇਰੀ ਤਾਂ ਬੜੀ ਭਾਗ ਆਣੀ ਫਿਰ ਭਾਗ ਲੈ ਦੀ ਉਹ ਪੁੱਛੀ ਨੀ ਉਹਨੇ ਕਿਹਾ ਮੇਰੀ ਮਾਤਾ ਤਾਂ ਮੈਂ ਕਹਿ ਲੈਗੀ ਮੇਰੀ ਇਨ ਕੌਣ ਭਰਾ ਗਾ ਇਨ ਕਿਆ ਬੱਚੇ ਤੇਰੀ ਇਹ ਜੋ ਪੀਰ ਕਾ ਥਾਪਾ ਅੱਜ ਵਿਕਰਮ ਨੇ ਲਾਇਆ ਸਭ ਸੇ ਥਾਪਾ ਪਹਿਲਾਂ ਆਪਣੇ ਘਰ ਮਾ ਲਿਆ ਤਾ ਪੀਰ ਕਿ ਦਾਦੀ ਅੱਠਵੇਂ ਥਾਪੇ ਨਾਮੇਗਾ ਰਾਜ ਸਵਾ ਰੁਪਿਆ ਮੇਰੇ ਹਾਲੇ ਕਾ ਜੋਤ ਕਰ ਮੇਰੇ ਗੁਰੂ ਗੋਰਖਨਾਥ ਕਾਟਾ ਪਾਤਰ ਗੇਲ ਧਰ ਨਾ ਪੜਾ ਬੁੜੀ ਕਾ ਬੱਚੇ ਰਾਤ ਵੀ ਜਗਾਉਂਗੀ ਥਾਪਾ ਵੀ ਲਾਉਂਗੀ ਬਖਸ਼ ਦੇ ਪੀਰ ਪੀਰ ਕਹਾ ਈਨ ਈਨ ਭਰੋਂਗੀ ਬੱਚੇ ਤੇ ਤਾਂ ਸਵਾ ਰੁਪਿਆ ਕਹਾ ਮੈਂ ਤਾਂ ਸਵਾ ਲਾਲ ਪੈ ਦਿਉਂਗੀ ਕਿ ਤੇਰੇ ਪਾ ਜੋ ਮਰਜ਼ੀ ਕਰਵਾ ਲੈ ਤੋ ਦਾਤਾ ਲੁਕੋ ਵੀ ਜਾਇਆ ਕਰਾ ਪੀਰ ਕਾ ਆਪਣਾ ਪਿਤਾ ਰਬੂਆ ਠਹਿ ਠਹਿ ਕਾ ਮਾਰੇ ਗੋਡੇ ਕੋਹਣੀ ਆਪਣੇ ਲਹੂ ਚਲਾ ਰੱਖਿਆ ਉਹ ਬੱਚੇ ਛੋੜ ਦੇਨੋ ਲੈ ਵੀ ਜੇ ਦੀਨ ਮਨਜ਼ੂਰ ਕਰੀ ਬਾਤਾਂ ਮਨਜ਼ੂਰ ਕਰੀ ਦਾਦੀ ਫੁਲਮ ਦੇਨੇ ਬੁੱਢੀ ਨੇ ਪੀਰ ਨੂੰ ਰਹਿਮ ਹੈ ਗਿਆ ਆਪਣਾ ਪਿਤਾ ਤੋਂ ਕਰ ਦਿਆ ਠੀਕ ਖੇਲਣੇ ਤੇ ਬੰਦ ਹੋ ਗਿਆ ਬੂਆ ਤੇ ਜ਼ਿਆਦਾ ਨਾਰਾਜ਼ ਥਾ ਬੂਆ ਕਾ ਤੁਸੀਂ ਤਰ੍ਹਾਂ ਸਪ੍ਰਿੰਗ ਸੇ ਲਾਏ ਵੇ ਜਿਸ ਟਾਈਮ ਬੂਆ ਨੂੰ ਠਹਿ ਠਹਿ ਕਾ ਮਾਰ ਰਿਹਾ ਦੀ ਕੀ ਮਮਤਾ ਮਾਂ ਨੂੰ ਜ਼ਿਆਦਾ ਉਹ ਬੱਚੇ ਲੜਕਾ ਤੋਂ ਛੋੜਦੇ ਇੰਨੇ ਵਿਛੋੜਦੇ ਵਿਚਾਰੀ ਨੂੰ ਪੀਰ ਕਹਿਆ ਵਿਚਾਰੀ ਆ ਸਾਰੀ ਪੁਆੜੇ ਕੀ ਜੜਤੀ ਹੋਈ ਆ ਇਸੀ ਨੇ ਮਾਤਾ ਕਢਵਾਈ ਸੀ
ਦਾਦੀ ਇਸ਼ਕਾ ਤਾਂ ਸਵਾ ਮਹੀਨੇ ਕਰ ਮਾਂਡਿਆ ਤਾਂ ਨਿਮੀ ਚਲਾ ਗਿਆ, ਜਦ ਸਵਾ ਮਹੀਨੇ ਕਾ ਨਾਂ ਲਿਆ ਬੱਚੇ ਮਰ ਜਾਏਗੀ ਸਵਾ ਮਹੀਨੇ ਬਖਸ਼ ਦੇ। ਪੀਰ ਨੇ ਆਪਣਾ ਰਹਿਮ ਹੈ ਗਿਆ ਬੂਆ ਵੀ ਛੋੜਦੀ, ਖੇਲਣੇ ਦੇ ਬੰਦ ਹੋਏ ਜਿਸ ਟਾਈਮ ਨੂੰ ਦੇਖਾਂ ਕੂਹਣੀਆਂ ਗੋਡੇ ਲਹੂ ਚੜਿਆ ਲਵਾ ਬੁੱਢੀ ਖੜੀ ਆਪਣੀ ਦਾਦੀ ਨੂੰ ਮਾਂ ਨੂੰ ਕਹਾਰੀ ਮਾਂ ਉਹ ਕਿਉਂ ਮਰ ਗਈ। ਔਰ ਪੀਰ ਕੀ ਦਾਦੀ ਕਹਿਣ ਲੱਗੀ ਬੋਲੋ ਨਾ ਦੇਖੀ ਰੇ ਰੌਲਾ ਨਾ ਪਾਓ, ਬੜੇ ਔਖੇ ਛਿਟਵਾਏ ਅਸੀਂ ਖੜੇ ਹੋ ਗਏ ਇੱਕ ਕੋਣੇ ਕਾਣੇ ਲੈ ਵੀ ਦਾਤਾ ਲੱਗ। ਪੀਰ ਲੈ ਕਾ ਪਰਚਾ ਨਸੀਹਤ ਲੈ ਕਾ ਦਾਦੀ ਨੂੰ ਬੂਆ ਨੂੰ ਪਿਤਾ ਨੂੰ ਸਰਸਾ ਪੱਟਣ ਮਾਣਕਾ। ਪੀਰ ਨੂੰ ਪਤਾ ਕਿ ਮੇਰੇ ਮਾਮੇ ਨਾਨੇ ਅੜਬਾਂ ਕਦੀ ਨਹੀਂ ਨੜ ਜਾਣ ਕਿ ਮੇਰੀ ਮਾਂ ਤੋਂ ਨਾ ਭੇਜਾਂ। ਆਪਣੇ ਨਾਨੇ ਕਾ ਪਲੰਗ ਮਾਇਆ, ਚਾਰੋ ਮਾਮਿਆਂ ਪਤੇ ਮਨਜ਼ੂਰ ਕਰਵਾ ਦਿਆ ਕਿ ਕੱਲੋਂ ਸਹੀ ਬਾਣਾ ਵਿੱਚ ਜਨਮ ਲੈਣਾ, ਮੇਰਾ ਪਿਤਾ ਵਾਗਾ ਲੈਣਾ, ਮਾਤਾ ਨੂੰ ਜਦ ਵੀ ਆ ਮੇਰੀ ਮਾਤਾ ਕੀ ਤਿਆਰੀ ਰੱਖਿਆ। ਮਾਮੇ ਨੇ ਮਨਜ਼ੂਰ ਕਰ ਲਈ, ਆਪਣੇ ਨਾਨੇ ਕਾ ਪਲੰਗ ਰੋਕਿਆ। ਫਿਰ ਜੋਤ ਪੀਰ ਕੀ ਮਾਈ ਕੇ ਉਰਦ ਮੈਂ ਕੀ ਹੈ ਆਣ ਕਾ ਪੀਰ ਕਹਿਣ ਕਹਿੰਦਾ ਮਾਤਾ ਜੋ ਮੈਨੂੰ ਕਰਨਾ ਤਾਂ ਕਰਿਆ, ਜੇ ਮੇਰੇ ਮਾਂ ਸਖਤੀ ਆਵਾਂਗਾ ਪਿਤਾ ਨਹੀਂ ਆਣੇ ਕਰੇ। ਲਾਸਟ ਬੋਲਾਂ ਕਥਾ ਕੇ ਜ਼ਰਾ ਧਿਆਨ, ਸਖਤੀ ਤਾਂ ਹੋਈ ਤੀ ਪੀਰ ਮਾਂ ਡਰਦਾ ਪੀਰ ਤੇ ਪੀਰ ਕਾ ਪਿਤਾ ਤੜਕੀ 4 ਵਜੇ ਪਹੁੰਚ ਕੇ ਮਾਈ ਨੂੰ ਲੈਣ। ਆਗਾ ਡਰਦੇ ਚਾਰੋ ਮਾਮੇ ਆਉਂਦੇ ਆਪਣੇ ਬਣਾਈਏ ਘੋੜੀ ਕੀ ਬਾਗਾਂ ਫਕੜੀ ਪੂਰੀ ਸੇਵਾ ਕਰੇ ਡਰਦੇ ਪੀਰ ਤੇ, ਕੋਈ ਚਾਹ ਲਿਆਵਾ ਕੋਈ ਪਾਣੀ ਲਿਆਵਾ ਕੋਈ ਬਿਸਕੁਟ ਲਿਆਵਾ ਕੋਈ ਨਮਕੀਨ ਲਿਆਵਾ ਡੋਲ ਕੇ ਵਾਲੇ ਵਰਗਾ ਤਾਂ ਦਾਰੂ ਕੀ ਬੋਤਲ ਠਾ ਫਿਰ ਵੀ ਸੇਵਾ ਕੋਈ ਕਮੀ ਨਾ ਜਾ। ਦਾਤਾ ਲੁਕੋ ਆਓ ਬੈਠ ਕਰੀ ਚਾਹ ਪਾਣੀ ਪੀਵਾ ਰਾਜਾ। ਪੀਰ ਕਾ ਪਿਤਾ ਆਪਣੇ ਮਨ ਮਾਂ ਸੋਚਿਆ ਵੀ ਮੈਂ ਤੈਨੂੰ ਕੀ ਬਹਿਣ ਨੂੰ ਕੱਢਿਆ ਦੀਆ ਥਾ, ਇਹਨੂੰ ਤਾਂ ਮੇਰੇ ਪਰ ਤਲਵਾਰਾਂ ਠਾਣੀ ਚੀਜ਼ ਦੀ ਸੇਵਾ ਕਿਉਂ ਕਰ ਰਹੇ। ਚਾਹ ਪਾਣੀ ਪੀਂਦੇ ਪੀਂਦੇ ਕੇ ਦਿਮਾਗ ਕਮਾਏਗੀ ਵੀ ਮਨ ਤੋਂ ਐਸਾ ਲਗਾ ਵੀ ਉਹ ਜੋ ਅਸੀਂ ਤੇਰੀ ਸੇਵਾ ਹੋ ਰਹੀ ਆ ਹੋ ਨਾ ਹੋ ਜੋ ਅਸੀਂ ਖੀਰ ਪੁੜੇ ਰਾਤ ਮਾਰਾ ਪੱਕੇ ਮਨ ਲਗਾਂਗਾ ਪੱਕ ਲਈਏ। ਇਹ ਵੀ ਡਰਦਾ ਡਰਦਾ ਹਕਾ ਰਾਜਾ ਆਪਣੇ ਸਹੁਰੇ ਨੇ ਪਿਤਾ ਜੀ ਮੈਂ ਆਪਣੀ ਰਾਣੀ ਲੈਣੇ ਵਾਸਤੇ ਮੇਰੀ ਰਾਣੀ ਦੀ ਤਿਆਰੀ ਕਰਦੇ। ਔਰ ਬੁੱਢਾ ਪਤਾ ਕਿਆ ਕਹਾ ਅੱਗੇ ਤੇ ਬੱਚੋ ਮੋਂ ਤੋਂ ਰੱਤੋ ਕੁਰਤੀ ਦੀ ਜਿਸ ਟਾਈਮ ਕਹਾ ਰੱਤੋ ਕਰਦੀ ਦੀ ਪੀਰ ਕਾ ਪਿਤਾ ਸਮਝ ਕੇ ਮੇਰੀ ਗਿਲੋ ਲੈ ਜਾਣ ਸੀ ਬਾਰੀ ਗਿਲੋ ਹੀ ਤਿਆਰੀ ਕਰੀ ਬਾਦਸ਼ਾਹ ਰਾਜਪੂਤਾਂ ਕਾ ਖਾਸ ਕਰ ਐਸਾ ਸੂਲ ਥਾ ਬਿਨਾਂ ਬੁਲਾਏ ਦੀਆਂ ਪਹਿਲਾਂ ਆਵਾਂ ਨਹੀਂ ਥੀ ਬੁਲਾਇਆ ਕਰਾਂ ਤੇ ਫਿਰ ਆਵਾਂ ਦੀ। ਔਰ ਜਿਤਨਾ ਰਾਜਪੂਤ ਦਾਨ ਦਹੇਜ ਵਿਆਹਾਂ ਦੇ ਤੇ ਉਤਨੀ ਉਹ ਧੀਆਂ ਨੂੰ ਬੁਲਾਇਆ ਭੇਜੇ ਕਰਾਂ ਤੇ ਦੇਖਾ ਵਹੀ ਧਨ ਮਾਲ ਕੇ ਗੱਡੇ ਲਾ ਦੀਏ ਸੂਟ ਸੁਨਹਿਰੀ ਸੋਨੇ ਚਾਂਦੀ ਕੇ ਬਰਤਨ ਹੀਰੇ ਜਵਾਹਰ ਸੁੱਚੇ ਮੋਤੀ ਪਰ ਸੁਣਨ ਵਾਲੇ ਬੋਲਾਂ ਪੀਰ ਨੇ ਸਾਰੀ ਚੀਜ਼ ਤੇ ਜਵਾਬ ਦਵਾ ਦਿਆ ਕਿ ਮਾਤਾ ਤੈਨੂੰ ਇਹਾਂ ਤੇ ਕੁਛ ਲੈ ਕੇ ਜਾਣਾ ਜਿਸ ਗੱਡੇ ਮਾਈ ਤੇ ਉਹੀ ਗੱਡਾ ਉਹੀ ਗੱਡਵਾਲਾ ਉਹੀ ਚੌਰਾ ਪੂਰਾ ਬੈਲ ਹੋਣਾ ਚਾਹੀਦਾ ਲੈ ਵੀ ਉਹੀ ਗੱਡਾ ਉਹੀ ਗੱਡਵਾਲਾ ਉਹੀ ਚੌਰਾ ਪੂਰਾ ਬੈਲ ਜੁੜ ਗਏ ਗੱਡੇ ਮਾਂ। ਔਰ ਬਾਦਸ਼ਲ ਮਾਤਾ ਕਾਟ ਕਾ 9 ਮਹੀਨੇ ਪਿਤਾ ਕੇ 12ਵਾਂ ਮਿਲਕਾ ਆਪਣੇ ਪਿਤਾ ਨੂੰ ਮਿਲਕਾ ਮਾਤਾ ਨੂੰ ਮਿਲਕਾ ਭਾਈਆਂ ਨੂੰ ਭੋਜਾਂ ਨੂੰ ਉਸੀ ਗੱਡੇ ਬੈਠ ਗਈ ਹੈ। ਔਰ ਦਾਤਾ ਲੋਕੋ ਲੈ ਕੇ ਰਾਜਾ ਜੇਵਰ ਬਾਦਸ਼ਲ ਮਾਈ ਨੂੰ ਗਰਦਰੇੜਾ ਜਹਾਂ ਪੀਰ ਕੀ ਜਨਮ ਭੂਮੀ ਜਹਾਂ ਜਨਮ ਲਿਆ ਗਰਦਰੇੜੇ ਮੈਂ ਗਿਆ ਖੇੜੇ ਨੂੰ ਪ੍ਰਣਾਮ ਕਰੀਏ ਅਸ਼ਟਮੀ ਨੌਮੀ ਦੀ ਰਾਤ ਜਨਮ ਕੋਠੜੀ ਮੈਂ ਬਾਦਸ਼ਲ ਮਾਈ ਆਵਾ ਸੁਣੋ ਬਾਈ ਦਾਤਾ ਲੋਕੋ ਰਾਤ ਕੇ 11 ਵਜੇ ਜਨਮ ਕੋਠੜੀ ਮੈਂ ਜਿਸ ਟਾਈਮ ਆਈ ਬਾਦਸ਼ਲ ਲੱਗੀ ਹੈ ਛੱਤਰੀ ਪੀਰ ਨੇ ਮਾਤਾ ਨੂੰ ਉਰਦੋਂ ਬੈਠੇ ਨੇ ਆਪਣੀ ਮਾਂ ਨੂੰ ਕਾਨੋਂ ਆਵਾਜ਼ ਦੀ ਬਾਦਸ਼ਲ ਮਾਈ ਨੇ ਕਿ ਮਾਤਾ
ਸਿਰਫ ਇਹ ਘੰਟਾ ਮੇਰੇ ਜਨਮ ਕਾ, ਇਹ ਘੰਟੇ ਬਾਅਦ ਤੇਰੀ ਗੋਦੀ ਮੈਂ ਖੇਲਦਾ ਨਜ਼ਰ ਆਊਂਗਾ। ਮੇਰੇ ਜਨਮ ਕੀ ਤੀਨ ਬਾਤਾਂ ਸੁਣ ਲੈ ਮਾਈ। ਪਹਿਲੀ ਬਾਤ, ਮੇਰੇ ਜਨਮ ਮੈਂ ਕੋਈ ਐਸੀ ਵੈਸੀ ਦਾਈ ਨਾ ਵਾ, ਅੰਖਾਂ ਸੇ ਅੰਧੀ, ਸੰਦਲ ਬ੍ਰਾਹਮਣੀ ਸਨਗਰ ਮਾਂ ਚਲਦੀ ਸੀ, ਸੰਦਲ ਦਾਈ ਨੂੰ ਬੁਲਾ ਲੇ। ਸਾਤੋਂ ਡੋਡੀਆਂ ਕੁੰਡੇ ਜਿੰਦੇ ਲਵੈਦੇ ਮਾਤਾ, ਜਿਸ ਟਾਈਮ ਮੇਰਾ ਜਨਮ ਹੋਗਾ ਨੇ ਆਪਣੇ ਆਪ ਖੁੱਲਾਂਗੇ, ਮੇਰੇ ਜਨਮ ਪਰ ਟੁੱਟਾਂਗੇ। ਆਰ ਮਾਤਾ ਮੇਰੇ ਮਹਿਲੋਂ ਅੰਮ੍ਰਿਤ ਚਰਾਗਾ, ਉਹ ਚਰਾਗਾਂ ਬੱਤੀਆਂ ਬੱਤੀਆਂ ਪੈਦੇ, ਤੈਨੂੰ ਜਗਾਣੇ ਕੀ ਲੋੜ ਨਹੀਂ ਮਾਈ, ਮੇਰੇ ਜਨਮ ਪਰ ਨੇ ਆਪਣੇ ਆਪ ਜਗਾ। ਦਾਤਾ ਲੋਕੋ ਜੈਸਾ ਹੁਕਮ ਲੱਗਿਆ ਪੀਰ ਮਹਾਰਾਜ ਦਾ। ਜੀ ਜਨਮ ਕੀ ਪੈੜੀ ਪੀਰ ਮਹਾਰਾਜ ਕੀ। ਸਾਤੋਂ ਡੋਡੀਆਂ ਕੁੰਡੇ ਜਾਂਦੇ ਲਵੈਦੀ, ਚਰਾਗਾਂ ਬੱਤੀਆਂ ਪਵੈਦੀ ਮਾਈ। ਆਰ ਬਾਛਲ ਮਾਤਾ ਦੇਖੋ, ਸਿਆਣੀ ਉਮਰ ਦੀ ਬਜ਼ੁਰਗ ਅਵਸਥਾ ਮਾ, ਜਦ ਪੀਰ ਕਾ ਮੂੰਹ ਦੇਖਿਆ ਤਾਂ ਬੱਚੇ ਕਾ ਮੂੰਹ ਦੇਖਿਆ ਤਾਂ ਮਾਈ। ਆਸ ਪਾ ਜਹਾਂ ਜੁਆ, ਦਾਤਾ ਲੱਗੋ ਮਾਈ ਬਾਛਲ ਦੀਆਂ ਅੱਖਾਂ ਮਾਂਝੂ ਵਹਿ ਰਿਹਾ। ਆਪਣੀ ਬਾਂਦੀ ਨੂੰ ਆਵਾਜ਼ ਮਾਰੀ ਕਿ ਹੇ ਭਗਵਾਨ, ਅੱਜ ਮੈਂ ਬੱਚੇ ਕਾ ਮੂੰਹ ਦੇਖੂੰਗੀ। ਮਾਈ ਬਾਛਲ ਆਪਣੀ ਬਾਂਦੀ ਨੂੰ ਆਪਣੇ ਪਾਸ ਬੁਲਾਏਗਾ, ਕੈਸੇ ਅੰਧੀ ਦਾਈ ਕੇ ਪਾਸ ਭੇਜਿਆ, ਕਿਸ ਤਰ੍ਹਾਂ ਸੰਦਲ ਦਾਈ ਅੰਧੀ, ਜਨਮ ਤੇ ਅੰਧੀ ਦਾਈ ਆਵਾ, ਪੀਰ ਕੇ ਜਨਮ ਪਰ ਕੈਸੇ ਮਹਾਰਾਜ ਕਾ ਜਨਮ ਆਵਾ। ਕਿਆ ਕਹਿ ਰਹੀ ਮਾਈ ਆਪਣੀ ਬਾਂਦੀ ਨੇ ਬੇਟੀ, ਇਹ ਲੈ ਆ ਜਾ ਮੇਰੀ ਬਾਂਦੀ ਵਜਾ, ਮੇਰੇ ਦੋਰਾਏ ਆ ਜਾ, ਮੇਰੇ ਦੋਰਾਏ ਆ ਜਾ ਜੀ, ਜੇ ਬਹੁੜ ਗਿਆ ਤਾਂ ਗੋਰਖ ਨਾਥ ਨਾਥ ਜੀ ਹਾਂ ਜੀ, ਇਹ ਲੈ ਸੰਦਲੇ ਦਾਈ ਨੂੰ ਤਾਂ ਜਲ ਦੀਪ ਲੈ ਲੈ ਬੰਦੀ, ਜਲ ਦੀਪ ਲੈ ਲਿਆ ਹਾਂ ਜੀ, ਬੇਟੀ ਦੇਖ ਲੈ ਜਮਾ ਬਿਨਾ ਲਾਈਏ ਪਲਕੀ, ਬਾਰ ਬਾਰ ਜੀ ਹਾਂ ਜੀ, ਦੌੜੀ ਦੌੜੀ ਬਾਂਦੀ ਵਾ ਸੰਦਲ ਦਾਈ ਪਾ ਲਿਆ ਵਾ ਆਵਾ, ਉਹ ਦਾਈ ਪਾ ਲਿਆ ਵਾ ਹਾਂ ਜੀ, ਮਾਈ ਕੀ ਬਾਂਦੀ ਸੰਦਲ ਨ ਮਾਰਾਇਆ ਏ ਬਾਜ ਬਾਜ ਜੀ ਹਾਂ ਜੀ, ਇਹਨਾਂ ਸੰਦਲ ਵਾ ਸੰਦਲ ਕਹਿੰਦਾ ਵਾਜਾ ਮਾਰਾ, ਵਾਜਾ ਵਾ ਮਾਰਾ ਹਾਂ ਜੀ, ਉਹ ਸੰਦਲ ਦਾਈ ਆਪਣੀ ਕੁੱਟੀਆਂ ਵਾ ਬੈਠੀ ਗਰੀਬਣੀ, ਆਜ ਆਜ ਜੀ ਹਾਂ ਜੀ, ਦਾਤਾ ਲੋਕੋ ਵਾਜਾ ਮਾਰੀ ਬੰਦੀ, ਜਨਮ ਕੀ ਅੰਧੀ ਸੰਦਲ ਦਾਈ ਨੂੰ, ਅੰਧੀ ਜ਼ਰੂਰ ਥੀ ਬਾਜ ਪਛਾਣ ਲਿਆ, ਸੰਦਲ ਦਾਈ ਕਹਿਣਗੇ ਬਾਛਲ ਕੀ ਬੰਦੀ, ਤਾਂ ਕਿਹਾ ਮਾਤਾ ਮੈਂ, ਇਹ ਬੇਟੀ ਕਿਆ ਬਾਤ ਕਿ ਚੱਲੀਏ ਰੀ ਮਾਤਾ ਬਹੁੜ ਗਿਆ ਬਾਬਾ ਗੋਰਖਨਾਥ, ਬਾਛਲ ਮਾਈ ਨੇ ਤਾਂ ਮਹਿਲਾਂ ਬੁਲਾਈ, ਅੰਧੀ ਦਾਈ ਕਹਿਣਗੇ ਬੇਟੀ ਮੈਂ ਕਿਆ ਕਰੂੰਗੀ, ਮੈਂ ਅੱਖਾਂ ਸਹਿੰਦੀ ਹੂੰ, ਦਾਈਆਂ ਔਰ ਬਹੁਤ ਆ ਕਿਸੇ ਹੋਰ ਜਨ ਕੇ ਨਾ, ਮਾਤਾ ਤੇਰਾ ਹੁਕਮ ਲੱਗਾ ਤੈਨੂੰ ਚੱਲਣਾ ਪੜਾ। ਇੱਕ ਦਾਤਾ ਲੋਕੋ ਦੇਖੋ, ਪੀਰ ਮਹਾਰਾਜ ਕੇ ਜਨਮ ਕੇ ਮੌਕੇ ਵਾ ਸੰਦਲ ਬ੍ਰਾਹਮਣ, ਠਹਿਕਾ ਹਾਥ ਮਾ ਲਠੋਰੀ ਗੰਗਾ ਜਲ ਕੀ ਗੜਵੀ, ਹਾਥ ਮਾ ਠਹਿਕਾ ਰਾਮ ਰਾਮ ਰੱਖਦੀ ਆਕਾ ਕਾ ਬੰਦੀ, ਔਰ ਪਿੱਛਾ ਪਿੱਛਾ ਸੰਦਲ ਦਾਈ ਕੇ ਦੇਖੋ ਸੰਗਤੋ, ਸਹੀ 12 ਵਜੇ ਅਸ਼ਟਮੀ ਨੌਮੀ ਕੀ ਰਾਤ ਆਣ ਕਾ ਪਹਿਲਾ ਪੈਰ, ਜਿਸ ਟਾਈਮ ਜਨੂੰ ਕੋਠੜੀ ਕੀ ਪੌੜੀ ਪੰਦਰਾ, ਇਹ ਕਿਸ ਤਰ੍ਹਾਂ ਛੱਤਰੀ ਪੀਰ ਮਾਈ ਕੀ ਗੋਦੀ ਮਾ ਖੇਲਦਾ ਨਜ਼ਰ ਆਵਾ ਭਾਈ। ਕਿਆ ਕਹਿਣਾ ਜੀ,
ਮਾਤਾ ਮਾਈ ਕੀ ਬਾਂਦੀ ਚਲਾਤੀ ਹਾਂ ਬਾਂਦੀ ਚਲਾਤੀ ਹਾਂ ਜੀ ਆਇਆ ਮੈਂ ਫਲ ਭਾਈ ਰੇ ਪਿੱਛਾ ਪਿੱਛਾ ਆਵਾ ਵਾ ਸੰਦਲ ਆਜ ਆਜ ਜੀ ਹਾਂ ਜੀ ਅੱਧੀ ਅੱਧੀ ਰਾਤ ਟੈਮ 12 ਵਜੇਗਾ ਹਾਂ 12 ਵਜੇਗਾ ਹਾਂ ਜੀ ਮੈਂ ਫਲ ਉਤਲ ਅਸ਼ਟਮੀ ਵਾ ਨੌਮੀ ਕੀ ਕਹੀਏ ਰਾਤ ਨਾਥ ਜੀ ਹਾਂ ਜੀ ਭਾਈ ਰੇ ਪਹਿਲਾ ਵਾ ਪੈਰ ਦਾਈ ਨੇ ਡੋਡੀ ਪਾ ਦਰਿਆ ਦਾ ਲੈ ਜਦ ਆ ਡੋਡੀ ਪਾ ਦਰਿਆ ਦਾ ਹਾਂ ਜੀ ਮੈਂ ਫਲੇ ਉਹ ਤੋਂ ਲੈ ਜਨੇ ਮੈਂ ਲਿਆ ਤਾ ਪੀਰ ਨੇ ਆਜ ਆਜ ਜੀ ਹਾਂ ਜੀ ਪਹਿਲਾ ਪਹਿਲਾ ਪਰਚਾ ਪੀਰ ਨੇ ਦਾਈ ਨੂੰ ਵਾ ਲਾਇਆ ਲੈ ਅੰਧੀ ਦਾਈ ਨੂਰ ਲਾਇਆ ਹਾਂ ਜੀ ਮੇਰਾ ਸੰਦਲ ਦਾਈ ਕੀ ਦੋਵਾਂ ਅੱਖਾਂ ਖੋਲਦੀ ਪੀਰ ਨੇ ਆਜ ਆਜ ਜੀ ਹਾਂ ਜੀ ਸਤੋਂ ਰੇ ਡੋਡੀਆਂ ਕੇ ਕੁੰਡੇ ਜੰਦੇ ਨੇ ਟੁੱਟ ਕੇ ਜਨਮ ਪਾ ਆ ਕੁੰਡੇ ਜੰਦੇ ਟੁੱਟੇ ਹਾਂ ਜੀ ਪਾਛਲ ਮਾਤਾ ਕੇ ਮਹਿਲਾਵਾਂ ਬਲ ਗਏ ਤੇ ਅਮਰ ਰਾਗ ਚ ਰਾਗ ਜੀ ਹਾਂ ਜੀ ਮਾਤਾ ਕੇ ਮਹਿਲਾ ਕੇ ਮਾਂ ਪੜੇਗੀ ਵਧਾਈਆਂ ਜਨਮ ਪਾ ਪੜੇਗੀ ਵਧਾਈਆਂ ਹਾਂ ਜੀ ਦੇਵੀ ਦੇਵਤੇ ਨੇ ਤੋ ਫੁੱਲ ਬਰਸਾਵਾਂ ਪੀਰ ਪਾ ਆਜ ਆਜ ਜੀ ਹਾਂ ਜੀ ਜੋ ਜਨਮ ਹੋਇਆ ਪੀਰ ਮਹਾਰਾਜ ਕਾ 50 ਲਖਸਰੇ ਬਲਰਾਮ ਜਨਮ ਕੇ ਬੋਲਾ ਬਾਦਾਨ ਮਹਾਰਾਜ ਕਰਾ ਕਲਿਆਣ ਭਾਈ ਜੋਦਰੋ ਬੱਲੂ ਆਜੀਵਾ ਨੰਦਰੋ ਬੇਟੇ ਔਰ ਬਾਈ ਬਿੱਟੂ ਭਗਤ ਜੀ ਇਹ ਵੀ ਨੀਲੋ ਖੇੜੀ ਸੇ 50 ਰੁਪਏ ਜੋ ਜਨਮ ਹੋਇਆ ਸੰਗਤ ਪੀਰ ਕਾ ਇਸ ਸੰਗਤ ਕੇ ਅੰਦਰ ਮਹਾਰਾਜ ਕੀ ਜੋਤ ਕੀ ਜੈ ਜੈਕਾਰ ਹੋਏ ਹੈ 50 ਰੁਪਏ ਕਾ ਦਾਨ ਬਿੱਟੂ ਭਗਤ ਜੀ ਨੀਲੋ ਖੇੜੀ ਸੇ ਜਨਮ ਪ੍ਰਦਾਨ ਮਹਾਰਾਜ ਕਰਾ ਕਲਿਆਣ ਮਾਰੀ ਭੈਣ ਜੀ ਸਵਰਨੋ 10 ਰੁਪਏ ਜਨਮ ਪ੍ਰਦਾਨ ਵਿਕਰਮ ਜਿਸ ਪਰਿਵਾਰ ਨੇ ਭੰਡਾਰਾ ਦਿਆ ਬੜੀ ਖੁਸ਼ੀ ਦੇ 100 ਲੱਖ ਰੁਪਏ ਪੀਰ ਬਾਬਾ ਜੀ ਕੇ ਜਨਮ ਕੇ ਬੋਲਾ ਪ੍ਰਦਾਨ ਮਹਾਰਾਜ ਕਰਾ ਕਲਿਆਣ ਦੀ ਦਾਨ ਕੋ ਲੇਖਾ ਲਾਵਾ ਛੱਤਰੀ ਪੀਰ 10 ਲੱਖ ਰੁਪਏ ਪੀਰ ਬਾਬਾ ਜੀ ਕੇ ਨਾਮ ਪ੍ਰਦਾਨ ਪੀਰ ਬਾਬਾ ਕਰਾ ਕਲਿਆਣ ਅੰਗ ਸੰਗਰਾ ਪੀਰ ਮਹਾਰਾਜ ਆਨੰਦ ਰੋ ਜੀ ਭਾਈ ਮਹਾਰਾਜ ਥਾਰੇ ਦਾਨ ਨੂੰ ਲੇਖਾ ਲਾ ਬਾਗੜ ਕਾ ਪੀਰ ਵਾਹ ਬਾਈ ਆਨੰਦ ਰੋ ਪਹਿਲਾ ਬਰਚਾਂਦੀ ਦਾਈ ਨੂੰ ਲਾਇਆ ਦੋ ਅੱਖਾਂ ਖੋਲਦੀ ਸੰਦਲ ਦਾਈ ਕੀ ਸਾਤੋਂ ਡੋਡਿਆਂ ਕੁੰਡੇ ਜਾਂਦੇ ਟੁੱਟ ਗਏ ਅਮਰ ਚਿਰਾਗ ਪੀਰ ਕੇ ਮਹਿਲ ਮਾਂ ਜੱਗੇ ਥੇ ਔਰ ਵਧਾਈਆਂ ਪੜਗੀ ਜਿਸ ਤਰ੍ਹਾਂ ਆਪ ਲੋਕ ਦਾਨ ਕਰ ਰਹੇ ਹੈ ਵਧਾਈਆਂ ਪੜਗੀ ਮਾਈ ਕੇ ਮਹਿਲਾਂ ਮਾਂ ਦਾਨ ਪੁੰਨ ਚਲ ਗਏ ਔਰ ਅਮਰ ਚਿਰਾਗ ਜੱਗੇ ਦੇਵੀ ਦੇਵਤੇ ਨੇ ਫੁੱਲ ਵਰਸਾਏ ਮਹਾਰਾਜ ਕੇ ਜਨਮ ਇਸ ਕਲਾਧਾਰੀ ਨੇ ਮਹਿਲ ਮਾਂ ਜਨੇ ਮੈਂ ਲਿਆ ਤਾ ਲੈ ਸੰਗਤ ਉਹ ਜਨੇ ਮੈਂ ਲਿਆ ਤਾ ਹਾਂ ਜੀ ਯਾ ਜੀਵਾ ਮਹਿਫਲ
ਬਲੀ ਲੈ ਕਰਾਂਗਾ ਬਾਗੜਕਾ ਪੀਰ ਪੀਰ ਜੀ ਹਾਂ ਹਾਂ ਜੀ ਲੈ ਬਾਈ ਸਹੀ 12 ਵਜੇ ਅਸ਼ਟਮੀ ਨੌਮੀ ਦੀ ਰਾਤ ਪੀਰ ਨੇ ਜਨਮ ਲਿਆ ਔਰ ਐਸਾ ਪੀਰ ਜਗਤ ਮੇਂ ਨਹੀਂ ਮਿਲਣਾ